ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਸ਼ ਦੇ ਤੇ ਸਾਰੇ ਦਰਸ਼ਕਾਂ ਦਾ ਵਿਸ਼ਵ ਦਰਪਣ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਦੇਖਦੇ ਵੀ ਨੇ ਤੇ ਨਾਲ ਦੀ ਨਾਲ ਸੁਣਉਂਦੇ ਵੀ ਨੇ ਤੇ ਅੱਜ ਦੇ ਇਸ ਪ੍ਰੋਗਰਾਮ ਦੀਆਂ ਖਾਸ ਜਿਹੜੀਆਂ ਸਰਗਰਮੀਆਂ ਹੋਣਗੀਆਂ ਜੋ ਖਾਸ ਖਬਰਾਂ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਜੋ ਸੁਰਖੀਆਂ ਬਣਿਆ ਨੇ ਉਹਨਾਂ ਦਾ ਵੇਰਵਾ ਲੈ ਕੇ ਤੁਹਾਡੇ ਸਾਹਮਣੇ ਅੱਜ ਪੇਸ਼ ਹੋਏ ਆਂ ਔਰ ਹਮੇਸ਼ਾ ਹੀ ਤਰ੍ਹਾਂ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਸ਼ਾਮਲ ਨੇ ਸਰਦੂਲ ਸਿੰਘ ਜੀ ਬਰਵਾਹਾ ਤੇ ਕੁਲਦੀਪ ਸਿੰਘ ਜੀ ਤੇ ਸਕਰੀਨ ਦੇ ਉੱਤੇ ਪੜਦੇ ਉੱਤੇ ਸਾਡੇ ਨਾਲ ਸ਼ਾਮਲ ਨੇ ਬਲਦੇਵ ਸਿੰਘ ਜੀ ਕੰਦੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਪਰਦਸ਼ਕੋ ਪਿਛਲੇ ਸਮੇਂ ਤੋਂ ਕੋਈ ਖਬਰਾਂ ਸਾਡੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਜੜ੍ਹ ਹੈਗੀ ਆ ਉਹ ਪਿਛਲੀਆਂ ਸਾਡੇ ਪ੍ਰੋਗਰਾਮਾਂ ਦੇ ਨਾਲ ਵੀ ਜੁੜਦੀ ਆ ਕਿਉਂਕਿ ਲਗਾਤਾਰ ਉਹਨਾਂ ਦਾ ਜਿਹੜਾ ਚਰਚਾ ਹੈਗੀ ਆ ਉਹ ਬਣੀ ਰਹਿੰਦੀ ਆ ਦੁਨੀਆ ਦੇ ਨਕਸ਼ੇ ਦੇ ਉੱਤੇ ਸੋ ਅੱਜ ਦੀ ਗੱਲਬਾਤ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਖਿਆਲ ਜੋ ਵੀ ਗੱਲ ਕਰੀਏ ਕਿ ਜੀ ਦੇ ਨਾਲ ਜਹਾਨ ਹੈ ਅਸੀਂ ਸੋਚਦੇ ਸਾਡੀ ਸਿਹਤ ਚੰਗੀ ਹੋਵੇ ਸਾਡਾ ਹਾਲਾਤ ਚੰਗੇ ਹੋਣ ਅਸੀਂ ਤੁਰ ਫਿਰਦੇ ਚੰਗੇ ਹੋਈਏ ਸਾਨੂੰ ਕੋਈ ਬਿਮਾਰੀ ਨਾ ਹੋਵੇ ਸੋ ਉਹਦੇ ਨਾਲ ਹੀ ਸਾਡੀ ਦੁਨੀਆ ਵਸਦੀ ਹੈ ਔਰ ਉਹਨਾਂ ਲੋਕਾਂ ਬਾਰੇ ਸੋਚੀਏ ਜਿਹੜੇ ਇਸ ਵੇਲੇ ਹਸਪਤਾਲਾਂ ਵਿੱਚ ਪਏ ਨੇ ਜਾਂ ਕਿਸੇ ਨਾ ਕਿਸੇ ਚੀਜ਼ ਤੋਂ ਆਤਰ ਨੇ ਉਹ ਆਪਣਾ ਖਾਣਾ ਨਹੀਂ ਖਾ ਸਕਦੇ ਬਾਹਰ ਨਹੀਂ ਜਾ ਸਕਦੇ ਉਹਨਾਂ ਦੀ ਜ਼ਿੰਦਗੀ ਵੀ ਬੜੀ ਦੁਬਰ ਤੇ دشوار ਹੋ ਸਕਦੀ ਹੈ ਇਹੋ ਜਿਹੀ ਬਿਮਾਰੀ ਜਿਹੜੀ ਹੈਗੀ ਆ ਔਰ ਪਿਛਲੀਆਂ ਬਿਮਾਰੀਆਂ ਦੇ ਨਾਲ ਦੇ ਨਾਲ ਜਿਹੜੀ ਹੈ ਕਿ ਕਰੋਨਾ ਵਾਇਰਸ ਬੜਾ ਮਸ਼ਹੂਰ ਹੋ ਗਿਆ ਹੈ ਇੱਕ ਵਾਇਰਸ ਜਿਵੇਂ ਕਿ ਸਵਾਇਨ ਫਲੂ ਸੀ ਉਸ ਤੋਂ ਪਹਿਲਾਂ ਬਰਡ ਫਲੂ ਆਇਆ ਸੀਗਾ ਸੋ ਬਹੁਤ ਸਾਰੀਆਂ ਜਿਹੜੇ ਬਿਮਾਰੀਆਂ ਨੇ ਉਹ ਫੈਲਦੀਆਂ ਨੇ ਕਰੋਨਾ ਵਾਇਰਸ ਦੀ ਜਿਹੜੀ ਸਿੱਤੀ ਇਸ ਵੇਲੇ ਜੇ ਦੱਸਤੀਏ ਕਿ ਇਸ ਵੇਲੇ ਸਾਡੇ ਕੋਲ ਦੁਨੀਆ ਦੇ ਪਰਦੇ ਉੱਤੇ ਜਿਹੜੇ 76 ਜਾਂ 790 ਜਿਹੜੇ ਕੇਸਸ ਹੈਗੇ ਆ ਔਰ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਇਹਨਾਂ ਕੇਸਾਂ ਦੇ ਵਿੱਚ 227 ਮੌਤਾਂ ਹੋ ਚੁੱਕੀਆਂ ਨੇ ਔਰ ਇਸੇ ਹੀ ਪ੍ਰੋਗਰਾਮ ਦੇ ਦੌਰਾਨ ਅਸੀਂ ਗੱਲਬਾਤ ਕਰਾਂਗੇ ਸਰਦੂ ਸੈਮ ਰਵਾਹਾ ਜੀ ਦੇ ਨਾਲ ਮਰਵਾਹਾ ਜੀ ਤੁਸੀਂ ਕੀ ਸੁਣਿਆ ਪੜ੍ਹਿਆ ਵਿਚਾਰਿਆ ਕਿ ਕੀ ਹੋ ਰਿਹਾ ਹੈ ਦੁਨੀਆ ਦੇ ਵਿੱਚ ਇਸ ਵੇਲੇ ਇਹਦੀ ਹੱਲੇ ਜਿਸ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਹੈਗੀ ਇਹ ਵੀ ਦਵਾਈ ਦਾ ਹੱਲੇ ਕੋਈ ਇਹੋ ਜਿਹਾ ਇਹ ਇਨਵੈਂਸ਼ਨ ਜਾਂ ਉਹਦੀ ਕਾਰ ਨਹੀਂ ਨਿਕਲੀ ਹੈਗੀ ਪਰ ਇਸ ਵੇਲੇ ਸਾਇੰਟਿਸਟ ਬੜੀ ਜ਼ੋਰਾਂ ਸ਼ੋਰਾਂ ਦੇ ਵਿੱਚ ਲੱਗੇ ਹੋਏ ਆ ਪਰ ਇਹ ਜਿਹੜੀ ਬਿਮਾਰੀ ਹੈ ਹੱਲੇ ਵੀ ਵਧ ਰਹੀ ਹੈ ਤੇ ਅੱਜ ਦੀ ਹੀ ਖਬਰ ਹੈਗੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਗੱਲ ਬਦਨ ਦੇ ਨਾਲ ਨਾਲ ਜਿਹੜੇ ਚਾਈਨਾ ਦੀ ਇਹ ਜੇਲ੍ਹਾਂ ਹੈ ਨਾ ਉਹਨਾਂ ਤੱਕ ਵੀ ਬਿਮਾਰੀ ਫੈਲ ਗਈ ਹੈ ਜਿਹੜੇ ਬੰਦੇ ਤੁਹਾਨੂੰ ਪਤਾ ਜਿਹੜੇ ਕੈਪਟਿਵ ਹੋਏ ਹੁੰਦੇ ਜਿਹਦੇ ਕਿਸੇ ਪਾਸੇ ਨਿਕਰੇ ਨਹੀਂ ਸਕਦੇ ਜਿੱਦਾਂ ਜਿਹੜਾ ਡਾਇਮੰਡ ਪ੍ਰਿੰਸ ਜਹਾਜ਼ ਹੈ ਜਿਹੜਾ ਜਪਾਨ ਦੇ ਕੋਲ ਖੜਾ ਹੈਗਾ ਕਿਉਂਕਿ ਜਿਹੜੇ ਉੱਥੋਂ ਨਿਕਲ ਨਹੀਂ ਸਕਦੇ ਕਿਸੇ ਪਾਸੇ ਤੇ ਉਸ ਤੋਂ ਬਾਅਦ ਜਿਹੜੀ ਬਿਮਾਰੀ ਹੈ ਕਿਉਂਕਿ ਜੇ ਜੇਲ੍ਹ ਦੇ ਵਿੱਚ ਰਹੀ ਹੈ ਉਹ ਹੋਰ ਵੀ ਖਤਰਨਾਕ ਹੈ ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਉਂਕਿ ਬਿਮਾਰੀ ਨੂੰ ਇਹਨੂੰ ਠੱਲ ਨਹੀਂ ਪੈ ਰਹੀ ਹੈ ਜਿਹੜੀ ਜਾਨੀ ਕੰਟਰੋਲ ਦੇ ਵਿੱਚ ਜੇ ਕਹਿ ਦਈਏ ਨਾ ਉਹ ਨਹੀਂ ਹੋ ਰਹੀ ਹੈਗੀ ਤੇ ਜਾਨੀ ਬਾਕੀ ਦੇ ਮੁਲਕਾਂ ਦੇ ਵਿੱਚ ਜੇ ਤੁਸੀਂ ਕਿਹਾ ਹੈਗਾ ਹੋਰ ਬਹੁਤ ਸਾਰੀ ਵਧ ਰਹੀ ਹੈਗੀ ਪਰ ਜੇ ਇਹਨੂੰ ਪਿਛਲੀਆਂ ਬਿਮਾਰੀਆਂ ਦੇ ਨਾਲ ਕੰਪੇਅਰ ਕਰੀਏ ਉਹਦੇ ਨਾਲ ਇਹਨੂੰ ਤੁਲਨਾ ਕਰਦੇ ਹੈਗੇ ਆ ਜਿਹੜੀ ਸਾਰਜ਼ ਸੀਗੀ ਜਾਂ ਹੋਰ ਚੀਜ਼ਾਂ ਹੈਗੀਆਂ ਇਹ ਬਿਮਾਰੀ ਤਕਰੀਬਨ ਤਕਰੀਬਨ ਬਾਕੀ ਸਾਰੀਆਂ ਬਿਮਾਰੀਆਂ ਦੇ ਨਾਲੋਂ ਜ਼ਿਆਦਾ ਫੈਲ ਗਈ ਹੈ ਖਤਰਨਾਕ ਹੈ ਤੇ ਇਹਦੇ ਨਾਲ ਮੌਤਾਂ ਵੀ ਜ਼ਿਆਦਾ ਹੋਈਆਂ ਹੈਗੀਆਂ ਪਰ ਵਾਇਗਰੋ ਗਿਆ ਦਾਸੀ ਹੈਗੇ ਪੇ ਹਾਂ ਜੀ ਇਸ ਨੂੰ ਜਿਹੜੇ ਸਾਇੰਟਿਸਟ ਜਿਹੜੀ ਦਵਾਈ ਲੱਭ ਰਹੇ ਹੈਗੇ ਲੱਭ ਰਹੇ ਨਹੀਂ ਉਹਨਾਂ ਨੇ ਪਰ ਦੈਨ ਇਟ ਟੇਕਸ ਟਾਈਮ ਮੇਰੇ ਖਿਆਲ ਖਤਰਨਾਕ ਆਪੇ ਤੇ ਵੀ ਕਹਿੰਦਾ ਜਿੰਨਾ ਚਿਰ ਕਿਸੇ ਚੀਜ਼ ਦੀ ਬਿਮਾਰ ਦਾ ਇਲਾਜ ਨਹੀਂ ਲੱਭਦਾ ਉਹਨੂੰ ਚਾਹ ਖਤਰਨਾਕ ਬਿਲਕੁਲ ਬਦ ਨਹੀਂ ਬਦ ਨਹੀਂ ਗੁਲਦੀਪ ਜੀ ਹਾਂ ਪ੍ਰਿੰਸਸ ਡਾਇਮੰਡ ਜਿਹੜਾ ਸਪੇਨ ਵਿੱਚ ਖੜਾ ਸ਼ਿਪ ਉਹਦੇ ਉੱਤੇ 4000 ਬੰਦਾ ਸਿਗਾ ਅੱਜ ਤੋਂ 2-3 ਵੀਕਾ ਪਹਿਲਾਂ ਉਹਦੇ ਵਿੱਚ ਪਹਿਲਾਂ 8-10 ਹੀ ਸੀਗੇ ਕੇਸਿਸ ਉਹਨਾਂ ਨੂੰ ਚਾਰਜ ਦਾ ਸਿਗਾ ਕਿ ਇੱਕ ਦਮ ਤੁਸੀਂ ਇਹਨਾਂ ਨੂੰ ਕੱਢ ਲਓ ਉਹ ਇੱਕ ਉੱਥੇ ਇਕੱਠੇ ਲੋਕੀ ਹੋ ਗਏ ਹੁਣ ਉੱਥੇ 6500 ਨੂੰ ਬਿਮਾਰੀ ਲੱਗੀ ਹੁਣ ਇਹਨਾਂ ਨੂੰ ਭਜਣਾ ਪਈਆਂ ਉਹ ਫਿਰ ਜਿਹੜੇ ਸਾਇੰਟਿਸਟ ਕਹਿੰਦੇ ਇਹਨਾਂ ਨੂੰ ਪਹਿਲਾਂ ਹੀ ਇਹਦੇ ਬਾਰੇ ਕੁਝ ਕਰਨਾ ਚਾਹੀਦਾ ਸੀਗਾ ਕਿਉਂਕਿ ਸਾਰੇ ਉਹ ਲਾਗੇ ਛਾਗੇ ਹੈਗੇ ਆ ਤੇ ਇੱਕ ਦਿਨ ਉੱਤੋਂ ਲੱਗੀ ਜਾਂਦੇ ਆ ਹੁਣ ਇਹ ਵੀ ਲਿਆਉਣ ਲੱਗੇ ਆ ਆਪਣੇ ਅਮਰੀਕਨ ਵੀ ਲੈ ਗਏ ਆ ਪਰ ਉਹ ਗਲਤੀ ਹੋ ਗਈ ਇਹਨਾਂ ਨੂੰ ਪਹਿਲਾਂ ਪਹਿਲਾਂ ਹੀ ਕੁਝ ਕਰਨਾ ਚਾਹੀਦਾ ਸੀਗਾ ਸਪੇਨ ਨਹੀਂ ਆਪੇ ਜਾਪਾਨ ਜਾਪਾਨ ਦੇ ਵਿੱਚ ਸੀਗਾ ਸਾਹ ਸੋਰੀ ਜਾਪਾਨ ਦੇ ਵਿੱਚ ਸੀਗਾ ਉਹ ਫਿਰ ਆਪਣੇ ਦਰਸ਼ਕ ਇਹ ਕਹਿਣਗੇ ਇਹ ਸਪੇਨ ਕਿਹੜੇ ਘਰੇ ਹੋਰ ਜਹਾਜ਼ ਨਹੀਂ ਕੋਈ ਆ ਗਿਆ ਗੱਲ ਠੀਕ ਤੁਸੀਂ ਕੀ ਕਹਿਣਾ ਚਾਹੁੰਦੇ ਬਾਰੇ ਹਾਂਜੀ ਕੁਲਦੀ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈਗਾ ਕਿ ਉਹਨਾਂ ਨੂੰ ਪਹਿਲਾਂ ਹੀ ਕਸ਼ ਕਰ ਲੈਣਾ ਚਾਹੀਦਾ ਸੀ ਇਹ ਆਮ ਹੀ ਹੁੰਦਾ ਕਿ ਜਦੋਂ ਕੋਈ ਸਮੱਸਿਆ ਆਉਂਦੀ ਆ ਤੇ ਬਾਅਦ ਦੇ ਵਿੱਚ ਫੇਰ ਲੋਕਾਂ ਨੂੰ ਕਹਿਣ ਲੱਪੈਂਦੇ ਕ੍ਰਿਟਿਸਿਜ਼ਮ ਹੁੰਦਾ ਜਿਹਦਾ ਚੀਨ ਦਾ ਆ ਉਹਨਾਂ ਦਾ ਕ੍ਰਿਟਿਸਿਜ਼ਮ ਬਹੁਤ ਹੋ ਰਿਹਾ ਕਿ ਪਹਿਲੋਂ ਪਹਿਲ ਉਹਨਾਂ ਨੇ ਇਹਨੂੰ ਸੰਭਾਲਿਆ ਨਹੀਂ ਤੇ ਇਸੇ ਤਰ੍ਹਾਂ ਅੱਜ ਜਿਹੜਾ ਸਮੁੰਦਰੀ ਜਹਾਜ਼ ਆ ਜਪਾਨ ਨੂੰ ਵੀ ਬਹੁਤ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਕਿ ਵੀ ਉਹਨਾਂ ਨੇ ਚੰਗੀ ਤਰ੍ਹਾਂ ਹੈਂਡਲ ਨਹੀਂ ਕੀਤਾ ਲੇਕਿਨ ਜੇ ਇਸ ਜੇ ਸੰਸਥਾ ਦੇ ਜਾਂ ਜੇ ਇਸ ਮੁਲਕ ਤੇ ਉਹ ਸਮੱਸਿਆ ਪਈ ਹੋਵੇ ਉਹਨਾਂ ਨੂੰ ਸ਼ਾਇਦ ਪਤਾ ਹੁੰਦਾ ਕਿ ਤੁਸੀਂ ਕਿਹਾ ਕਿ ਉਸ ਜਹਾਜ਼ ਦੇ ਉੱਤੇ 4000 ਪੈਸੇਂਜਰ ਸੀਗੇ ਹੁਣ ਜੇਕਰ ਉਹ ਸਾਰਿਆਂ ਨੂੰ ਬਾਹਰ ਕੱਢ ਲੈਂਦੇ ਜਹਾਜ਼ ਤੋਂ ਤੇ ਉਹ 4000 ਪੈਸੇਂਜਰ ਨੂੰ ਉਹਨਾਂ ਨੂੰ ਸੰਦੇ ਪੈ ਗਏ ਹੋਣੇ ਕਿ ਇਹਨਾਂ ਨੂੰ ਰੱਖਣਾ ਕਿੱਥੇ ਆ ਕਿਹੜੇ ਹੋਟਲਾਂ ਦੇ ਵਿੱਚ ਜਾਂ ਇਹਨਾਂ ਨੂੰ ਕਮਿਊਨਿਟੀਸ਼ਨ ਕਿੱਥੇ ਦਿੱਤੀ ਜਾਏਗੀ ਤੇ ਅਸੀਂ ਇਹਦੇ ਨਾਲ ਹੀ ਦੱਸਦੀ ਹੈ ਕਿ ਜਿਹੜੇ ਐਕਟਿਵ ਕੇਸ ਸੀਗੇ ਥੋੜਾ ਜਿਹੀ ਤਬਦੀਲੀ ਹੋਈ ਹੈ ਜੋ ਕੱਲ੍ਹ ਦੀ ਸਾਨੂੰ ਖਬਰ ਮਿਲੀ ਸੀ ਉਹਦੇ ਵਿੱਚ 55135 ਕੇਸ ਜਿਹੜੇ ਐਕਟਿਵ ਸੀਗੇ ਪਰ ਉਹਨਾਂ ਦੀ 58135 ਉਹਨਾਂ ਦੀ ਗਿਣਤੀ ਘੱਟ ਕੇ ਹੁਣ 55953 ਰਹਿ ਗਈ ਹੈ ਜਿਵੇਂ ਕਿ ਦੱਸਿਆ ਕੁਲਦੀਪ ਜੀ ਨੇ ਕਿਹੜਾ ਉਹ ਸਮੁੰਦਰੀ ਸੈਰਸਪਟਾ ਜਹਾਜ਼ ਹੈਗਾ ਆ ਉਹਦੇ ਵਿੱਚ ਜਿਹੜੀ ਕੱਲ ਦੀ ਗਿਣਤੀ ਸੀ 621 ਸੀ ਤੇ ਅੱਜ ਦੀ ਗਿਣਤੀ ਹੋ ਗਈ ਹੈ 634 ਹੋ ਗਈ ਹੈ ਪਰ ਇਹਦੇ ਨਾਲ ਦੇਖਿਆ ਜਾਵੇ ਕਿ ਭਾਰਤ ਕਿਉਂਕਿ ਚੀਨ ਦੇ ਨੇੜੇ ਪੈਂਦਾ ਹੈਗਾ ਉੱਥੇ ਕੇਸਾਂ ਦੀ ਬਹੁਤ ਗਿਣਤੀ ਇੰਗਲੈਂਡ ਨਾਲੋਂ ਵੀ ਘਟਿਆ ਇਹਦਾ ਕੀ ਕਾਰਨ ਅਸੀਂ ਸਮਝ ਸਕਦੇ ਹਾਂ ਮੇਰਾ ਖਿਆਲ ਆ ਕਿ ਸ਼ਾਇਦ ਹੋ ਸਕਦਾ ਉਹ ਉੱਥੇ ਵੀ ਗਿਣਤੀ ਵੱਧ ਹੋਵੇ ਪਰ ਇੰਡੀਅਨ ਗਵਰਨਮੈਂਟ ਜਾਂ ਔਰਸੋਰਟੀ ਹੁੰਦੀ ਆ ਉਹਨਾਂ ਦਾ ਜਿਹੜਾ ਥੋੜਾ ਜਿਹਾ ਹੈਗਾ ਆ ਉਹ ਕਿੰਨਾ ਕਮ ਸੱਚ ਦੱਸਦੇ ਹੈਗੇ ਆ ਇਹ ਤਾਂ ਮੈਨੂੰ ਹੁਣ ਪਤਾ ਨਹੀਂਗਾ ਇਹ ਤਾਂ ਪਰ ਇਹਨਾਂ ਦੀ ਜਿਹੜੀ ਯੋਗਸ਼ ਕਰਦੇ ਹੈਗੇ ਆ ਪੂਰੀ ਗਿਣਤੀ ਪੂਰੀ ਪੂਰੀ ਹੈਗੀ ਆ ਕਿ 10 ਆ ਜਾਂ ਬਾਧੂ ਹੈਗੇ ਆ ਦੂਸਰੀ ਗੱਲ ਇੱਕ ਹੈਗੀ ਆ ਕਿ ਇਹਨਾਂ ਦੇ ਹੁਣ ਟੂਰਿਜ਼ਮ ਤੇ ਜੌਬਸ ਦੇ ਉੱਤੇ ਯੂਕੇ ਵਿੱਚ ਫਰਕ ਪੈਣਾ ਸ਼ੁਰੂ ਕਾਉਣਾ ਅਗਲੇ ਤੋਂ ਕਾਰ ਇੰਡਸਟਰੀ ਜਿਹੜੇ ਉਤੋਂ ਪਾਰਟਸ ਆਉਂਦੇ ਨੇ ਬਲੇਮਨ ਕਾਸਲ ਦੇ ਉੱਤੇ ਬੀਬੀਸੀ ਦਾ ਰਿਪੋਰਟ ਸੀ ਯੈਸਟਰਡੇ ਉਹ ਕਹਿੰਦੇ ਸਸ ਅਸੀਂ ਇੰਨੇ ਆਉਂਦੇ ਹੁੰਦੇ ਸੀ ਸਾਡੇ ਤਾਂ ਹੁਣ ਚੀਨੇ ਉਹ ਚੀਨੋਂ ਆਉਣੇ ਬੰਦ ਹੀ ਹੋ ਗਾਇਆ ਇਸੇ ਗੱਜਬਾ ਤੇ ਹੁਣ ਯੂਕੇ ਤੇ ਅਸਰ ਪੈਣਾ ਸ਼ੁਰੂ ਹੋਣਾ ਮੇਰੀ ਖਿਆਲ ਦੇ ਵਿੱਚ ਬਲਦੇਵ ਜੀ ਇਹਦਾ ਕਾਰਨ ਇਹ ਵੀ ਹੋ ਸਕਦਾ ਹੈਗਾ ਕਿ ਭਾਰਤ ਦੀ ਜਿਹੜੀ ਚੀਨ ਦੀ ਹੈਗੀ ਉਹ ਆਪਸੀ ਲੋਕਾਂ ਦੀ ਆਵਾਜ਼ਾਈ ਘੱਟ ਹੈਗੀ ਆ ਔਰ ਚੀਨ ਦੇ ਜਿਹੜੇ ਲੋਕ ਨੇ ਉਹ ਇੱਥੇ ਇੰਗਲੈਂਡ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਕੈਨੇਡਾ ਵਿੱਚ ਅਮਰੀਕਾ ਵਿੱਚ ਉੱਥੇ ਜ਼ਿਆਦਾ ਜਾ ਰਹੇ ਆ ਔਰ ਦੇਖਿਆ ਗਿਆ ਕਿ ਇਹ ਜੋ ਪਿਛਲੇ ਹਫਤੇ ਜਿਹੜੀ ਖਬਰ ਸੀਗੀ ਕਿ 8 ਕੇਸ ਸੀਗੇ ਕੈਨੇਡਾ ਦੇ ਵਿੱਚ ਉੱਥੇ 9 ਕੇਸ ਹੋ ਗਏ ਆ ਹੁਣ ਔਰ ਦੂਜੀ ਗੱਲ ਜਿਹੜੀ ਹੈਗਾ 55049 ਲੋਕਾਂ ਨੂੰ ਇੱਥੇ ਟੈਸਟ ਕੀਤਾ ਇੰਗਲੈਂਡ ਦੇ ਵਿੱਚ ਉਹਨਾਂ ਵਿੱਚੋਂ 5540 ਜਿਹੜੇ ਆ ਉਹ ਨੈਗੇਟਿਵ ਆਇਆ ਤੇ 9 ਕੇਸਸ ਹੈਗੇ ਆ ਮੇਰੇ ਖਿਆਲ ਦੇ ਉੱਤੇ ਹੁਣ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਹੈ ਜੀ 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 ਹਰ ਇੱਕ ਦੀਆਂ ਸਰਕਾਰਾਂ ਜਿਹੜੀਆਂ ਵੀ ਹੁੰਦੀਆਂ ਪਰਿਸ਼ਠਿਕ ਚ ਕਾਫੀ ਹੁੰਦੀਆਂ ਉਹ ਲਗਾਉਂਦੇ ਵੀ ਹੋਣਗੇ ਪਰ ਇਹ ਮੇਰਾ ਖਿਆਲ ਨਹੀਂ ਇਸ ਸਿਲਸਿਲੇ ਦੇ ਵਿੱਚ ਉਹ ਲਗਾਉਣ ਦੀ ਕੋਸ਼ਿਸ਼ ਕਰਦੇ ਕਿਉਂਕਿ ਇਹ ਇਹ ਜਿਹੜੀ ਬਿਮਾਰੀ ਹੈ ਇਹ ਫੈਲਦੀ ਹੈ ਕਿ ਆਵਾਜਾਈ ਕਿੰਨੀ ਆ ਆਮ ਲੋਕਾਂ ਦੀ ਹੁਣ ਜਿਹੜੇ ਹਿੰਦੂਸਤਾਨੀ ਆ ਮੇਰਾ ਖਿਆਲ ਨਹੀਂ ਕਿ ਉਹ ਬਹੁਤ ਜ਼ਿਆਦਾ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਜਾਂਦੇ ਹੈਗੇ ਆ ਲੇਕਿਨ ਚੀਨ ਦਾ ਤੇ ਯੂਰਪ ਦਾ ਤੇ ਅਮਰੀਕਾ ਦਾ ਜਿਹੜੀ ਆਵਾਜ਼ ਆਈ ਆ ਉਹ ਜ਼ਿਆਦਾ ਹੋਣ ਕਰਕੇ ਉਹ ਇਸ ਲਈ ਵੀ ਹੋਇਆ ਹੈਗਾ ਕਿ ਯੂਰਪ ਦੇ ਵਿੱਚ ਇਹ ਇਹ ਬਿਮਾਰੀ ਜਿਹੜੀ ਆ ਜ਼ਿਆਦਾ ਫੈਲ ਰਹੀ ਹੁਣ ਤੁਸੀਂ ਦੇਖਿਆ ਹੀ ਆ ਕਿ ਉਹ ਜਿਹੜਾ ਜਹਾਜੀ ਨਾ ਸਮੁੰਦਰ ਦਾ ਜਹਾਜ਼ ਹੈਗਾ ਉਹਦੇ ਤੇ ਜ਼ਿਆਦਾਤਰ ਜਿਹੜੇ ਟੂਰਿਸਟ ਆ ਉਹ ਯੂਰੋਪੀਅਨ ਹੀ ਸੀਗੇ ਇਸ ਲਈ ਇਹ ਵੀ ਆ ਕਿ ਭਾਈ ਕਿਉਂਕਿ ਉੱਥੇ ਪੰਜਾਬ ਆਪਣੇ ਹਿੰਦੁਸਤਾਨੀ ਜ਼ਿਆਦਾ ਨਹੀਂ ਸੀ ਇਸ ਲਈ ਹਿੰਦੁਸਤਾਨ ਦੇ ਵਿੱਚ ਸ਼ਾਇਦ ਹਿੰਦੁਸਤਾਨ ਦੀ ਖੁਸ਼ਕਿਸਮਤੀ ਹੈ ਕਿ ਇਹਦੀ ਤੇਜ਼ੀ ਨਾਲ ਉੱਥੇ ਬਿਮਾਰੀ ਇਹ ਫੈਲ ਨਹੀਂ ਰਹੀ ਮੈਂ ਤੇ ਆਪਣੇ ਸ਼ੰਦਰਪਾਲ ਜੀ ਇਹੀ ਕਹਿੰਦੇ ਕਿ ਹਿੰਦੁਸਤਾਨ 'ਚ ਨਾ ਹੀ ਫੈਲੇ ਤੇ ਨਾ ਹੀ ਜਾਣ ਉਹਦੇ ਕਿਉਂਕਿ ਤੇ ਜਿਹੜੀ ਮੈਂ ਆਪਣੀ ਬਲਦੇਵੀ ਤੁਹਾਨੂੰ ਯਾਦ ਹੋਣਾ ਪਿਛਲੇ ਦੇ 2 ਵੀਕ ਦੇ ਵਿੱਚ ਇਹ ਗੱਲ ਕਈ ਵੀ ਸੀ ਕਿ ਜਿਹੜੇ ਪੂਰ ਮੁਲਕ ਨਹੀਂ ਜਿੱਥੇ ਮੈਡੀਕਲ ਹੂੰ ਹੂੰ ਸਿਹਟੀ ਅਵੇਲੇਬਲ ਜਿਹੜੀ ਐਨੀ ਬਾਹਲੇ ਮੁਲਕਾਂ ਵਰਗੀ ਨਹੀਂ ਹੈ ਉੱਥੇ ਇਹੋ ਜਿਹੀ ਕਿਤੇ ਫੈਲ ਗਈ ਉਹ ਇੱਕ ਐਨਾ ਡੈਵਸਟੇਟਿੰਗ ਇਫੈਕਟ ਹੋਊਗਾ ਦੁਨੀਆ ਦੇ ਉੱਤੇ ਕਿਉਂਕਿ ਉਹਨੂੰ ਕੰਟਰੋਲ ਕਰਨਾ ਜਿਵੇਂ ਐਬੋਲਾ ਸੀਗੀ ਨਾ ਅਫਰੀਕਾ ਦੇ ਵਿੱਚ ਕਿਉਂਕਿ ਉੱਥੇ ਮੈਡੀਕਲ ਜਿਹੜੀ ਅਵੇਲੇਬਿਲਿਟੀ ਐਨੀ ਨਹੀਂ ਸੀ ਤੇ ਉਹ ਜ਼ਿਆਦਾ ਫੈਲ ਗਈ ਸੀ ਇਸ ਕਰਕੇ ਇਹੋ ਜੇ ਮੁਲਕ ਜਨਾਹ ਫੈਲੇ ਜਿੱਥੇ ਮੈਡੀਕਲ ਭਾਵੇਂ ਇੰਡੀਆ ਦੇ ਵਿੱਚ ਮੈਡੀਕਲ ਬਹੁਤ ਕੁਝ ਹੈਗਾ ਪਰ ਉਹਦੀ ਦੁਨੀਆ ਤੱਕ ਪਹੁੰਚਾਉਣ ਦੀ ਜਿਹੜੀ ਗੱਲ ਹੁੰਦੀ ਹੈ ਨਾ ਉਹਦੇ ਵਿੱਚ ਉਹ ਫੇਰ ਵੀ ਪਿੱਛੇ ਹੀ ਰਹਿ ਜਾਂਦੇ ਆ ਮੈਂ ਤਾਂ ਆਗਰੂਗਰ ਅਰਜ਼ਾ ਦੇ ਕਰਦਾ ਉੱਥੇ ਨਹੀਂ ਚੱਲ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇ 76790 ਕੇਸਸ ਹੈਗੇ ਆ ਉਹਦੇ ਵਿੱਚੋਂ 75429 ਕੇਸ ਚੀਨ ਦੇ ਵਿੱਚ ਹੈਗੇ ਆ ਔਰ ਦੂਜੀ ਕਿਹੜੀ ਗੱਲ ਮੈਂ ਕਹ ਖੁਸ਼ਕਿਸਮਤੀ ਇਹ ਲੱਗਦੀ ਹੈ ਕਿ ਇੰਨਾ ਇਹਦਾ ਵਾਧਾ ਨਹੀਂ ਹੋਇਆ ਜਿਵੇਂ ਕਿ ਅਸੀਂ ਦੇਖਿਆ ਕਿ ਇੱਥੇ ਇੱਕ ਕੇਸ ਵਧਿਆ ਹੈ ਇੰਡੀਆ ਵਿੱਚ ਤਿੰਨ ਕੇਸ ਹੋਏ ਨੇ ਔਰ ਜਾਪਾਨ ਦੇ ਵਿੱਚ 85 ਕੇਸ ਸੀਗੇ ਉੱਥੇ 97 ਕੇਸ ਹੋ ਗਏ ਆ ਸਿੰਗਾਪੁਰ ਦੇ ਵਿੱਚ ਇੱਕ ਕੇਸ ਵਧਿਆ ਹੈ 84 ਤੋਂ 85 ਹੋ ਗਏ ਆ ਪਰ ਦੱਖਣੀ ਕੋਰੀਆ ਵਿੱਚ ਇਹਦਾ ਫਲਾਕਾ ਕਾਫੀ ਹੋਇਆ ਹੈ ਇਹ ਦੀ ਜਿਹੜੀ ਖਬਰ ਸੀ ਰਿਪੋਰਟ ਸੀ ਉਹ ਸੀ 82 ਤੇ ਹੁਣ ਉਥੇ 204 ਉਹਨਾਂ ਦੀ ਗਿਣਤੀ ਹੋ ਗਈ ਆ ਦੂਜੀ ਇਹ ਗੱਲ ਵੀ ਉਹੀ ਆ ਕਿ ਕਿ ਆਵਾਜ਼ਾਈ ਜਿਹੜੀ ਆ ਆਮ ਲੋਕਾਂ ਦੀ ਜਿਹੜੀ ਆ ਉਹ ਬਹੁਤ ਹੈਗੀ ਆ ਸਾਊਥ ਕੋਰੀਆ ਇੰਡਸਟਰੀਅਲਾਈਜ਼ਡ ਮਲਕ ਹੈਗਾ ਇਸ ਲਈ ਉਹਨਾਂ ਦੇ ਚੀਨ ਦੇ ਨਾਲ ਟ੍ਰੇਡ ਵੀ ਕਾਫੀ ਹੈਗੀ ਆ ਉਹਦਾ ਕਰਕੇ ਵੀ ਇਹ ਮੇਰਾ ਖਿਆਲ ਹੈ ਜ਼ਿਆਦਾ ਫੈਲ ਰਿਹਾ ਇੱਕ ਇੱਕ ਪਹਿਲੂ ਆਪਾਂ ਨੂੰ ਨਾ ਇੱਕ ਇਹ ਵੀ ਐਗਜ਼ਾਮਨ ਕਰਨਾ ਪਊਗਾ ਕਿ ਭਈ ਇਸ ਤਰ੍ਹਾਂ ਦੇ ਸੰਕਟ ਦੇ ਵਿੱਚ ਜਿਹੜੇ ਆ ਜਿਹੜਾ ਹਿਊਮਨ ਬਿਹੇਵੀਅਰ ਹੈਗਾ ਉਹ ਕਿਸ ਤਰ੍ਹਾਂ ਦਾ ਤੁਸੀਂ ਸ਼ਾਇਦ ਪੜ੍ਹਿਆ ਹੀ ਹੋਵੇਗਾ ਕਿ ਯੂਕਰੇਨ ਨੇ ਆਪਣੇ ਜਿਹੜੇ ਬੰਦੇ ਸੀਗੇ ਉਹ ਵਾਪਸ ਉਸ ਸ਼ਿਪ ਤੋਂ ਯੂਕਰੇਨ ਵਿੱਚ ਲਿਆਂਦੇ ਹੈਗੇ ਆ ਲੇਕਿਨ ਜਦੋਂ ਉਹਨਾਂ ਨੂੰ 에어ਪੋਰਟ ਤੋਂ ਕਿਸੇ ਸੁਰੱਖਿਅਤ ਜਗ੍ਹਾ ਤੇ ਬੱਸਾਂ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉੱਥੋਂ ਦੇ ਲੋਕ ਜਿਹੜੇ ਸੀ ਉਹ ਉਹਨਾਂ ਦੇ ਵਿਰੁੱਧ ਡੈਮੋਨਸਟ੍ਰੇਸ਼ਨ ਕਰ ਰਾਇਸੀ ਕਿ ਭਈ ਇਹਨਾਂ ਬੰਦਿਆਂ ਨੂੰ ਜਿਹੜੇ ਕਿ ਜਿਨ੍ਹਾਂ ਨੂੰ ਬਿਮਾਰੀ ਲੱਗੀ ਹੋਈ ਆ ਸਾਡੇ ਇਲਾਕੇ ਚ ਨਾ ਲਿਆਂਦਾ ਜਾਵੇ ਮੇਰਾ ਖਿਆਲ ਹੈ ਕਿ ਭਈ ਇਹ ਬੜੀ ਨਿੰਦਣਯੋਗ ਖਬਰ ਹੈਗੀ ਆ ਕਿ ਭਈ ਇੱਕ ਕਿਸ ਤਰ੍ਹਾਂ ਲੋਕ ਬਿਹੇਵ ਕਰਦੇ ਆ ਕਿ ਜੇਕਰ ਉਹਨਾਂ ਨੂੰ ਬਿਮਾਰੀ ਹੈਗੀ ਵੀ ਆ ਤੇ ਇਹ ਥੋੜੋ ਆਪੇ ਵੇ ਉਹਨਾਂ ਨੂੰ ਤੁਸੀਂ ਬਾਹਰ ਸਿੱਟ ਦਿਓ ਉਹਨਾਂ ਨੂੰ ਹਾਂ ਉਹਨਾਂ ਨੂੰ ਨਫ਼ਰਤ ਨਫ਼ਤ ਨਾਲ ਉਹਨਾਂ ਨੂੰ ਪਿਆਰ ਨਾਲ ਜਿਹੜਾ ਯੂਕਰੇਨ ਦੇ ਵਿੱਚ ਜੋ ਨਫ਼ਰਤ ਹੈਗੀ ਆ ਇਹਦੇ ਤੋਂ ਸ਼ਰਮਿੰਦਗੀ ਹੁੰਦੀ ਆ ਆਪਣੀ ਹਿਊਮਨ ਹਿਊਮਨ ਬੀਇੰਗਸ ਨੂੰ ਕਿ ਭਈ ਇਸ ਤਰ੍ਹਾਂ ਦਾ ਬਿਹੇਵੀਅਰ ਵੀ ਹੋ ਸਕਦਾ ਹੈ ਆ ਤੁਹਾਡੇ ਜਿਹੜਾ ਨੰਬਰ ਤੁਸੀਂ ਦੱਸ ਦੇਣਾ ਵੀ ਕਿੰਨੇ ਇੱਕ ਦੂਸਰੀ ਵੀ ਸਾਇੰਟਿਸਟ ਕਹਿੰਦੇ ਆ ਵੀ ਇਹ ਸੀਰੀਅਸ ਕਿੰਨੇ ਕਿੰਨੇ ਗਾਹਾਂ ਹੁੰਦੇ ਹੈ ਜੀ ਬਿਲਕੁਲ ਉਹਦੇ ਵਿੱਚ ਜਿਹੜੇ 5% ਹੀ ਹੁੰਦੇ ਹੈਗੇ ਆ ਨਹੀਂ ਮੈਂ ਉਹਦੇ ਵਿੱਚ ਹੈਗਾ ਜਿਹੜਾ 4572 ਕੇਸਸ ਹੈਗੇ ਆ ਉਹ ਖਤਰੇ ਤੋਂ ਬਾਹਰ ਹੈਗੇ ਆ ਤੇ ਕੱਲ ਦੀ ਗਿਣਤੀ 12663 12663 ਤੇ ਹੁਣ ਜਿਹੜੀ ਗਿਣਤੀ ਹੈਗੀ ਆ ਉਹ 13000 ਕੁਸ਼ ਹੋ ਗਈ ਆ ਜਿਹੜੇ ਗੰਭੀਰ ਕੇਸ ਹੈਗੇ ਆ ਜਿਹੜੇ ਕਿ ਕਮਿਊਨਿਟੀ ਦਾ ਹਾਂ ਕਰਦੇਗੇ 5-7% ਹੀ ਹੁੰਦੇ ਜਿਹੜੇ ਕਿ ਜਿਹੜੇ ਜ਼ਿਆਦਾ ਸੀਰੀਅਸ ਹੈਗੇ ਜਾਂ ਕੁਝ ਵੀ ਹੈਗੇ ਜਾਂ ਕਿਸੇ ਨੂੰ ਹੋਰ ਨੂੰ ਦੇ ਸਕਦੇ ਹੈਗੇ ਆ ਬਾਕੀ ਦੇ ਜਿਹੜੇ ਹੁੰਦੇ ਆ ਉਹ ਲੈਸ ਸੀਰੀਅਸ ਹੁੰਦਾ ਕਹਿੰਦੇ ਅਸੀਂ ਸਾਨੂੰ ਕਾਮ ਹੁੰਦਾ ਯਕੀਨ ਆ ਇਹ ਆਹ ਜਿਹੜੀ ਗਿਣਤੀ ਹੈ ਕੁਲਦੀਪ ਸਿੰਘ ਇੱਕ ਥੋੜਾ ਥੋੜਾ ਜੇ ਦੇਖੀਏ 22% ਹੈਗੀ ਅਸੀਰਿਸ ਦੇ حساب ਵੀ ਹੈਗੀ ਹਾਂ ਇਹ ਅੱਛਾ ਅਗਲੀ ਆਪਾਂ ਹਾਂ ਜੀ ਇਹ ਜੋ ਫਾਈਨਲੀ ਇਹ ਕਹਿਣੀ ਹੈ ਕਿ ਵੀ ਰਿਡਿਊਸ ਦਾ ਰਿਸਕ ਹਾਂ ਜੀ ਜਿਹੜੇ ਆਮ ਲੋਕ ਹੈਗੇ ਆ ਉਹ ਹੈਗਾ ਵੀ ਜੋ ਵੀ ਤੁਸੀਂ ਦਾਲਾਂ ਆਪਣੀਆਂ ਸਬਜ਼ੀਆਂ ਲੈਣੇ ਆ ਚੀਜ਼ਾਂ ਲੈਣੇ ਆ ਉਹਨਾਂ ਨੂੰ ਥੋਰੋਲੀ ਕਲੀਨ ਕਰੋ ਹੂੰ ਤੇ ਉਹਦੀ ਜਿਹੜੀ ਕੁਕਿੰਗ ਹੈਗੀ ਆ ਕੁਕਿੰਗ ਵੀ ਥੋਰਲੀ ਹੋਣੀ ਚਾਹੀਦੀ ਹੈਗੀ ਆ ਤੇ ਜਿਹੜੀ ਵੀ ਚੀਜ਼ ਆਪ ਵੀ ਜਿਹੜੇ ਹੈਗੇ ਹੱਥ ਧੋ ਕੇ ਜਾਂ ਜੋ ਵੀ ਜਿੰਨਾ ਵੀ ਜਿੰਨੀ ਵੀ ਕਲੀਨਨੈਸ ਜਿੰਨੀ ਵੀ ਸਫਾਈ ਤੁਸੀਂ ਰੱਖ ਸਕਦੇ ਆ ਇਹ ਜ਼ਰੂਰੀ ਨਹੀਂ ਪਈ ਬਿਮਾਰੀ ਤੁਹਾਡੇ ਕੋਲ ਆ ਗਈ ਹੈ ਜਾਂ ਉਹਨੂੰ ਕਰਨੀ ਹੋਰ ਚੀਜ਼ਾਂ ਦੇ ਲਈ ਵੀ ਜਿਹੜੇ ਆਮ ਚੀਜ਼ਾਂ ਹੈਗੀਆਂ ਤੁਹਾਡੇ ਕਿਚਨ ਦੀ ਕਲੀਨ ਹੋਣੀ ਚਾਹੀਦੀ ਆ ਜਿਹੜੀਆਂ ਆਹਲਾ ਦੋਲਾ ਸਾਰਾ ਹਨ ਉਹ ਇਹਨਾਂ ਸਫਾਈ ਹੋਣਾ ਚਾਹੀਦਾ ਵੀ ਤਾਂ ਕਿ ਹੋਰ ਚੀਜ਼ਾਂ ਵੀ ਨੇੜੇ ਨਾ ਆ ਸਕਣ ਚਲੋ ਆਪਾਂ ਖਾਸ ਕਰ ਸੁਦੂ ਜੀ ਜਿਹੜੇ ਮੀਟ ਦੀ ਹੈਂਡਲਿੰਗ ਹੈਗੀ ਆ ਤੁਹਾਡੇ ਕਿਚਨ ਦੇ ਵਿੱਚ ਤੁਸੀਂ ਉਹਨੂੰ ਤਰਾ ਹੈਂਡਲ ਕਰਦੇ ਆ ਉਹ ਬਹੁਤ ਮਹੱਤਵ ਰੱਖਦਾ ਕਿਉਂਕਿ ਇਹ ਵਾਇਰਸ ਜਿਹੜਾ ਹੈਗਾ ਇਹ ਪਸ਼ੂਆਂ ਤੋਂ ਹੀ ਸ਼ੁਰੂ ਹੋਇਆ ਸੀ ਪਹਿਲਾਂ ਕਿਤੋਂ ਜ਼ਿਆਦਾ ਹੁੰਦਾ ਚਲੋ ਆਪਾਂ ਹੁਣ ਅਗਲੀ ਖਬਰ ਵੱਲਦੇ ਆ ਗੱਲ ਕਰਦੇ ਆ ਅਸੀਂ ਕੁਦਰਤੀ ਨਜ਼ਾਰਿਆਂ ਦੀ ਗੱਲ ਕਰਦੇ ਆ ਕਿ ਕੁਦਰਤ ਨੇ ਸਾਨੂੰ ਬਹੁਤ ਸਾਰੀ ਖੂਬਸੂਰਤੀ ਦਿੱਤੀ ਹੈ ਪਰ ਨਾਲ ਦੀ ਨਾਲ ਜਿਵੇਂ ਇਸੀ ਗੁਰਬਾਣੀ ਵਿੱਚ ਪੜਦੇ ਆ ਕਿ ਪਾਣੀ ਪਹਿਲਾ ਜੀਵ ਹੈ ਜਿਸ ਸਰਿਆ ਸਭ ਕੋਏ ਪਾਣੀ ਜਿੱਥੇ ਹੈ ਉੱਥੇ ਖੁਸ਼ਹਾਲੀ ਹੈ ਜਿੱਥੇ ਸੋਕਾ ਹੈ ਉੱਥੇ ਤੁਹਾਨੂੰ ਪਤਾ ਹੈ ਕਿ ਬੜਾ ਬੁਰਾ ਹਾਲ ਹੈ ਪਰ ਹੁਣ ਜੋ ਇਸ ਵੇਲੇ ਕੁਝ ਹਿੱਸਿਆਂ ਦੇ ਵਿੱਚ ਹਾਲਾਤ ਬੜੇ ਨੇ ਖਾਸ ਤੌਰ ਤੇ ਵੇਲਸ ਦੇ ਵਿੱਚ ਜਿਹੜੇ ਹਾਲਾਤ ਬੜੇ ਨੇ ਇੱਥੇ ਮਲਕ ਦੇ ਵਿੱਚ ਯੂਕੇ ਦੇ ਵਿੱਚ ਉਹਨਾਂ ਨੇ ਕਾਫੀ ਲੋਕਾਂ ਨੂੰ ਗੰਭੀਰ ਤੌਰ ਤੇ ਹੈਰਾਨ ਕੀਤਾ ਹੈ ਔਰ ਘਰਾਂ ਦੇ ਵਿੱਚ ਬਹੁਤ ਸਾਰੇ ਹੜ ਆ ਗਏ ਨੇ ਇਹਨਾਂ ਦੇ ਕੀ ਕਾਰਨ ਹੋ ਸਕਦੇ ਆ ਜਿਵੇਂ ਕਿ ਅਸੀਂ ਦੇਖਦੇ ਹੈਗੇ ਆ ਕਿ ਜੇ ਦੇਖਿਆ ਜਾਵੇ ਅਸੀਂ ਪਿਛਲੇ ਕਿ ਸਦੀ ਦੀ ਗੱਲ ਕਰੀਏ ਕਿ ਚੀਨ ਦੇ ਵਿੱਚ ਕੁਲਦੀਪ ਸਿੰਘ ਜੀ ਬਰਵਾਹਾ ਜੀ ਕਿ ਘਟੋ ਘਟ ਸਾਢੇ ਪੈ 3 ਲੱਖ ਲੋਕ ਹੜਾਂ ਦੀ ਮਾਰ ਦੇ ਨਾਲ ਮਰ ਚੁੱਕੇ ਆ ਔਰ ਸਭ ਤੋਂ ਜ਼ਿਆਦਾ ਅਸੀਂ ਜੇ ਚੀਨ ਦੀ ਹੁਣ ਗੱਲ ਕਰ ਰਹੇ ਹੈਗੀ ਹੈ ਚੀਨ ਦੇ ਉੱਤੇ ਕੀ ਕਰੋਪੀ ਹੈਗੀ ਆ ਪ੍ਰਮਾਤਮਾ ਦੀ ਹੈ ਤਾਂ ਪ੍ਰਮਾਤਮਾ ਜਾਣੇ ਔਰ ਉਹਦੇ ਵਿੱਚ ਜਿਹੜੇ ਹੜ ਆਏ ਨੇ ਬੜਾ ਬੁਰਾ ਤੁਹਾਨੂੰ ਪਤਾ ਕਿ ਬੜੀ ਮੁਸ਼ਕਲ ਹੁੰਦੀ ਹੈਗੀ ਆ ਤੇ ਤੁਸੀਂ ਕੀ ਮਹਿਸੂਸ ਕਰਦੇ ਆ ਕਿ ਕਿੰਨਾ ਨੁਕਸਾਨ ਹੁੰਦਾ ਹੈ ਕੀ ਅਸਰ ਪੈਂਦਾ ਹੈ ਮੈਂ ਸ਼ੌਪਸ਼ਰ ਦੇ ਵਿੱਚ ਰਹਿਣਾ ਜੀ ਸਾਡੇ ਲਾਗੇ ਹੈਰਫਰਡ ਵੋਸਟਰ ਸਾਡੇ ਏਰੀਆ ਦੇ ਵਿੱਚ ਹੀ ਆਉਂਦਾ ਹੈਗਾ ਜਿੱਥੇ ਕਿ ਮੈਰੀ ਪੋਲਿਟਿਕਸ ਦੀ ਦੌੜ ਭੱਜੇਗੀ ਆ ਉਹ ਸਰਾਈ ਰਿਵਰ 7 ਜਾਂ ਰਿਵਰ Y ਜਿਹੜਾ ਹੈਗਾ ਆਇਰਨ ਬ੍ਰਿਜ ਦੇ ਲਾਗੇ ਜਾਂ ਬਿਊਜਲੀ ਜਾਂ ਹਰ ਉਸ ਉਧਰ ਵਾਈਪ ਫੋਰ ਫੋਰ ਦੂਜੇ ਪਾਸੇ ਦਾ ਸਦਾ ਉਹੋ ਹੀ ਰਿਵਰ ਜਿਹੜਾ ਹੁੰਦਾ ਨਾ ਦੋ ਹੈਗੇ ਆ ਉਹੋ ਹੀ ਓਵਰਫਲੋ ਕਰਦੇ ਆ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈਗਾ ਕਿ ਅੱਜ ਤੋਂ 50 ਮੀਲ ਦੂਰ ਜੇ 100 ਪਾਣੀ ਆ ਰਿਹਾ ਹੈਗਾ ਤੇ ਅਸੀਂ ਹੁਣ ਆਇਰਨ ਬ੍ਰਿਜ ਦੇ ਵਿੱਚ ਕਿਉਂਕਿ ਸਾਡੀ ਟੈਲੀਫੋਨ ਰਿਕਨ ਕਾਉਂਸਲ ਆਇਰਨ ਬ੍ਰਿਜ ਦੇ ਵਿੱਚ ਹੈਗੀ ਆ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਕੱਲ ਸਵੇਰੇ 12 ਵਜੇ ਇਥੇ ਉਹ ਲਾਦਾ ਜਿਹੜੇ ਫਾਰ ਹੁੰਦੇ ਆ ਜਿਹੜੇ ਅਸੀਂ ਲਾਇਦੇ ਹੁੰਦੇ ਆ ਬੈਰੀਅਰਸ ਲਾਇਦੇ ਹੁੰਦੇ ਹੈਗੇ ਇਸ ਕਰਕੇ ਇਹ ਬਹੁਤ ਕੋਸ਼ਿਸ਼ ਵੀ ਕਰਦੇ ਆ ਪੈਸਾ ਹੀ ਬੜਾ ਲਾਇਆ ਮਿਲੀਅਨਸ ਦੇ ਮਿਲੀਅਨਸ ਪਰ ਫਿਰ ਵੀ ਆ ਸਟੋਰਮ ਡੈਨੀਸ ਜਦੋਂ ਆਇਆ ਦੋ ਚਾਰ ਦਿਨ ਹੋ ਗਏ ਇਹਨਾਂ ਨੇ ਫਿਰ ਵੀ ਉਹ ਜਿਹੜੇ ਕਈਆਂ ਨੂੰ ਤਾਂ ਉਹ ਵਿੱਚੋਂ ਚੋਣ ਲਾ ਪਏਗੇ ਜਿਹੜੇ ਸੀਗੇ ਬੈਰੀਅਰ ਸੀਗੇ ਉਹ ਹੁਣ ਉਹਨਾਂ ਨੇ ਠੀਕ ਕਰਨਾ ਕਈਆਂ ਦੇ ਘਰਾਂ ਦੇ ਵਿੱਚ ਜਾਂ ਆਲਰੇਡੀ ਪੱਬ ਜਾਂ ਹੋਟਲ ਹੈਗੇ ਆ ਉਹਨਾਂ ਦੇ ਜਿਹੜੇ ਥੱਲੇ ਸੈਲਰ ਹੈਗੇ ਆ ਸੈਲਰ ਉਹਨਾਂ ਪਰ ਗਏ ਹੋ ਹੈਗੇ ਲੋਕਾਂ ਨੂੰ ਤੇ ਉਹਨਾਂ ਥਾਵਾਂ ਦੇ ਉੱਤੇ ਇੰਸ਼ੋਰੈਂਸਾਂ ਨਹੀਂ ਮਿਲਦੀਆਂ ਆਏਗੀਆਂ ਉਸ ਵੱਤ ਤੋਂ ਵੱਧ ਕਹਿ ਰਹੇ ਹੈਗੇ ਆ ਕਿ ਸਾਨੂੰ ਜਿਲੇ ਉਹ ਕਹਿੰਦੇ ਨਾ ਵੀ ਜੇ ਸਭ ਕੁਝ ਤੁਹਾਨੂੰ ਮਿਲ ਜਾਏਗਾ ਪਰ ਫਲੱਡ ਇੰਸ਼ੋਰੈਂਸ ਨਹੀਂ ਮਿਲਦੀ ਹੈ ਇਸ ਕਰਕੇ ਬੜਾ ਅਮੀਰ ਕੰਟਰੀ ਆ ਸਭ ਕੁਝ ਆ ਗਿਆ ਆ ਪਰ ਫਿਰ ਵੀ ਜਦੋਂ ਕੁਦਰਤ ਦਾ ਆਉਂਦਾ ਹੈਗਾ ਇਹ ਹੜ ਤੇ ਮੈਂ ਆਪਣੇ ਪਿੱਛੋਂ ਹੁਸ਼ਿਆਰਪੁਰ ਦੇ ਜ਼ਿਲ੍ਹੇ ਦਾ ਹੈਗਾ ਆ ਮੈਂ ਨਿੱਕਾ ਹੁੰਦਾ ਸਰਾ ਚੋ ਚੋ ਦੇਖਿਆ ਚੋ ਜਿੱਥੇ ਛਿਪਕਮਾਰ ਕੇ ਬਟਾਲਵੀ ਨੇ ਲਿਖਿਆ ਸੀ ਕਹਿੰਦਾ ਜਿੱਥੇ ਬਗਦੇ ਨੇ ਇਸ ਤਰ੍ਹਾਂ ਦੇ ਚੋਰ ਨਹੀਂ ਉਥੇ ਮੇਰਾ ਯਾਰ ਪਾਸਨਾ ਉਹ ਉਥੇ ਮੈਂ ਚੋ ਸਾਰਾ ਦੇਖਿਓ ਮੈਂ ਵਿਚੋ ਨੰਗੀ ਆਇਆ ਹੈਗਾ ਹੁਣ ਇੱਥੇ ਫੇ ਆ ਗਏ ਚੋ ਚੋ ਨੇ ਖਿਆਲ ਨਹੀਂ ਛੱਡਿਆ ਤੁਹਾਡਾ ਚੋ ਨੇ ਨਹੀਂ ਛੱਡਿਆ ਅੱਛਾ ਇਸ ਤੋਂ ਪਹਿਲਾਂ ਕਿ ਬਲਦੀਰ ਜੀ ਮੌਕਾ ਦਈਏ ਪਿਛਲੇ ਦਿਨਾਂ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਆਪਾਂ ਜਦੋਂ ਖਬਰਾਂ ਵਿੱਚ ਦੇਖਦੇ ਹੈਗੇ ਕਿ ਬਾਰਸ ਜੌਨ ਦੇ ਬਾਰਸ ਜੌਨਸਨ ਦੇ ਉੱਤੇ ਕਾਫੀ ਕਿੰਤੂ ਪ੍ਰੰਤੂ ਕੀਤਾ ਗਿਆ ਕਿ ਸਾਡੇ ਇਲਾਕੇ ਵਿੱਚ ਆਇਆ ਨਹੀਂ ਹੈਗਾ ਉਹਨੂੰ ਆਉਣਾ ਚਾਹੀਦਾ ਉਹਨੂੰ ਵਿਜ਼ਿਟ ਕਰਨੀ ਚਾਹੀਦੀ ਆ ਕੀ ਤੁਸੀਂ ਇਹਦਾ ਪ੍ਰਤੀਕਰਮ ਤੁਸੀਂ ਕੀ ਦੇਖਦੇ ਹੈਗੇ ਆ ਉਹ ਦੇਖੇ ਆਮ ਤੌਰ ਤੇ ਹੁੰਦਾ ਤਾਂ ਹੈਗਾ ਜਿੱਥੇ ਵੀ ਪੀੜਤ ਲੋਕ ਹੋਣ ਭਿਜੇ ਪ੍ਰਾਈਮ ਮਿਨਿਸਟਰ ਜਾਂ ਹਾਈ ਲੈਵਲ ਦੇ ਕੈਬਨਿਟ ਮਿਨਿਸਟਰ ਉੱਤੇ ਆਵੇ ਤੇ ਉਹਦੇ ਅੰਦਰ ਥੋੜੀ ਅਸ਼ੋਰੈਂਸ ਹੋ ਜਾਂਦੀ ਕਿ ਕਾਰਨ ਤਾਂ ਉਹਨੇ ਕੁਝ ਨਹੀਂ ਹੁੰਦਾ ਕਾਰਨ ਤੇ ਜਿਹੜਾ ਹੈਗਾ ਜਿਹੜੀ এনवायरमेंट ਏਜੰਸੀ ਹੈ ਜਾਂ ਲਾਗੇ ਛਾਗੇ ਹੈਗੇ ਆ ਹੁਣ ਜਿਹੜੇ ਕਰੀਬ ਨਹੀਂ ਜਿਹੜੇ ਫਲਡ ਡਿਫੈਂਸਸ ਦੀ ਗੱਲ ਕਰ ਰਹੇ ਹੈਗੇ ਆ ਉਹ ਡਿਫੈਂਸਸ ਬਣਾ ਵੀ ਰਹੇ ਹੈਗੇ ਜੋ ਕਈ ਕੁਝ ਕੰਟਰੋਲ ਹੋ ਰਿਹਾ ਪਰ ਇਹ ਚੀਜ਼ਾਂ ਨੂੰ ਦੇਖਿਆ ਜਾਵੇ ਜਦੋਂ ਮੈਂ ਇਹ ਗੱਲ ਕਰਦਾ ਪਈ ਪਿਛਲੇ 50 ਸਾਲਾਂ ਦੇ ਵਿੱਚ ਇੱਥੇ ਫਲਡ ਆਉਂਦੇ ਹੀ ਨਹੀਂ ਸੀ ਹੁੰਦੇ ਹਾਂਜੀ ਬੜਾ ਕੁਝ ਜਾਨੀ ਚੇਂਜ ਹੋ ਗਿਆ ਕਿਉਂਕਿ ਸਮੁੰਦਰ ਦਾ ਪਾਣੀ ਜਿਹੜੇ ਉਹ ਜਿਹੜੇ ਰਿਵਰਸ ਹੈਗੇ ਆ ਉਹ ਇੱਕਦਮ ਸਵੋਲਨ ਇਸ ਕਰਕੇ ਹੋ ਜਾਂਦੇ ਹੈਗੇ ਕਿਉਂਕਿ ਜਿਹੜੀ ਤਾਂ ਉਹ ਥੱਲੇ ਦੀ ਕਲੀਨਿੰਗ ਕਹਿੰਦੇ ਆ ਨਾ ਡਰੇਜਿੰਗ ਖਰੇ ਕੋਮਥਿੰਗ ਲੱਗਦਾ ਹੈ ਹਾਂ ਉਹ ਨਹੀਂ ਕਰਦੇ ਉਹ ਚੀਜ਼ਾਂ ਹੈਗੀਆਂ ਪਰ ਕਾਰਕਈ ਕੁਛ ਰਹਿ ਹੈਗੇ ਜਿੱਥੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਜਦੋਂ ਆਪਣੇ ਜੀ ਇੰਡੀਆ ਦੀ ਗੱਲ ਕਰਦੇ ਤੁਸੀਂ ਚਾਈਨਾ ਦੀ ਗੱਲ ਕਰਦੇ 1955 ਦੇ ਵਿੱਚ ਜਿਹੜੇ ਫਲੱਡ ਆਏ ਸੀਗੇ ਹੂੰ ਹੂੰ ਇੰਡੀਆ ਦੇ ਵਿੱਚ ਉਦੋਂ ਉਹਨਾਂ ਦੀ ਜਾਨੀ ਨੁਕਸਾਨ ਵੀ ਬਹੁਤ ਹੋਇਆ ਉਸ ਵੇਲੇ ਪਾਣੀ ਇੰਨੇ ਦਿਨ ਤਕਰੀਬਨ ਮਹੀਨਾ ਮਹੀਨਾ ਹੀ ਖੜਾ ਰਿਹਾ ਜੀ ਸਕੂਲ ਵੀ ਬੰਦ ਹੋ ਰਹੀ ਹੈ ਜੇ ਚੀਜ਼ਾਂ ਹੈਗੀਆਂ ਵੀ ਜਿਹੜੇ ਤਾਂ ਕੁਦਰਤੀ ਤੌਰ ਤੇ ਉੱਤੇ ਆਉਂਦੇ ਆ ਉਹਨਾਂ ਨੂੰ ਤਾਂ ਤੁਸੀਂ ਨਹੀਂ ਸੰਭਾਲ ਸਕਦੇ ਪਰ ਜਿਹੜੀਆਂ ਕਈ ਚੀਜ਼ਾਂ ਹੈਗੀਆਂ ਹੁਣ ਜਿਹਦਾ ਮੀਂਹ ਆ ਹੁਣ ਜੇ ਹਰ ਸਾਲ ਜੇ ਇਸੇ ਜਿਹੜਾ ਰਿਵਰ ਵਾਇਰ ਜੇ ਕਹਿੰਦੇ ਹੈਗੇ ਜਾਂ ਸੈਵਨ ਹੈਗਾ ਜਾਂ ਹੋਰ ਚੀਜ਼ਾਂ ਹੈਗੀਆਂ ਜਦ ਇਹਨਾਂ ਨੂੰ ਹੁਣ ਪਤਾ ਹੈਗਾ ਵੀ ਮੀਂਹ ਥੋੜਾ ਜਿਹਾ ਵੀ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੀਂਹ ਨੇ ਜਿੰਨਾ ਮੀਂਹ ਪੈ ਗਿਆ ਤੇ ਦੋ ਦਿਨਾਂ ਦੇ ਵਿੱਚ ਖੈਰ ਮੈਂ ਇਸ ਗੱਲ ਨੂੰ ਥੋੜੀ ਇਸ ਚੀਜ਼ ਦੇ ਖਤਮ ਕਰਨਾ ਕਿ ਜਿਹੜੀ ਪਰਮਾਤਮਾ ਦੀ ਜਾਨ ਨੇਚਰਲ ਕ੍ਰੋਪੀ ਆ ਉਦੋਂ ਅਲਾਵਾ ਜਿਹੜੀ ਹਿਊਮਨ ਹਾਂ ਇਸ਼ੂ ਹੈ ਨਾ ਮੈਂ ਉਹਦੇ ਜਿਹੜਾ 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 ਹੈਗਾ ਜਿਹੜਾ ਆਪਣੇ ਵੈਦਰ ਦੀ ਜਿਹੜੀ ਕਹਾਣੀ ਆ ਜਾਂ ਅਸੀਂ ਕਲਾਈਮੇਟ ਦੀ ਜਿਹੜੀ ਕਲਾਈਮੇਟ ਦੀ ਗੱਲ ਕਰਦੇ ਆ ਜਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਆ ਉਹਦੇ ਤੇ ਕੰਟਰੋਲ ਕਰਨ ਦੀ ਵੀ ਬਹੁਤ ਲੋਡ ਹੈਗੀ ਆ ਠੀਕ ਹੈ ਤੇ ਜਿਹੜੀ ਇੰਸ਼ੂਰ ਦੀ ਗੱਲ ਕਰਦੇ ਜਿਹੜੇ ਉਹ ਘਰ ਹੈਗੇ ਜਿਨ੍ਹਾਂ ਦੇ ਵਿੱਚ ਇੱਕ ਵਾਰੀ ਨਹੀਂ ਦੋ ਵਾਰੀ ਹੂੰ ਹੂੰ ਹਫ਼ਤੇ ਤੋਂ ਹਫ਼ਤੇ ਦੇ ਵਿੱਚ ਫਲੱਡ ਆ ਗਏ ਉਹ ਵਿਚਾਰੇ ਕੀ ਕਰਨਗੇ ਕੋਈ ਇਹਦੇ ਦੇ ਫਰਨੀਚਰ ਵੀ ਤੇ ਹੋਰ ਚੀਜ਼ਾਂ ਸਾਰਾ ਕੁਝ ਇਹ ਰੁਇਨ ਹੋ ਜਾਂਦਾ ਖਾਦਮੇ ਹੋ ਜਾਂਦਾ ਉਹ ਕੀ ਕਰਨ ਬਚਾ ਲੈ ਔਰ ਬਲਦੇਵ ਜੀ ਬਾਲ ਜਾਵਾਂਗੇ ਬਲਦੇਵ ਜੀ ਤੁਸੀਂ ਇਹਦੇ ਪਿੱਛੇ ਕੀ ਕਾਰਨ ਸੋਚਦੇ ਹੈਗੇ ਆ ਕੀ ਇਹ ਜਿਹੜੇ ਹੜ੍ਹ ਆ ਇਹਨਾਂ ਦੇ ਵਧਣ ਦੇ ਗਾਹਾਂ ਚਾਂਸਸ ਹੈਗੇ ਆ ਕਿ ਇਹਨਾਂ ਦੀ ਰੋਕਥਾਮ ਕੀਤੀ ਜਾ ਸਕੂਗੀ ਦੇਖੋ ਇਸ ਤਰ੍ਹਾਂ ਕੁਲਦੀਪ ਜੀ ਨੇ ਕਿਹਾ ਕਿ ਅਸੀਂ ਜਦੋਂ ਵੱਡੇ ਹੋ ਰਹੇ ਸੀਗੇ ਸਾਡਾ ਜਿਹੜਾ ਬਚਪਨ ਆ ਉਦੋਂ ਜਿਹੜੇ ਹੜ੍ਹ ਆ ਉਹ ਹਿੰਦੁਸਤਾਨ ਦੇ ਵਿੱਚ ਬਹੁਤ ਆਉਂਦੇ ਹੁੰਦੇ ਸੀ ਕਿਉਂਕਿ ਉੱਥੇ ਦਾ ਜਿਹੜਾ ਵਾਤਾਵਰਨ ਹੈ ਉਹ ਕੁਝ ਇਹ ਯੂਰਪ ਨਾਲੋਂ ਅਲੱਗ ਹੈ ਉੱਥੇ ਦੇ ਨਦੀਆਂ ਜਿਹੜੀਆਂ ਆ ਉਹ ਬਹੁਤ ਵੱਡੀਆਂ ਹੈਗੀਆਂ ਔਰ ਪਹਿਲੋ ਪਹਿਲ ਉੱਥੇ ਪ੍ਰਬੰਧ ਵੀ ਨਹੀਂ ਸੀ ਹੁੰਦੇ ਲੇਕਿਨ ਯੂਰਪ ਦੇ ਵਿੱਚ ਕਿਉਂਕਿ ਇਹ ਸਾਡੇ ਮੁਲਕਾਂ ਨਾਲੋਂ ਐਡਵਾਂਸ ਹੈਗੇ ਇਹਨਾਂ ਨੇ ਕਾਫੀ ਪ੍ਰਬੰਧ ਕਰਕੇ ਰੱਖੇ ਹੋਏ ਸੀ ਪਰ ਮੇਰਾ ਖਿਆਲ ਹੈ ਕਿ ਹੁਣ ਜਿਹੜੇ ਕੁਝ ਇੱਕ ਸਾਲਾਂ ਤੋਂ ਯੂਕੇ ਦੇ ਵਿੱਚ ਔਰ ਯੂਰਪ ਦੇ ਵਿੱਚ ਵੀ ਜਿਹੜੇ ਹੜ੍ਹ ਆਉਣੇ ਸ਼ੁਰੂ ਹੋਏ ਹੈਗੇ ਆ ਕਿਉਂਕਿ ਉਹ ਜਿਹੜੀ ਆ ਮੀਂਹ ਬਹੁਤ ਪੈਂਦੇ ਹੈਗੇ ਆ ਜੇ ਜਿਹੜੇ ਦਰਿਆ ਇਹਨਾਂ ਨੇ ਪ੍ਰਬੰਧ ਕੀਤਾ ਹੈ ਸੀਗਾ ਇਹ ਪੁਰਾਣੇ ਮੀਂਹ ਦੇ ਦੇ ਲੈਵਲ ਦੇ ਹਿਸਾਬ ਨਾਲ ਕੀਤਾ ਸੀ ਹੁਣ ਮੇਰਾ ਖਿਆਲ ਹੈ ਉਹ ਜਿਹੜਾ ਕਲਾਈਮੇਟ ਚੇਂਜ ਦੀ ਗੱਲ ਹੋ ਰਹੀ ਹੈ ਨਾ ਦੁਨੀਆ ਦੇ ਵਿੱਚ ਉਹ ਮੇਰਾ ਖਿਆਲ ਕਿਸੇ ਹੱਦ ਤੱਕ ਹਕੀਕਤ ਵੀ ਬਣਦੀ ਜਾ ਰਹੀ ਆ ਕਿ ਉਹ ਜਿਹੜੇ ਹੜ੍ਹ ਆ ਇੱਥੇ ਜ਼ਿਆਦਾ ਵੱਧ ਗਏ ਆ ਔਰ ਇਹਨਾਂ ਇੱਥੇ ਯੂਰਪ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਪ੍ਰਬੰਧ ਉਸ ਹਿਸਾਬ ਨਾਲ ਨਹੀਂ ਸੀ ਕੀਤਾ ਆ ਕਿਉਂਕਿ ਇਹ ਸਮਝਦੇ ਸੀ ਕਿ ਬਈ ਇੰਨੇ ਜ਼ਿਆਦਾ ਮੀਂਹ ਨਹੀਂ ਪੈਂਦੇ ਜੇ ਤੁਸੀਂ ਦੇਖੋਗੇ ਜਿਸ ਤਰ੍ਹਾਂ ਕੁਲਦੀਪ ਜੀ ਨੇ ਕਿਹਾ ਕਿ ਇਹਨਾਂ ਦੇ ਨਜ਼ਦੀਕ ਦੋ ਦਰਿਆ ਗੁਜ਼ਰਦੇ ਹੈਗੇ ਆ ਉੱਥੇ ਤੁਸੀਂ ਦੇਖੋਗੇ ਕਿ ਜਿਹੜੇ ਘਰ ਵੀ ਬਣਾਏ ਹੋਇਆ ਉਹ ਇਹਨਾਂ ਦਰਿਆਵਾਂ ਦੇ ਕਿਨਾਰੇ ਤੇ ਆ ਔਰ ਬਹੁਤੇ ਉੱਚੇ ਵੀ ਨਹੀਂ ਬਣਾਏ ਕਿਉਂਕਿ ਇਹ ਹੀ ਸੋਚਿਆ ਜਾਂਦਾ ਸੀ ਕਿ ਬਈ ਇੱਥੇ ਹੜ੍ਹ ਆਉਣ ਦੇ ਜਿਹੜੇ ਜਿਹੜੇ ਚਾਂਸਸ ਆ ਉਹ ਬਹੁਤ ਘੱਟ ਹੈਗੇ ਆ ਹੁਣ ਯੂਰਪ ਨੂੰ ਇਹ ਸੋਚਣਾ ਪਊਗਾ ਕਿ ਕਲਾਈਮੇਟ ਚੇਂਜ ਦੇ ਆਧਾਰ ਤੇ ਆਪਣਾ ਸੁਰੱਖਿਅਤ ਘਰਾਂ ਨੂੰ ਕਿਸ ਤਰ੍ਹਾਂ ਬਣਾਇਆ ਜਾਵੇ ਅ ਠੀਕ ਹੈ ਤੁਸੀਂ ਕੋ ਸ਼ੇਅਰ ਕਰਨਾ ਚਾਹੁੰਦੇ ਉਹ ਜਿਹੜੇ ਉਹ ਪੱਬਸ ਹੈਗੇ ਆ ਜਾਂ ਕਲੱਬਸ ਹੈਗੇ ਆ ਉਹ ਤਾਂ ਬਿਜ਼ੀ ਬੜੇ ਹੁੰਦੇ ਆ ਕਿਉਂਕਿ ਨਦੀ ਕਿਨਾਰੇ ਨਜ਼ਾਰਾ ਕਿਨਾਰੇ ਮੈਂ ਵੀ ਆ ਕੇ ਬਹਿਣਾ ਹੁੰਨਾ ਉੱਥੇ ਪਰ ਜਦੋਂ ਫੇਹਾੜ ਆ ਗਿਆ ਬਲਦੇਵ ਸਿੰਘ ਜੀ ਬਸ ਫੇ ਦੇਖੋ ਕੋਈ ਉੱਥੇ ਬੈਠਾ ਆ ਪੈ ਜੁੱਤੀਆਂ ਛੱਡ ਕੇ ਭੱਜਣ ਦੀ ਲੋੜ ਪੈਂਦੀ ਕਿਵੇਂ ਦੀ ਫਾਈਨਲੀ ਇਹ ਹੁੰਦਾ ਵੀ ਜਿਹੜੀਆਂ ਹਨਾ ਤੁਸੀਂ ਟੈਲੀਵਿਜ਼ਨ ਤੇ ਖਬਰਾਂ ਦੇਖਦੇ ਆ এনवायरमेंट ਏਜੰਸੀ ਵੱਲੋਂ ਜਦੋਂ ਕਿਹਾ ਜਾਂਦਾ ਹੈਗਾ ਸਵੀਅਰ ਫਲੱਡ ਵਰਨਿੰਗ ਉਹਦਾ ਮਤਲਬ ਇਹ ਹੈਗਾ ਡੇਂਜਰ ਟੂ ਲਾਈਫ ਹਾਂਜੀ ਤੇ ਉਸ ਤੋਂ ਹੈਗਾ ਜਿਹੜੀ ਇੱਕ ਫਲੱਡ ਵਰਨਿੰਗ ਹੈਗੀ ਆ ਉਹ ਹੈਗਾ ਵੀ ਆਪਣੇ ਆਪ ਨੂੰ ਪ੍ਰੀਪੇਅਰ ਕਰ ਲਓ ਤੇ ਉਸ ਤੋਂ ਇੱਕ ਥੱਲੇ ਜਿਹੜੀ ਪਹਿਲਾਂ ਗੱਲ ਕਰਦੇ ਹੈਗੇ ਆ ਫਲਡ ਅਲਰਟਸ ਹਾਂਜੀ ਵੀ ਇਹਦੇ ਚਾਂਸਸ ਜ਼ਿਆਦਾ ਆ ਵੀ ਤੁਸੀਂ ਆਪਣੇ ਆਪ ਦੇ ਘਰਾਂ ਦੀ ਜਾ ਆਪਣੇ ਸੁਰੱਖਿਅਤ ਕਰਨੀਆਂ ਜਾਂ ਜਿੱਦਾਂ Sandbag ਜਾਂ ਜੋ ਕੁਝ ਵੀ ਰੱਖਣਾ ਉਹਦੇ ਬਚਾਅ ਕਰਨ ਦੇ ਇਹ ਅਵਾਰਨਿੰਗ ਦਾ ਬੜਾ ਧਿਆਨ ਰੱਖਣਾ ਪੈਂਦਾ ਹੈ ਪਰ ਜਿੱਥੇ ਅੱਛਾ ਹੁਣ ਪੰਜਾਬ ਦੀ ਥੋੜੀ ਗੱਲ ਕਰ ਲੈਣੇ ਆਪਾਂ ਇਹ ਤਾਂ ਹੋ ਗਈ ਕੁਦਰਤੀ ਕਰੋਪੀ ਹੋ ਗਈ ਜੀ ਹਾਂ ਪਰ ਕਈ ਮਨੁੱਖੀ ਕਰੋਪੀਆਂ ਵੀ ਪੈਦਾ ਹੋਈਆਂ ਪੰਜਾਬ ਦੇ ਪਿਛਲੀ ਵਾਰੀ ਹੜ੍ਹ ਆਏ ਜੀ ਹਾਂ ਪਾਖੜੇ ਦਾ ਪਾਣੀ ਉੱਥੋਂ ਦੇ ਪ੍ਰਬੰਧਕਾਂ ਨੇ ਬਿਨਾ ਕਿਸੇ ਕੈਲਕੂਲੇਸ਼ਨ ਦੇ ਸ਼ਰਤਾ ਕਿਦਾ ਨੁਕਸਾਨ ਕਿੰਨਾ ਹੋਵੇਗਾ ਰਾਜਦਾਨੀ ਕਿ ਉਹ ਹੌਲੀ-ਹੌਲੀ ਛੱਡ ਦੇ ਉਹ ਲੋਕ ਹਲੇ ਤੱਕ ਵੀ ਉਹ ਵਿਚਾਰੇ ਆਪਣੇ ਪੈਰਾ ਤੇ ਨਹੀਂ ਆ ਸਕਦੇ ਇਹਨਾਂ ਨੂੰ 2-4 ਸਾਲ ਹੋ ਗਏ ਹੋਣਗੇ ਪਿਛਲੇ ਸਾਲ ਦੀ ਗੱਲ ਹੈ ਉਹਦੇ ਵਿੱਚ ਸਿੱਖ ਚੈਨਲ ਦੇ ਵੀ ਬੜਾ ਯੋਗਦਾਨ ਪਾਇਆ ਉਹਦੇ ਵਿੱਚ ਉਹ ਮੇਰਾ ਖਿਆਲ ਹੈ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਹੈਗੀਆਂ ਉਹ ਟੋਟਲੀ ਇਨਕੰਪੀਟੈਂਟ ਹੈਗੀਆਂ ਸਿਰਫ ਹੜ੍ਹਾਂ ਦੇ ਸਿਲਸਿਲੇ ਦੇ ਵਿੱਚ ਹੀ ਨਹੀਂ ਹਰ ਕੰਮ ਉੱਥੇ ਜਿਹੜਾ ਅਧੂਰਾ ਕੀਤਾ ਜਾਂਦਾ ਔਰ ਬਿਨਾ ਸੋਚੇ ਸਮਝੇ ਤੇ ਪਲੈਨਿੰਗ ਤੋਂ ਬਗੈਰ ਕੀਤਾ ਜਾਂਦਾ ਲੇਕਿਨ ਯੂਰਪ ਦੇ ਵਿੱਚ ਇਸ ਤਰ੍ਹਾਂ ਇਹ ਨਹੀਂ ਕਰਦੇ ਹੈਗੇ ਇੱਥੇ ਕੁਦਰਤ ਦੀ ਜਿਹੜੀ ਕਰੋਪੀ ਆ ਉਹ ਜ਼ਿਆਦਾ ਇਹ ਐਰਮਿਟ੍ਰਕ ਦੀ ਹੈ ਜਾਂ ਉਹ ਜ਼ਿਆਦਾ ਕਿਉਂਕਿ ਇਹਨਾਂ ਨੇ ਪਹਿਲਾਂ ਜਿਹੜੇ ਡਿਜ਼ਾਈਨ ਕੀਤੇ ਉਹ ਘਰ ਹੈਗੇ ਆ ਪਹਿਲਾਂ ਨਹੀਂ ਸੀ ਸੋਚਿਆ ਔਰ ਦੂਸਰੀ ਤੁਸੀਂ ਪ੍ਰਾਈਮ ਮਿਨਿਸਟਰ ਬੌਰੀਸ ਜੌਨਸਨ ਦਾ ਕਿਹਾ ਸੀ ਬਿਲਕੁਲ ਉਹਨੂੰ ਨਾ ਇਹ ਹੜਾਂ ਦਾ ਜਾਇਜ਼ਾ ਲੈਣ ਦੇ ਲਈ ਉੱਥੇ ਜਾਇਦਾ ਸੀ ਲੇਕਿਨ ਇਦਾਂ ਲੱਗਦਾ ਕਿ ਉਹ ਆਰਾਮ ਦੇ ਨਾਲ 10 ਡਾਉਨਿੰਗ ਸਟਰੀਟ ਦੇ ਵਿੱਚ ਛੁਪੇ ਰਹੇ ਹਾਂ ਹਾਂ ਤਾਂ ਜੁੱਦੀ ਗੱਲ ਆ ਮੇਰੇ ਦੋਸਤ ਨੇ ਘਰ ਬਣਾਇਆ ਕੋਠੀ ਉਹ ਮੈਂ ਕਿਹਾ ਪਾਣੀ ਕਹਿੰਦਾ ਪਾਣੀ ਗਵਾਂਡੀਆਂ ਦੇ ਅੱਛਾ ਅਗਲੀ ਗੱਲ ਚੱਲਦੇ ਅਸੀਂ ਬਲਦੇਵ ਤੌਤੋਂ ਸ਼ੁਰੂ ਕਰਾਂਗੇ ਅਸੀਂ ਕਿ 2000 ਤੁਸੀਂ ਗੱਲ ਕੀਤੀ ਆ ਕਿ ਭਾਰਤੀ ਸਰਕਾਰਾਂ ਦੀ ਔਰ ਇਥੋਂ ਦੀ ਸਰਕਾਰਾਂ ਦੀ ਇਹਨਾਂ ਦਾ ਕੀ ਫਰਕ ਹੈਗਾ ਆ ਔਰ 2016 ਦੇ ਵਿੱਚ ਬਰਤਾਨੀ ਦੇ ਲੋਕ ਨੇ ਇੱਕ ਸੁਪਨਾ ਲਿਆ ਸੀ ਕਿ ਅਸੀਂ ਯੂਰਪ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਅਸੀਂ ਆਜ਼ਾਦ ਆਪਣਾ ਸਟੈਂਡ ਲਾਵਾਂਗੇ ਪਰ ਉਸ ਮੁਹਿਮ ਨੇ ਦੋ ਪ੍ਰਧਾਨ ਮੰਤਰੀਆਂ ਦੀ ਵੀ ਉਹਨਾਂ ਨੇ ਜਾਣ ਲਈ ਜੇ ਕਹਿਦੀ ਹੈ ਨਾ ਤੇ ਉਸ ਤੋਂ ਬਾਅਦ ਬੋਰਿਸ ਜੌਨਸਨ ਆ ਗਿਆ ਥੋੜੀ ਜਿਹੀ ਥੋੜੀ ਜਿਹੀ ਪਿਛਲ ਝਾਤ ਸਾਇ ਪਾਓ ਕਿ ਉਸ ਤੋਂ ਲੈ ਕੇ ਹੁਣ ਤੱਕ ਕੀ ਹੋਇਆ ਹੈਗਾ ਬ੍ਰੈਕਸਿਟ ਦੇ ਵਿੱਚ ਦੋ ਕੁ ਮਿੰਟ ਵਾਸਤੇ ਦੇਖੋ ਜਿੱਥੋਂ ਤੱਕ ਮੇਰੀ ਅੰਡਰਸਟੈਂਡਿੰਗ ਹੈ ਕਿ ਬ੍ਰੈਕਸਿਟ ਦੀ ਉਹ ਇਹ ਹੈ ਕਿ ਭਈ ਜਿਹੜਾ ਇਮੀਗ੍ਰੇਸ਼ਨ ਯੂਰੋਪੀਅਨ ਯੂਨੀਅਨ ਦੇ ਵਿੱਚ ਇਹ ਰੂਲਸ ਹੈਗਾ ਕਿ ਇਹ ਜਿਸ ਤਰ੍ਹਾਂ ਹਿੰਦੁਸਤਾਨ ਇੱਕ ਹੈਗਾ ਦੂਸਰਾ ਅਲੱਗ ਢਾਂਚਾ ਹੈਗਾ ਜਾਂ ਜਾਂ ਯੂਨਾਈਟਿਡ ਸਟੇਟਸ ਦੇ ਵਿੱਚ ਜਿੰਨੀਆਂ ਵੀ ਸਟੇਟਸ ਹੈ ਆ ਉਥੇ ਤੁਸੀਂ ਕਿਸੇ ਤਰ੍ਹਾਂ ਵੀ ਬਿਨਾਂ ਪਵੰਦੀ ਤੋਂ ਆ ਜਾ ਸਕਦੇ ਆ ਤੇ ਜਿਹੜੀ ਯੂਰੋਪੀਅਨ ਯੂਨੀਅਨ ਆ ਉਹ ਏਸੇ ਹੀ ਅਸਾਰ ਤੇ ਬਣਾਈ ਸੀ ਕਿ ਭਈ ਜਿੰਨੇ ਵੀ ਮੈਂਬਰ ਦੇਸ਼ ਹੋਣਗੇ ਹ 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 ਉਹਨਾਂ ਨੂੰ ਆਉਣ ਜਾਣ ਦੀ ਖੁੱਲ ਹੋਊਗੀ ਹਾਂ 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 اچھا ਉਹ ਖੁੱਲ ਹੋਣ ਦੇ ਕਾਰਨ ਸਾਰੇ ਦੇ ਸਾਰੇ ਜਦੋਂ ਈਸਟਰਨ ਯੂਰਪ ਵਾਲੇ ਉਹ ਉਹ ਥੋੜੇ ਜਿਹਾ ਗਰੀਬ ਮੁਲਕ ਹੈਗੇ ਆ ਜਦੋਂ ਉਹ ਯੂਰੋਪੀਅਨ ਯੂਨੀਅਨ ਦੇ ਮੈਂਬਰ ਬਣੇ ਹੈਗੇ ਆ ਤੇ ਉਹ ਉਹਨਾਂ ਨੇ ਯੂਨਾਈਟਿਡ ਕਿੰਗਡਮ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਯੂਨਾਈਟਿਡ ਕਿੰਗਡਮ ਦੀ ਇਕਨੋਮੀ ਜਿਹੜੀ ਆ ਬਾਕੀ ਸਾਰੇ ਮੁਲਕਾਂ ਨਾਲੋਂ ਕਾਫੀ ਤਾਕਤਵਰ ਹੈਗੀ ਆ ਤੇ ਉਸ ਇਸ ਲਈ ਉਹ ਜਿਹੜੀ ਇਮੀਗ੍ਰੇਸ਼ਨ ਹੋ ਰਹੀ ਸੀਗੀ ਜਾਂ ਉਹ ਲੋਕ ਆ ਰਹੇ ਸੀ ਉਹਨੂੰ ਬਰਤਾਨਵੀ ਸਰਕਾਰ ਜਿਹੜੀ ਕਾਬੂ ਨਾ ਕਰ ਸਕੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਸਮੱਸਿਆਵਾਂ ਪੈ ਗਈਆਂ ਤੇ ਲੋਕਲ ਅਥਾਰਟिटीज ਨੂੰ ਉਹ ਜਿਹੜੇ ਇਮੀਗ੍ਰੈਂਟ ਸਿਗੇ ਉਹਨਾਂ ਨੂੰ ਕਮੋਡੀਸ਼ਨ ਦੇਣ ਦੀਆਂ ਬਹੁਤ ਸਮੱਸਿਆਵਾਂ ਪੈ ਗਈਆਂ ਸੀਗੀਆਂ ਤੇ ਲੋਕਾਂ ਦੇ ਵਿੱਚ ਇੱਕ ਕਿਸਮ ਦਾ ਰੋਸ ਸੀ ਕਿ ਬਈ ਇਸ ਇਮੀਗ੍ਰੇਸ਼ਨ ਨੂੰ ਰੋਕਿਆ ਜਾਵੇ ਸੋ ਤੁਹਾਡਾ ਕਹਿਣ ਦਾ ਮਤਲਬ ਹੈਗਾ ਬਲਦੇਵ ਜੀ ਕਿ ਇੱਥੇ ਵੀ ਜਿਹੜੀ ਇੱਥੇ ਦਾ ਪ੍ਰਸ਼ਾਸਨ ਹੈਗਾ ਸਰਕਾਰ ਹੈਗੀ ਆ ਉਹਨਾਂ ਤੋਂ ਵੀ ਕੋਈ ਨਾ ਕੋਈ ਗਲਤੀ ਹੋ ਗਈ ਹੈ ਮੇਰੇ ਖਿਆਲ ਹੁਣ ਆਪਾਂ ਮੌਕਾ ਦਿੰਦੇ ਹਾਂ ਸਰਦੂਰੀ ਤੁਸੀਂ ਇਹਦਾ ਕੀ ਕਹਿਣਾ ਚਾਹੁੰਦੇ ਆ ਜਿਹੜੀ ਚਲੋ ਪੁਰਾਣੀ ਤਾਂ ਹੁਣ ਲੰਮੀ ਬਹੁਤ ਸਟੋਰੀ ਹੋ ਜਾਣੀ ਹੈ ਸਮਾਂ ਸਾਡਾ ਵੀ ਥੋੜਾ ਹੋਣਾ ਹੈਗਾ ਹਾਂਜੀ ਜਿਹੜੀ ਹੁਣ ਦੀ ਪਿਛਲੇ ਦੋ ਤਿੰਨ ਮਹੀਨੇ ਦੀ ਜਿਹੜੀ ਇਹਨਾਂ ਦੀ ਕਾਰਵਾਈ ਹੈਗੀ ਐ ਇਲੈਕਸ਼ਨ ਤੋਂ ਬਾਅਦ ਦੀ ਹੁਣ ਤੱਕ ਤੁਹਾਨੂੰ ਕੀ ਲੱਗਦਾ ਹੈਗਾ ਇਹ ਕੇਸ ਰੁਕ ਰਿਹਾ ਟ੍ਰੈਫਿਕ ਜਾ ਰਿਹਾ ਹੈਗਾ ਜਾਂ ਉਹਦੇ ਦੇਖੋ ਜਿਹੜੇ ਤੇ ਬ੍ਰੈਕਸਿਟ ਸੀਗਾ ਨਾ ਉਹਦੇ ਇਹਨਾਂ ਨੇ ਐਂਡ ਆਫ ਜਨਵਰੀ ਕਰ ਦਿੱਤਾ ਜੀ ਹੁਣ ਜਿਹੜਾ ਟ੍ਰੇਡ ਹੈ ਹੂੰ ਕਿਉਂਕਿ ਜੇ ਇਸ ਹਿਸਾਬ ਦੇ ਨਾਲ ਵੀ ਦੇਖਿਆ ਜਾਵੇ ਕਿ ਯੂਕੇ ਜਿਹੜਾ ਸੀ ਯੂਰੋਪੀਅਨ ਯੂਨੀਅਨ ਜੁਆਇਨ ਕਰਨ ਤੋਂ ਪਹਿਲਾਂ ਵੀ ਤਾਂ ਸਰਵਾਈਵ ਕੀਤਾ ਹੈ ਨਾ ਤੇ ਹੁਣ ਜੇ ਇਹਨਾਂ ਦਾ ਡਿਵੋਰਸ ਹੋ ਗਿਆ ਤੇ ਡਿਵੋਰਸ ਦੇ ਵਿੱਚ ਸਰਵਾਈਵ ਤੇ ਇਹਨਾਂ ਨੇ ਕਰਨਾ ਹੀ ਕਰਨਾ ਹੈਗਾ ਤੇ ਜਿਹੜੇ ਬਾਕੀ ਦੇ ਮੁਲਕ ਹੈਗੇ ਜਰੂਰੀ ਨਹੀਂ ਵੀ ਈਯੂ ਦੇ ਹੈਗੇ ਜਿਹੜਾ ਉਹਨਾਂ ਦੇ ਨਾਲ ਜਿਹੜਾ ਕੁਝ ਖਾਸ ਟ੍ਰੇਡ ਹੈਗਾ ਜਿੱਦਾਂ ਮਤਲਬ ਆਉਣ ਜਾਣ ਦੇ ਜਿਹੜਾ ਫੂਡ ਹੈਗਾ ਸਪੇਨ ਤੋਂ ਫਲਾਨਾ ਤਮਕੜਾ ਉਹ ਇੱਥੇ ਆਈ ਜਾਣਾ ਹੈਗਾ ਤੇ ਜਿਹੜੀ ਚੀਜ਼ ਬਾਹਰਿਆਂ ਦੇ ਨਾਲ ਆਸਟ੍ਰੇਲੀਆ ਦੇ ਨਾਲ ਅਮਰੀਕਾ ਦੇ ਨਾਲ ਜਾਪਾਨ ਦੇ ਨਾਲ ਕੈਨੇਡਾ ਦੇ ਨਾਲ ਇੰਡੀਆ ਦੇ ਨਾਲ ਬਾਕੀ ਦੇ ਜਿਹੜੇ ਹੈਗੇ ਆ ਐਸ ਅ ਹੋਲੀ ਸੋਲੀ ਇਹਨਾਂ ਦੇ ਟ੍ਰੇਡ ਹੋਣਾ ਹੀ ਹੋਣਾ ਹੈਗਾ ਕਿਉਂਕਿ ਇਹਨਾਂ ਦਾ ਤੇ ਬਾਕੀ ਦੇ ਮੁਲਕਾਂ ਦਾ ਆਸ ਵਿੱਚੇ ਅੱਜ ਕੱਲ ਸਰਵਾਈਵਰ ਨਹੀਂ ਹੈ ਉਹ ਇੱਕ ਦੇ ਦੂਜੇ ਬਗੈਰ ਬਚ ਨਹੀਂ ਸਕਦੇ ਸੋ ਇਹ ਜੀ ਚੀਜ਼ਾਂ ਹੈਗੀਆਂ ਵੀ ਹਾਂ ਇਕਨੋਮੀ ਦੇ ਉੱਤੇ ਫਰਕ ਪਏਗਾ ਹੁਣ ਤੁਸੀਂ ਕੱਲ ਅੱਜ ਦੀ ਮੇਰੇ ਕੱਲ ਦੀ ਖ਼ਬਰ ਇਹ ਜਿਹੜੀ ਹੈਗੀ ਆ ਹਾਊਸ ਪ੍ਰਾਈਸਿੰਗ ਆ ਗੋਇੰਗ ਅਪ ਅਗੇ ਹਾਂਜੀ ਸੋ ਉਹ ਚੀਜ਼ਾਂ ਹੈਗੀਆਂ ਜ਼ਰੂਰੀ ਇਹ ਗੱਲ ਹੈਗੀ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਛੱਡਦੇ ਆ ਨਾ ਉਹਦਾ ਇਫੈਕਟ ਤਾਂ ਨੇਚਰਲੀ ਪੈਂਦਾ ਹੀ ਪੈਂਦਾ ਉਹ ਪੈਣਾ ਵੀ ਚਾਹੀਦਾ ਤੇ ਉਹ ਹੈਗਾ ਵੀ ਇਹਦੀ ਜਿਹੜੀ ਐਸ ਵੇਲੇ ਚਾਹੇ ਉਹ ਯੂਰਪੀ ਜਿਹੜਾ ਬੀਲਿਵ ਉਹਨੇ ਇਮੀਗ੍ਰੇਸ਼ਨ ਦੀ ਗੱਲ ਕੀਤੀ ਇਮੀਗ੍ਰੇਸ਼ਨ ਦਾ ਟਾਪਿਕ ਜਿਹੜਾ ਉਹ ਵੱਖਰਾ ਹੈ ਪਰ ਉਹ ਉਹਦੇ ਤੋਂ ਨਾਲ ਇਹ ਚੀਜ਼ ਹੈਗੀ ਆ ਕਿ ਐਸ ਵੇਲੇ ਜਿਹੜੀ এমਪਲੋਇਮੈਂਟ ਹੈ ਐਟ ਇਟਸ ਹਾਈਐਸਟ ਫੋਰ ਫੋਰ ਦਾ ਲਾਸਟ 20 ইয়ার্স 1975 ਤੋਂ ਲੈ ਕੇ ਹਾਂ ਤੇ ਚਲੋ ਉਹ ਦੂਰੀ ਮੈਨੂੰ ਜੇ ਲਾਸਟ 20 ইয়ার ਦੇ ਵੀ ਰੱਖ ਲਈਏ ਐਸ ਵੇਲੇ ਜਿਹੜਾ ਹਨਾ ਇਫੈਕਟ ਉਹਨਾਂ ਦੇ ਉੱਤੇ ਪੈਣਾ ਸੀਜ਼ਨਲ ਹਾਂ ਜਿਹੜੇ ਮਤਲਬ ਫਾਰਮਰਸ ਦੀ ਹੈ ਤੇ ਜਿਹੜਾ ਬਹੁਤਾ ਜਿਆਦਾ ਇਫੈਕਟ ਪੈਣਾ ਵਿੱਚ ਹੈਜ਼ ਬੀਨ ਓਨ ਦਾ ਕਾਰਡ ਫਾਰ ਵੈਰੀ ਲੌਂਗ ਟਾਈਮ ਉਹ ਹੈਗਾ ਸਕਿਲਸ ਸਕਿਲਸ ਦੇ ਉੱਤੇ ਜਿਹੜਾ ਚੱਕਰ ਆ ਨਾ ਉਹਦੇ ਤੇ ਜਾਨੀ ਉਹਦੇ ਵਿਸਥਾਰ ਦੇ ਵਿੱਚ ਵੀ ਗੱਲ ਕਰਾਂਗੇ ਆਪਾਂ ਵੀ ਜਿਹੜੀ ਲੋਡ ਹੈਗੀ ਆ ਪਰ ਉਹਨਾਂ ਚੀਜ਼ਾਂ ਦਾ ਇਫੈਕਟ ਤਾਂ ਇਹਨਾਂ ਦੇ ਕੋਲ ਪੈਣਾ ਹੀ ਪੈਣਾ ਹੈਗਾ ਪਰ ਇਹਨਾਂ ਦੇ ਕੋਲ ਇਨ ਹਾਊਸ ਟ੍ਰੇਨਿੰਗ ਜਿਹੜੀ ਆ ਉਹਨੂੰ ਥੋੜੇ ਜਿਹਾ ਬਰਕਰਾਰ ਜਿਹੜੇ ਉੱਪਰ ਲਿਆਉਣਾ ਪਏਗਾ ਤਾਂ ਕਿ ਉਹ ਸਾਰੀ ਚੀਜ਼ ਨੂੰ ਸਰਵਾਈਵ ਕਰ ਸਕੇ ਪਹਿਲਾਂ ਸ਼ਾਇਦ ਇਹਨਾਂ ਨੂੰ ਆਸ ਸੀ ਕਿ ਕੁਲਦੀਪ ਜੀ ਕੇ ਜੋ ਕੈਨੇਡਾ ਦੀ ਡੀਲ ਹੈਗੀ ਹੈ EU ਦੇ ਨਾਲ ਉਹੀ ਇੰਗਲੈਂਡ ਨੂੰ ਮਿਲ ਸਕਦੀ ਆ ਤੁਹਾਨੂੰ ਕੀ ਲੱਗਦਾ ਹੈ ਕਿ ਆ ਕੈਨੇਡਾ ਵਾਲੀ ਡੀਲ ਹੈਗੀ ਆ ਕੈਨੇਡਾ ਇੱਥੋਂ 4-5000 ਮੀਲ ਦੂਰਾ ਹੈਗਾ ਇਹ ਹੈਗੇ ਆ ਕਹਿੰਦੇ ਵੀ ਸਾਡਾ ਬਾਰਡਰ ਲੱਗਦਾ ਆ ਆਰਲੈਂਡ ਦੇ ਨਾਲ ਇਹ ਇਸ ਵਿੱਚ ਇਹਨਾਂ ਦਾ ਬਾਰਡਰ ਲੀਗਲੀ ਜਿਹੜਾ ਨਾਰਥਰਨ ਆਰਲੈਂਡ ਤੇ ਇਹਨਾਂ ਦਾ ਬਾਰਡਰ ਲੱਗਦਾ ਹੈਗਾ ਤੁਸੀਂ ਕਹਿੰਦੇ ਸਾਡੇ ਉਹ ਅਸੀਂ ਕਹਿੰਦੇ ਤੁਹਾਨੂੰ ਡੀਲ ਨਹੀਂ ਦੇ ਸਕਦੇ ਗਿਆ ਉਹਦਾ ਕੀ ਹੈਗਾ ਆ ਕਿ ਥੋੜਾ ਬਹੁਤ ਸਮਾਨ ਤੁਹਾਡੇ ਨਾਲ ਥੋੜਾ ਬਹੁਤ ਅਸੀਂ ਦੇਖਾਂਗੇ ਘਰ ਦਾ ਤੇ ਤੁਹਾਡੇ ਤੇ ਜਿਹੜਾ ਟੈਕਸ ਲੱਗੇਗਾ ਟੈਰਿਫ ਜਿਹਨੂੰ ਟੈਰਿਫ ਸਾਡੀ ਟੈਕਸੀ ਉਹ ਥੋੜਾ ਬਹੁਤ ਲੱਗੇਗਾ ਉਹ ਕਹਿੰਦੇ ਇਹ ਨਹੀਂਗਾ ਜੇ ਤੁਹਾਡੇ ਨਾਲ ਜੁਰੀ ਡੀਲ ਕਰਨੀ ਹੈਗੀ ਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਆ ਉਹ ਜਿਹੜੇ ਕੈਨੇਡੀਅਨ ਆ ਕਹਿੰਦੇ ਅਸੀਂ ਉਹ ਨਹੀਂ ਤੁਹਾਨੂੰ ਡੀਲ ਦੇ ਸਕਦੇ ਯੂਕੇ ਨੂੰ ਕਿਉਂਕਿ ਜਿਹੜਾ ਈਯੂ ਵਾਲੇ ਆ ਕਹਿੰਦੇ ਉਹ ਨਹੀਂ ਅਸੀਂ ਦੇਣੀ ਡੀਲ ਉਹ ਦੂਰ ਹੈ ਗਿਆ ਤਾਂ ਉਹਨਾਂ ਦੀ ਆ ਜਿਹੜਾ ਸਮਾਨ ਆਉਂਦਾ ਵੀ ਤੇ ਜਾਂਦਾ ਉੱਤੇ ਹੀ ਪੈਸੇ ਲੱਗਦੇ ਆ ਪਰ ਕਹਿੰਦੇ ਤੁਹਾਨੂੰ ਨਹੀਂ ਅਸੀਂ ਡੀਲ ਦੇਣੀ ਤੇ ਨਾ ਹੀ ਸੋਚੋ ਉਹ ਕੈਨੇਡੀਅਨ ਡੀਲ ਬਾਰੇ ਵੀ ਪਿਛਲੀ ਵਾਰੀ ਗੱਲ ਕਰ ਰਹੇ ਸੀਗਾ ਤੇ ਜੇ ਦੇਖੋ دوسری ਪਾਸੇ ਇੱਕ ਐਗਰੀਕਲਚਰਲ ਡੀਲ ਨਹੀਂ ਹੁੰਦਾ ਜਾਂ ਕਿਸ ਤਰ੍ਹਾਂ ਦਾ ਵੀ ਡੀਲ ਇਹ ਕਰਦੇ ਹੈਗੇ ਆ ਜਿਹੜੇ ਤੁਸੀਂ ਟੈਰਿਫਸ ਦੀ ਗੱਲ ਕੀਤੀ ਆ ਕੋਟਾਸ ਦੀ ਗੱਲ ਕੀਤੀ ਹੈਗੀ ਆ ਉਹ ਉਹ ਜੇਕਰ ਲਾਗੂ ਹੋ ਜਾਂਦੇ ਆ ਤੇ ਇੱਥੇ ਚੀਜ਼ਾਂ ਬਹੁਤ ਮਹਿੰਗੀਆਂ ਹੋ ਸਕਦੀਆਂ ਜਿਹੜੀਆਂ ਕਿ ਯੂਰਪ ਤੋਂ ਆ ਰਹੀਆਂ ਕਿਉਂਕਿ ਯੂਨਾਈਟਿਡ ਕਿੰਗਡਮ ਦੀ ਸਰਕਾਰ ਨੂੰ ਉਹਨਾਂ ਤੇ ਟੈਰਿਫਸ ਲਾਉਣੇ ਪੈਣਗੇ ਜਿਸ ਤਰ੍ਹਾਂ ਜਰਮਨ ਕਾਰਾਂ ਆਇਆ ਉਨ੍ਹਾਂ ਦੇ ਉੱਤੇ ਜੇ 10% 20% ਟੈਰਿਫ ਲਗਾਏ ਜਾਂਦੇ ਆ ਤੇ ਉਹ ਮਹਿੰਗੀਆਂ ਹੋਣਗੀਆਂ ਜਿਹੜਾ ਸਾਰਾ ਫੂਡ ਹੈਗਾ ਆ ਉਹ ਯੂਰਪ ਸਪੇਨ ਤੋਂ ਆਉਂਦਾ ਉਹਦੇ ਤੇ ਟੈਰਿਫ ਜੇ ਲੱਗਦੇ ਹੈਗੇ ਆ ਤੇ ਇਸ ਲਈ ਜਿਹੜਾ ਇਹਨਾਂ ਦਾ ਡੀਲ ਆ ਉਹ ਇਸ ਸਾਲ ਦੇ ਅੰਤ ਤੋਂ ਪਹਿਲਾਂ ਪਹਿਲਾਂ ਜਿਹੜਾ ਹੋ ਜਾਣਾ ਚਾਹੀਦਾ ਡਿਪੈਂਡਿੰਗ ਔਨ ਕਿ ਉਹ ਕਿਸ ਤਰ੍ਹਾਂ ਹੁੰਦਾ ਆ ਇਸ ਲਈ ਸਾਡੇ ਤੇ ਇਕਨੋਮਿਕ ਜਿਹੜਾ ਅਸਰ ਆ ਉਹ ਬਹੁਤ ਘਾਤਕ ਵੀ ਸਾਬਤ ਹੋ ਸਕਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸ ਗਿਆ ਤੇ ਨਾਲ ਹੀ ਜਿਹੜੀ ਇੱਕ ਨਵਾਂ ਜਿਹੜਾ ਹੁਣ ਇਸ਼ੂ ਇਹਦੇ ਨਾਲ ਪੈਦਾ ਹੋ ਗਿਆ ਹੈਗਾ ਹੁਣੇ-ਹੁਣੇ ਜਿਹੜੀ ਬਰਤਾਨਵੀ ਸਰਕਾਰ ਹੈਗੀ ਆ ਉਹਨਾਂ ਨੇ ਇਮੀਗ੍ਰੇਸ਼ਨ ਦੇ ਨਵੇਂ ਰੂਲ ਲੈ ਕੇ ਆਂਦੇ ਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹਨਾਂ ਦੇ ਨਵੇਂ ਕਾਨੂੰਨ ਇਹ ਇਹ ਗੱਲਾਂ ਜੁੜੀਆਂ ਗੱਲ ਕਰਦੇ ਆ ਸਦਾ ਵੀ ਇਹ ਪੁਆਇੰਟ ਸਿਸਟਮ ਲਾਈ ਹੈ ਇਹਨਾਂ ਨੇ ਹੁਣ ਪੁਆਇੰਟ ਸਿਸਟਮ ਬਾਰੇ ਸੋਚ ਰਹੇ ਨੇ ਵੀ ਜੇ ਤੁਹਾਨੂੰ 70 ਪੁਆਇੰਟ ਚਾਹੀਦੇ ਹੈਗੇ ਆ 70 ਦੇ ਪੁਆਇੰਟ ਅਗੇ ਤੁਹਾਨੂੰ ਜੋਬ ਮਿਲ ਗਈ ਉਹ 20 ਪੁਆਇੰਟ ਹੈਗੇ ਆ ਤੇ ਜੇ ਤੁਹਾਨੂੰ ਤੁਹਾਨੂੰ ਅੰਗਰੇਜ਼ੀ ਬੋਲਣੀ ਆਉਂਦੀ ਤਾਂ 10 ਪੁਆਇੰਟ ਹੈਗੇ ਆ ਤੇ ਜੇ ਤੁਹਾਨੂੰ 50 25600 ਹੈਗੇ ਉਹ 20 ਪੁਆਇੰਟ ਹੈਗੇ ਆ ਤੇ ਇਹ ਸਗਾ ਕਰਕੇ ਪੜਾਈ ਉਹ ਤੁਹਾਡੀ ਸਕਿੱਲ ਸਕਿੱਲ ਦਾ ਮਤਲਬ ਹੈਗਾ ਵੀ ਤੁਸੀਂ ਸਿਰਫ ਡਾਕਟਰ ਇੰਜੀਨੀਅਰ ਜਾਂ ਪੀ ਐਚ ਡੀਆ ਕੀਤੀਆਂ ਆ ਜਿੱਦਾਂ ਮੇਰਾ ਬਾਪ ਆਇਆ ਸੀਗਾ 57 ਵਿੱਚ ਨਾ ਅੰਗਰੇਜ਼ੀ ਆਉਂਦੀ ਸੀਗੀ ਨਾ ਕੋਈ ਸਕਿੱਲ ਸੀਗੀ ਇੱਕ ਫਾਉਂਡਰੀਆ ਦਾ ਕੰਮ ਸੀਗਾ ਉਹ ਹੁਣ ਕਹਿੰਦੇ ਵੈਸੇ ਬੰਦ ਕਰ ਦੇਣੀ ਆ ਪਰ ਉਹ ਇਹ ਤਾਂ ਇੱਕ ਸਿਸਟਮ ਹੈਗਾ ਫਿਰ ਦੂਜਾ ਹੁਣ ਇਹ ਕਹਿੰਦੇ ਹੈਗੇ ਆ ਤੇ ਜਿਹੜਾ ਫਰੂਟ ਪਿਕਰ ਆ ਸ਼ਾਇਦ ਉਹਨਾਂ ਨੂੰ ਅਸੀਂ ਥੋੜੇ ਬਹੁਤ ਅਲਾਊ ਕਰਨਾ ਪਰ ਇਹਦੇ ਨਾਲ ਉਹਨਾਂ ਨੇ ਜਿਹੜੇ ਸੋਸ਼ਲ ਵਰਕਰ ਹੈਗੇ ਆ ਜਿਹੜੇ ਲੋਕੀ ਕੰਮ ਕਰਦੇ ਆ ਬੁੜਿਆਂ ਦੇ ਚੇਅਰ ਹੋਮਸ ਦੇ ਵਿੱਚ ਚੇਅਰ ਹੋਮਸ ਦੇ ਵਿੱਚ ਉਹ ਕਹਿੰਦੇ ਭਾਈ ਉਹਨਾਂ ਵਾਸਤੇ ਤੁਸੀਂ ਆਪ ਟ੍ਰੇਨ ਕਰੋ ਇਟਾ ਯੂਕੇ ਦੇ ਤੇ ਜਿਹੜੇ ਅੰਗਰੇਜ਼ ਆ ਜਾਂ ਆਪਰੇ ਬੰਦੇ ਹੈਗੇ ਆ ਉਹਨਾਂ ਨੂੰ ਪਰ ਉਹ ਕੀ ਉਹ ਟ੍ਰੇਨ ਕਰ ਸਕਦੇ ਜਾਂ ਨਹੀਂ ਇਹ ਤਾਂ ਹੁਣ ਸਾਨੂੰ ਪਤਾ ਨਹੀਂ ਨਾ ਹੈਗਾ ਇਸਾ ਕਿ ਉਹ 70 ਪੁਆਇੰਟ ਚਾਹੀਦੇ ਆ ਆਹਾ ਹਾਈਸ ਕਰਕੇ ਜੇ ਮੈਂ ਕੁਝ ਮਿਸ ਕਰ ਦਿੱਤਾ ਤੁਸੀਂ ਹਰਦੂਲ ਸਿੰਘ ਜੀ ਇਹਨਾਂ ਨੂੰ ਮੈਂ ਹਾਂ ਵੈਸੇ ਜਿਹੜੀ ਜਿਹੜੀ ਤੁਸੀਂ ਗੱਲ ਕੀਤੀ ਸਹੀ ਹੈ ਪਰ ਇਹਦੇ ਤੇ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਚਿਹੜਾ ਵੀ ਲਾ ਬਣਦਾ ਯੂ ਨੀਡ ਟੂ ਰੀਡ ਬੀਟਵੀਨ ਦ ਲਾਈਨਸ ਬਿਲਕੁਲ ਉਹ ਇਹ ਹੈਗੀ ਹੈ ਕਿਉਂਕਿ ਜਿਹੜੀ ਹੁਣੇ ਤੁਸੀਂ ਗੱਲ ਕਰਕੇ ਹਟਿਆ ਜਦੋਂ ਬ੍ਰੈਕਸਿਟ ਤੇ ਛੱਡਿਆ ਤੇ ਉਹਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਆਇਆ ਸੀ ਇਮੀਗ੍ਰੇਸ਼ਨ ਦਾ ਜਿਹਦੇ ਕਰਕੇ ਬ੍ਰੈਕਸਿਟ ਨੂੰ ਵੋਟਾਂ ਪਈਆਂ ਸੀ ਹੁਣ ਇਸ ਪਾਰਟੀ ਨੇ ਜਿਹੜੀ ਗੱਲ ਜਿਹੜੀ ਇਹਦੇ ਜਿਹੜੇ ਹੈ ਨਾ ਅੰਡਰਲਾਈਨ ਦੀ ਗੱਲ ਮੈਂ ਕਰਨ ਲੱਗਾ ਉਹ ਇਹ ਹੈਗਾ ਟੂ ਬ੍ਰਿੰਗ ਥੀਸ ਸਵियर ਹੂੰ ਇਹ ਸਵੀਅਰ ਹੈ ਜਿਹੜੇ ਮੇਰੇ 20% ਪੁਆਇੰਟਸ ਹੈ ਜਿਹੜਾ ਫਲਾਣਾ ਬਣਾ ਉਹਦੇ ਨਾਲ ਜਿਹੜੀ ਇਮੀਗ੍ਰੇਸ਼ਨ ਹੈ ਉਹਨੂੰ ਥੱਲੇ ਲੈ ਕੇ ਆਉਣਗੇ ਇੱਕਦਮੇ ਹਾਂਜੀ ਉਹਨੂੰ ਥੱਲੇ ਲਿਆਉਣ ਦੇ ਲਈ ਜਦੋਂ ਪਤਾ ਲੱਗਣਾ ਵੀ ਇਹ ਚੀਜ਼ਾਂ ਦੀ ਸ਼ੋਰਟੇਜ ਹੈ ਸਾਨੂੰ ਆਹ ਚਾਹੀਦੀ ਹੈ ਉਹ ਚਾਹੀਦੀ ਹੈ ਤੇ ਦੇ ਵਿਲ ਰਿਵਾਈਜ਼ ਦੇ ਵਿਲ ਰਿਵਾਈਜ਼ ਐਂਡ ਦੇ ਬ੍ਰਿੰਗ ਇਟ ਅਪ ਉਹਦੇ ਵੀ ਇਮੀਗ੍ਰੇਸ਼ਨ ਥੱਲੇ ਘਟਣੀ ਪਰ ਜਿਹੜੀ ਹੁਣ ਇੱਕ ਦੀ ਬਣ ਗੱਲ ਕੀਤੀ ਹੈ ਕਿਉਂਕਿ ਮੈਂ ਬਹੁਤ ਸਮਾਂ ਟ੍ਰੇਨਿੰਗ ਦੇ ਵਿੱਚ ਸਪੈਂਡ ਕੀਤਾ ਹੈਗਾ ਜਿਹੜੀ ਸਕਿੱਲ ਟ੍ਰੇਨਿੰਗ ਹੈ ਜਿਹਦੇ ਵਿੱਚ ਬਦਰ ਕਾਰਪੈਂਟਰਸ ਪਲਮਰਸ ਇਲੈਕਟ੍ਰੀਸ਼ੀਅਨ ਜਾਂ ਜਿਹੜੀਆਂ ਜਿਹੜੀਆਂ ਕੁਝ ਹਾਈ ਸਕਿੱਲ ਹੈਗੀਆਂ ਇਲੈਕਟ੍ਰੀਸ਼ੀਅਨ ਜਿਹੜੀ ਹੈ ਇਸ ਵੈਰੀ ਹਾਈ ਸਕਿੱਲ ਕਿਉਂਕਿ ਬਿਜਲੀ ਬੋਲ ਦਿੰਦੀ ਨਹੀਂ ਉਹ ਸ਼ੋਰਟੇ ਮਾਰਦੀ ਹੈ ਪਾਣੀ 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 ਲੀਕ ਹੋ ਜਾਂਦਾ ਤੇ ਗੈਸ ਸਮੈਲ ਹੋ ਜਾਂਦਾ ਹੈ ਤੇ ਬਿਜਲੀ ਬਹੁਤ ਸਭ ਤੋਂ ਡੇਂਜਰਸ ਹੈ ਇਹ ਕਰਕੇ ਇਹ ਜਿਹੜੇ ਸਕਿੱਲ ਲੈਵਲਸ ਹੈਗੇ ਆ ਫॉर द ਪਾਸਟ 50 ইয়ার্স hmm. not now ਇਹ ਡਿਕਲਾਈਨ ਇਹ ਹੁੰਦੀ ਗਈ ਹੈ ਜਿਹੜੀ ਜਿਹੜੀ ਆਮ ਤੌਰ ਤੇ ਜਿਹੜੀ ਸਾਡੀ ਹਾਈ ਲੈਵਲ ਜਿਹੜੀ ਇੰਡਸਟਰੀ ਟੂਲ ਮੇਕਿੰਗ ਕਹਿੰਦੇ ਆ ਤੇ ਉਸ ਇੰਡਸਟਰੀ ਦੇ ਵਿੱਚ ਵੀ ਟ੍ਰੇਨਿੰਗ ਜਿਹੜੀ ਬਹੁਤ ਘਟ ਗਈ ਹੈ ਉਹ ਚੀਜ਼ ਨੂੰ ਲੈਵਲ ਨੂੰ ਇਹਨਾਂ ਨੂੰ ਉੱਪਰ ਲਿਆਉਣਾ ਪੈਣਾ ਇਨ ਹਾਊਸ ਟ੍ਰੇਨਿੰਗ ਕਾਲਜੇਸ এমਪਲॉयर्स ਇਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਹੋ ਕੇ ਉਹ ਦੀ ਜਦੋਂ ਉਸ ਕਿੱਲ ਦੀ ਹੈਗੀ ਕਿਉਂਕਿ ਜਿਹੜੀ ਆਪਣੇ ਹੋਮ ਸੈਕਟਰੀ ਹੈਗੀ ਪ੍ਰੀਤੀ ਪਟੇਲ ਉਹਨੇ ਇਹ ਗੱਲ ਕਹੀ ਹੈਗੀ ਵੀ 8 ਮਿਲੀਅਨ that figure is wrong ਉਹਦੇ ਵਿੱਚ ਉਹਨੇ ਜਿਹੜੇ ਮਤਲਬ 8 ਮਿਲੀਅਨ ਕੀ ਕਿਹਾ 8 ਮਿਲੀਅਨ ਬੰਦੇ ਸਾਡੇ ਕੋਲ ਬੇਲੇ ਤੁਰੇ ਫਿਰਦੇ ਹੈਗੇ ਉਹ ਇਨਐਕਟਿਵ ਹੈਗੇ ਇਨਐਕਟਿਵ ਜਾਂ ਉਹਦੇ ਵਿੱਚ ਹੈਗੇ ਆ ਬੰਦੇ ਉਹ ਜਿਹੜੇ ਡਿਸੇਬਲ ਜਾਂ ਜਾਂ ਗੇਟਿੰਗ ਟੂਰਸ ਟੂਰਸ ਰਿਟਾਇਰਮੈਂਟ ਸਟੂਡੈਂਟਸ ਤੇ ਜਾਂ ਜਿਹੜੇ ਹੋਰ ਚੀਜ਼ਾਂ ਹੈਗੀਆਂ ਉਹ ਚੀਜ਼ਾਂ ਨੂੰ ਜਿਹੜੇ ਤਕਰੀਬਨ <tau 2 ਕਿ ਮਿਲੀਅਨ ਮਸੀ ਬਣਦੇ ਹੈਗੇ ਆ ਜਿਹੜੇ ਮਤਲਬ ਉਹਨੂੰ ਐਕਟਿਵ ਕਰਕੇ ਬਾਹਰ ਪਰ ਚੀਜ਼ ਹੈਗੀ ਹੈ ਸੀ ਔਰ ਦੀ ਇੰਡਸਟਰੀ ਨੀਡਸ ਟੂ ਬੀ ਐਕਟਿਵ ਐਂਡ ਜਿਹੜੀ ਉਹ ਸਕਿੱਲ ਸ਼ਾਰਟੇਜ ਹੈ ਨਾ ਉਹਨੂੰ ਐਡਰੈਸ ਕਰਨ ਦੇ ਲਈ ਗੱਲਾਂ ਹੋਣੀਆਂ ਪਰ ਅੰਡਰਲਾਈਨ ਗੱਲ ਜਿਹੜੀ ਮੈਂ ਪਹਿਲਾਂ ਕਹੀ ਹੈਗੀ ਆ ਉਹ ਇਹ ਹੈਗਾ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਤਾਂ ਕਿ ਲੋਕਾਂ ਨੂੰ ਇਹ ਕਹਿ ਸਕਣ ਅਸੀਂ ਜਿੱਤੇ ਸੀ ਤੁਹਾਡੀ ਇਸ ਗੱਲ ਦੇ ਬੀਵ ਡਨ ਇਟ ਪਰ ਮੇਨ ਜਿਹੜੀ ਸਮੱਸਿਆ ਤੁਸੀਂ ਦੇਖ ਰਹੇ ਆ ਬਲਦੇਵ ਜੀ ਨਾਲ ਵੀ ਗੱਲ ਕਰਦੇ ਆ ਕਿ ਉਹ ਹੋਣੀ ਆ ਜਿਹੜੀ ਸਕਿੱਲ ਸ਼ਾਰਟੇਜ ਹੋਣੀ ਆ ਔਰ ਦੋ ਜਿਹੜੇ ਆਪਣਾ ਇਕੱਲਾ ਇੱਕੋ ਚੀਜ਼ ਨਹੀਂ ਹੈਗੀ ਆਪੇ ਕੋਈ ਇੰਡਸਟਰੀ ਨਹੀਂ ਦੇਖਦੇ ਹੈਗੇ ਉਹ ਚ ਕੰਸਟਰਕਸ਼ਨ ਦੀ ਇੰਡਸਟਰੀ ਹੈਗੀ ਆ ਫਾਰਮਿੰਗ ਇੰਡਸਟਰੀ ਹੈਗੀ ਆ ਐਨ ਐਚ ਐਸ ਹੈਗੀ ਆ ਤੇ ਨਾਜ਼ੀ ਦਾ ਲੋਡ ਬੰਦ ਦੀ ਦੇਖ ਭਾ ਕਾ ਨਾ ਜਿਹੜੇ ਤੋਂ ਕੇ ਰਸ ਕਹਿੰਦੇ ਹੈਗੇ ਉਹ ਉੱਥੇ ਬਹੁਤ ਵੱਡੀ ਘਾਟ ਹੈਗੀ ਆ ਫਿਲੀਪੀਨਸ ਤੋਂ ਕੁੜੀਆਂ ਆਈਆਂ ਜੀ ਕੀ ਇਹ ਅਗਰੀਜਨ ਦੀ ਕੁੜੀਆਂ ਉਹ ਕੰਮ ਕਰ ਲੈਣਗੀਆਂ ਇਹ ਵੀ ਦੇਖੋ ਹੁਣ ਕਿ ਕਈ ਕਹਿੰਦੇ ਆ ਮੁਸ਼ਕਲ ਐਂਟੀਚਰਸ ਐਂਟੀਚਰਸ ਵੈਰੀ ਮੁਸ਼ਕਲ ਬਲੈ ਵੀ ਤੁਸੀਂ ਇੱਕ ਮਿੰਟ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜੋ ਬਿਲਕੁਲ ਇਹਦੇ ਇਹਦੇ ਆਪਾਂ ਪੁਆਇੰਟ ਟੱਚ ਆਨ ਤੱਕ ਕੀਤਾ ਹੀ ਹੈਗੇ ਆ ਦੇਖੋ ਜਿਹੜੀ ਪੁਆਇੰਟ ਸਕੀਮ ਹੈਗੀ ਆ ਉਹਦੇ ਵਿੱਚ ਜਿਹੜੇ ਸਕਿਲਡ ਵਰਕਰਸ ਆ ਉਹਨਾਂ ਦੇ ਲਈ ਤਾਂ ਇਹ ਸਕੀਮ ਸ਼ਾਇਦ ਕੰਮ ਕਰ ਜਾਓ ਲੇਕਿਨ ਜਿਹੜੇ ਕਿ ਫਾਰਮ ਵਰਕਰਸ ਹੋਣਗੇ ਜਿਹੜੇ ਅਨਸਕਿਲਡ ਆ ਉਹਨਾਂ ਦੀ ਜ਼ਰੂਰਤ ਇੱਥੇ ਬਹੁਤ ਹੈਗੀ ਆ ਔਰ ਉਹ ਸੀਜ਼ਨਲ ਕਮ ਹੈਗਾ ਲੇਕਿਨ ਉਹ ਉਹ ਜਿਹੜੇ ਬੰਦੇ ਹੈਗੇ ਆ ਉਹ ਇਮੀਗ੍ਰੈਂਟਸ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਅੰਦਰ ਵੜਨ ਦਿਓਗੇ ਉਹ ਉਹਨਾਂ ਦੇ ਰੂਲਸ ਜਿਹੜੇ ਆ ਉਹ ਕੀ ਹੋਣਗੇ ਕਿ ਜਿਹੜੇ ਕਿ ਅੱਗੇ ਤਾਂ ਪਹਿਲਾ ਰੂਮੇਨੀਆ ਤੋਂ ਆਉਂਦੇ ਸੀ ਜਾਂ ਪੋਲੈਂਡ ਤੋਂ ਜਿਨ੍ਹਾਂ ਨੂੰ ਪੋਲਿਸ਼ ਕਲੰਬਰ ਕਿਹਾ ਜਾਂਦਾ ਸੀ ਉਹ ਉਹ ਕਾਫੀ ਤਦਾਦ ਦੇ ਵਿੱਚ ਆਉਂਦੇ ਸੀ ਹੁਣ ਕਿਉਂਕਿ ਬ੍ਰੈਕਸਿਟ ਦਾ ਕਰਕੇ ਉਹ ਹਟ ਗਏ ਲੇਕਿਨ ਉਹ ਉਹਨਾਂ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਤਾਂ ਨਹੀਂ ਨਾ ਕੱਟੀ ਹੈਗੀ ਤੇ ਉਹ ਤੁਸੀਂ ਕਿਸ ਤਰ੍ਹਾਂ ਸਰਕਾਰ ਜਿਹੜੀ ਆ ਉਹ ਉਸ ਉਹਨਾਂ ਬੰਦਿਆਂ ਦੀ ਜਿਹੜੀ ਲੋੜ ਹੈਗੀ ਆ ਉਹਨੂੰ ਕਿਸ ਤਰ੍ਹਾਂ ਪੂਰਾ ਕਰਨਗੇ ਉਹ ਕੁਇਕਲੀ ਆਪਣੇ ਬੰਦੇ ਵੀ ਗੱਲ ਕਰ ਗਏ ਕਿ ਜੇ ਆਲਰੇਡੀ ਇਹ ਇਮੀਗ੍ਰੇਸ਼ਨ ਪਾਲਿਸੀ ਨੂੰ ਸੀਬੀਆਈ ਹੂੰ ਹੂੰ ਮੈਨੂਫੈਕਚਰਿੰਗ ਇੰਡਸਟਰੀ ਵਾਲੇ ਤੇ ਮਤਲਬ ਜਿਹੜੇ ਆਹ ਕੈਰੀਅਰਸ ਤੇ ਜਾਂ ਸੀਜ਼ਨਲ ਹੈ ਗਿਆ ਉਹ ਜਿਹੜੇ ਬਿਜ਼ਨੈਸੇਸ ਹੈਗੀਆਂ ਦੇ ਆਲਰੇਡੀ ਅਪੋਜ਼ਿੰਗ ਥਿਸ ਹਾਂਜੀ ਉਹ ਇਸ ਕਰਕੇ ਅਪੋਜ਼ ਇਸ ਕਰਕੇ ਉਹਨਾਂ ਨੂੰ ਕਰਨਾ ਪੈਣਾ ਕਿਉਂਕਿ ਉਹਨਾਂ ਨੂੰ ਇਹਦੀ ਲੋੜ ਦੱਸਣੀ ਪੈਗੀ ਗਵਰਨਮੈਂਟ ਨੂੰ ਵੀ ਸਾਨੂੰ ਇਹ ਬੰਦੇ ਚਾਹੀਦੇ ਸਾਡੇ ਕੋਲ ਆ ਇੱਥੇ ਮਿਲ ਨਹੀਂ ਰਹੇ ਮੇਰੇ ਖਿਆਲ ਦੇ ਵਿੱਚ ਇਹ ਵੀ ਹੋ ਸਕਦਾ ਕੁਲਦੀਪ ਜੀ ਕਿ ਜਿਹੜੀ ਗਵਰਨਮੈਂਟ ਹੈਗੀ ਆ ਉਹ ਫੰਡਿੰਗ ਦੇਵੇ ਸਬਸਿਡੀ ਦੇਵੇ ਬਿਜ਼ਨੈਸੇਸ ਨੂੰ ਕਿ ਤੁਸੀਂ ਇਹਨਾਂ ਲੋਕਾਂ ਨੂੰ ਟ੍ਰੇਨ ਕਰਨਾ ਹੈਗਾ ਦੈਨ ਉਹ ਵੀ ਅਨਦਰ ਵੇ ਆਊਟ ਟੂ ਟ੍ਰੇਨ ਪੀਪਲ ਹਾਂ ਅਪਰੈਂਟਸ਼ਿਪ ਤੇ ਜਿਹੜੇ ਹੁੰਦੇ ਸੀਗੇ ਜਦੋਂ ਮੈਂ ਸਕੂਲ ਛੱਡਿਆ ਸੀਗਾ ਅੱਜ ਤੋਂ ਯਾਨੀ ਕਿ 48 ਯੀਅਰਸ ਗਏ ਸਭ ਤੇ ਉਹ ਮੈਂ ਅਪਰੈਂਟਿਸਿਪ ਸ਼ੁਰੂ ਕੀਤਾ ਸੀਗਾ ਉਹ ਲਾਰਜ ਇੰਡਸਟਰੀ ਦੇ ਵਿੱਚ ਉਹ ਫਿਰ ਗਵਰਨਮੈਂਟ ਪੈਸੇ ਦਿੰਦੀ ਸੀ ਉਹਨਾਂ ਨੂੰ ਵੀ ਸਾਨੂੰ ਟ੍ਰੇਨ ਹੁਣ ਉਹਨਾਂ ਨੇ ਹੋਰ ਦੇਣੀ ਹੈਗੀ ਆ ਤੁਹਾਡੀ ਗੱਲ ਠੀਕ ਆ ਤੁਸੀਂ ਤਾਂ ਇਸ ਬਿਜ਼ਨਸ ਦੇ ਵਿੱਚ ਹੈਗੇ ਨਾ ਉਹਨਾਂ ਨੇ ਜਿਹੜਾ ਕੇਅਰ ਹੋਮਾਂ ਨੂੰ ਪੈਸੇ ਦੇਣੇ ਆ ਕਿ ਤੁਸੀਂ ਆਹ ਲਾਓ ਤੁਹਾਡੇ ਕੰਮ ਇਹ ਹੈਗੇ ਆ ਕਿਉਂਕਿ ਜਿਹੜੇ ਇੱਥੇ ਆਪਣੇ ਬੰਦੇ ਜਾਂ ਗੋਰੇ ਉਹ ਕੰਮ ਨਹੀਂ ਨਾ ਲਾਇਕ ਕਰਦੇ ਥੋੜਾ ਜਿਹਾ ਉਹ ਕਿਸ ਵੇਲੇ ਚਖਣਾ ਥੜਾ ਪੈਂਦਾ ਜਿਹੜੇ 올ਡ ਏਜ ਵਾਲੇ ਹੈਗੇ ਆ ਉਹ ਫਿਰ ਲਾਇਕਨਿੰਗ ਕਰਦੇ ਹੈਗਾ ਤੇ ਤਾਈਓ ਫਿਲੀਪੀਨੋ ਜਾ ਰਾ ਇਸ ਕਰਕੇ ਉਹਨਾਂ ਨੇ ਪੈਸੇ ਦੇਣੇ ਆ ਉਹਨਾਂ ਨੂੰ ਜਿਹੜੇ ਕੇਅਰ ਹੋਮ ਵਾਲਿਆਂ ਨੂੰ ਬਈ ਆ ਲਵੋ ਇਹਨਾਂ ਨੂੰ ਟ੍ਰੇਨ ਕਰੋ ਤੇ ਸਿੱਝੇ ਕਿ ਤੇ ਇਹਨਾਂ ਨੂੰ ਕੰਮ ਛੱਡ ਕੇ ਨਾ ਜਾਵੋ ਤਾਂ ਕਿ ਬਾਹਰੋਂ ਨਾ ਸਾਨੂੰ ਲਿਆਉਣੇ ਪੈਣ ਛੇ ਜੀ ਪਰ ਕੁਲਦੀਪ ਜੀ ਜਿਹੜੇ ਜਿਹੜੇ ਫਾਰਮ ਵਰਕਰਸ ਜਾਂ ਫਰੂਟ ਪਿਕਰਸ ਆਉਂਦੇ ਆ ਸੀਜ਼ਨਲ ਕੰਮ ਹੈਗਾ ਉਹਨਾਂ ਨੂੰ ਤਾਂ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਹੈਗੀ ਉਹ ਕਾਪਾ ਪੂਰਾ ਕਿਸ ਤਰ੍ਹਾਂ ਕਰਨਾ ਹਾਂ ਮੈਂ ਇਹਦੇ ਵਿੱਚ ਇੱਕ ਸੁਝਾਅ ਸੀ ਤੇ ਦੇਖਦੇ ਰਹਿਣਾ ਕਿਉਂਕਿ ਇਮੀਗ੍ਰੇਸ਼ਨ ਵਾਲੀ ਗੱਲ ਹੈ ਨਾ ਇਸੇ ਵਾਸਤੇ ਸਬਜੈਕਟ ਮੇਰਾ ਖਿਆਲ ਇਹ ਤੇ ਤੁਹਾਨੂੰ ਇੱਕ ਸਪੈਸ਼ਲ ਪ੍ਰੋਗਰਾਮ ਕਰਨਾ ਹੈ ਇਹ ਤੇ ਵੱਖਰਾ ਇਸ ਪ੍ਰੋਗਰਾਮ ਦੇ ਸਾਨੂੰ ਇੱਕ ਵੱਖਰਾ ਪ੍ਰੋਗਰਾਮ ਕਰਨਾ ਪਵੇਗਾ ਤੇ ਨਾਲੇ ਨਾਲ ਕੁਲਦੀਪ ਜੀ ਇੱਕ ਥੋੜੀ ਜਿਹਾ ਟੱਚ ਕਰ ਦिए 1 ਮਿੰਟ ਦੇ ਵਿੱਚ ਵਿੱਚ ਇਸੇ ਸਾਰੇ ਘਟਨਾਕ੍ਰਮ ਦੇ ਵਿੱਚ ਦੇਖਿਆ ਜਾ ਕੇ ਨੰਬਰ 10 ਇਸ ਵੇਲੇ ਜਿਹੜਾ ਹੈਗਾ ਉਹ ਮਦਾਰੀ ਦਾ ਮੈਦਾਨ ਬਣਿਆ ਪਿਆ ਹੈਗਾ ਕਾਫੀ ਉੱਥੇ ਸਰਗਰਮੀਆਂ ਹੋ ਰਹੀਆਂ ਹੈਗੀਆਂ ਤੇ ਕੁਛ ਛੱਡ ਕੇ ਜਾ ਰਹੇ ਕੁਛ ਆ ਰਹੇ ਹੈਗੇ ਐਂਡਰਿ ਸਬਿਸਕੀ ਇੱਕ ਬੜਾ ਹੀ ਵਿਵਾਦਤ ਬੜੇ ਕੇਸ ਹੈਗਾ ਹਾਂਜੀ ਇਹ ਬੜੇ ਅਫਸੋਸ ਵਾਲੀ ਗੱਲ ਆ ਕਿ ਗਵਰਨਮੈਂਟ ਦੇ ਹਾਰਟ ਦੇ ਵਿੱਚ ਜਿੱਥੇ ਗਵਰਨਮੈਂਟ ਦਾ ਦਿਲ ਧੱਕਦਾ ਨੰਬਰ 10 ਦੇ ਵਿੱਚ ਉੱਥੇ ਉਹਨਾਂ ਨੇ ਇੱਕ ਬੰਦਾ ਰੱਖਿਆ ਜਿਹੜਾ ਕਿ ਉਹ ਕਹਿ ਰਿਹਾ ਸੀਗਾ ਕਿ ਜਿਹੜੇ ਗੋਰੇ ਹੈਗੇ ਆ ਉਹ ਜ਼ਿਆਦਾ ਇੰਟੈਲੀਜੈਂਟ ਹੈਗੇ ਆ ਕਿ ਜਿਹੜੇ ਕਾਲੇ ਹੈਗੇ ਆ ਉਹ ਉਹ ਘੱਟ ਇੰਟੈਲੀਜੈਂਟ ਹੈਗੇ ਆ ਮਤਲਬ ਕਿ ਕਿੰਨੀ ਸ਼ਰਮ ਵਾਲੀ ਤੇ ਮਾੜੀ ਗੱਲ ਇਹ ਹੈਗੀ ਆ ਉਸ ਨੇ ਜੌਬ ਲੈਣ ਤੋਂ ਪਹਿਲਾਂ ਉਹਨੇ ਇਹ ਸਟੇਟਮੈਂਟ ਆ ਆਪਣੇ ਫੇਸਬੁੱਕ ਜਿਹੜਾ ਇੰਸਟਾਗ੍ਰam ਤੇ ਕਿਤੇ ਦੇ ਚੁੱਕਾ ਆਇਆ ਸੀਗਾ ਤੇ ਜਿਹੜਾ ਉੱਥੇ ਡੋਮਿਨਿਕ ਕਮਿੰਗ ਹੈਗਾ ਜਿੰਨੇ ਉਹਨੂੰ ਰੱਖਿਆ ਕਹਿੰਦਾ ਮੈਨੂੰ ਚਾਹੀਦੇ ਹੈਗੇ ਆ ਜਿਹੜੇ ਸੋਸ਼ਲ ਹਾ ਜਿਹੜੇ ਹੈਗੇ ਆ ਕੀ ਨਾ ਉਹਨੇ ਦੱਸਿਆ ਸੀਗਾ ਵਿਡੋਸ ਵਿਡੋਸ ਜਿਹੜਾ ਚੈਨਲ ਵਿਡੋਸ ਬਾਕੀ ਵੀਰੋ ਵੀਰੋ ਹੈ ਗਿਆ ਹੁਣ ਦੱਸੋ ਅਸੀਂ ਠੀਕ ਆ ਮੈਂ ਕਹਿ ਨਹੀਂ ਹੈਗਾ ਵੀ ਉਹ ਉਹਨਾਂ ਦਾ ਹੈਗਾ ਪਰ ਇੱਕ ਥੋੜੀ ਜੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਥੋੜੀ ਜੀ ਟੋਲਰੈਂਸ ਹੈਗੀ ਆ ਇਹੋ ਜਿਹੇ ਬੰਦਿਆਂ ਦੀ ਜਿਹੜੇ ਕਿ ਇਹੋ ਜਿਹੇ ਰਿਸਿਸ ਰਿਮਾਰਕ ਲਾਉਂਦੇ ਹੈਗੇ ਆ ਤੇ ਮੈਂ ਸੌਰੀ ਆ ਮੈਂ ਪੋਲਿਟਿਕਸ ਵਿੱਚ ਲਿਆਉਣਾ ਚਾਹੁੰਦਾ ਪਰ ਇਹਨਾਂ ਨੇ ਇਦਾਂ ਦੇ ਕਰਦੇ ਹੈਗੇ ਆ ਸਦਾ ਹੀ ਜੇ ਕੋਈ ਨਾ ਕੋਈ ਇਹੋ ਜਿਹਾ ਸੋਚਾ ਜਿਹੜਾ ਹੈਗਾ ਉਹ ਕੰਜ਼ਰਵੇਟਿਵ ਪਾਰਟੀ ਵੱਲੋਂ ਆਉਂਦਾ ਜਾਂ ਉਹਨਾਂ ਦੇ ਕਾਮਿਆਂ ਵੱਲੋਂ ਆਉਂਦਾ ਹੈਗਾ ਇਹ ਮੈਂ ਸਮਝਦਾ ਕਿ ਬੜੀ ਅਫਸੋਸ ਦੀ ਗੱਲ ਹੈ ਕਿ 10th ਟੌਨਿਕ ਸਟਰੀਟ ਕਿਉਂਕਿ ਉੱਥੇ ਪ੍ਰਾਈਮ ਮਿਨਿਸਟਰ ਦੀ ਰਿਹائش ਹੁੰਦੀ ਆ ਪਰ ਅਰੇ ਜ਼ਮਾਨੀਆਂ ਦੇ ਵਿੱਚ ਜਾਂ ਹੁਣ ਦੀ ਸਰਕਾਰ ਤੋਂ ਪਹਿਲਾਂ ਉਹ ਉੱਥੇ ਕੰਮ ਕਰਨ ਦੇ ਲਈ ਜਿਹੜੀ ਰਿਕਰੂਟਮੈਂਟ ਕੀਤੀ ਜਾਂਦੀ ਸੀ ਉਹ ਕੀਤੀ ਜਾਂਦੀ ਸੀ ਕਿ ਬਈ ਉਹ ਬੰਦਿਆਂ ਦੀ ਸਕਿੱਲਸ ਕੀ ਇਕਨੋਮਿਕ ਸਕਿੱਲਸ ਕੀ ਹੈਗੀਆਂ ਜਾਂ ਐਡਮਿਨਿਸਟ੍ਰੇਸ਼ਨ ਸਕਿੱਲਸ ਕੀ ਹੈਗੀਆਂ ਜਾਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਸਾਇੰਟਿਫਿਕ ਸਕਿੱਲਸ ਨੂੰ ਦੇਖਿਆ ਜਾਂਦਾ ਸੀ ਲੇਕਿਨ

ਇੱਕ ਉਹ ਟੈਂਡਰਿੰਗ ਸਟਰੀਟ ਦੀ ਬੜੀ ਬਦਨਾਮੀ ਦੀ ਗੱਲ ਹੈਗੀ ਆ ਕਿ ਬਈ ਉਹਨਾਂ ਨੂੰ ਸਿਰਫ ਪਾਗਲੇ ਲੋਕ ਚਾਹੀਦੇ ਆ ਹੁਣ ਤੇ ਉਹਨਾਂ ਦੇ ਵਿੱਚ ਕੋਈ ਸਕਿੱਲ ਨਹੀਂ ਹੋਣੀ ਚਾਹੀਦੀ ਉਹ ਉਹ ਜਿਹੜਾ ਬੰਦਾ ਰਿਜ਼ਾਈਨ ਕਰਕੇ ਗਿਆ ਹੈਗਾ ਤੇ ਉਹ ਉਹ ਉਹਦੀ ਕਾਬਲੀਅਤ ਇਹੀ ਸੀ ਕਿ ਉਹ ਵੀਡਰ ਸੀਗਾ ਤੇ ਉਹ ਚਲੇ ਵੀ ਇਸੇ ਕਰਕੇ ਗਿਆ ਹੈਗਾ ਸੋ ਮੇਰਾ ਕਹਿਣਾ ਹੈ ਕਿ ਬਈ ਆਉਣ ਵਾਲੇ ਸਮੇਂ ਦੇ ਵਿੱਚ ਟੈਂਡਰਿੰਗ ਸਟਰੀਟ ਨੂੰ ਆਪਣੀ ਪਾਲਿਸੀ ਨੂੰ ਬਦਲਣਾ ਪਊਗਾ ਮੇਰਾ ਕਹਿਣਾ ਸੀ ਹੀ ਇਜ਼ ਗੋਇੰਗ ਟੂ ਵੀਡ ਆਊਟ ਦਾ ਵੀਡ ਆਊਟ ओके ਇਹਦੇ ਨਾਲ ਹੀ ਆਪਾਂ ਗੱਲ ਕਰੀਏ ਸਾਜਿਦ जावेद ਇੱਕ ਬੜਾ ਵਧੀਆ ਹੁਣਹਾਰ ਇਹਨਾਂ ਦਾ ਖਜ਼ਾਨਾ ਮੰਤਰੀ ਸੀਗਾ ਉਹ ਹੁਣ ਰਿਜ਼ਾਈਨ ਕਰਕੇ ਚਲੇ ਗਿਆ ਤੇ ਰਿਸ਼ੀ ਸੋਨਕ ਆਇਆ ਹੈ ਗਿਆ ਤੁਹਾਨੂੰ ਉਹ ਤੋਂ ਕੀ ਆ ਸਮਝਦੀਆਂ ਹੈਗੀਆਂ ਦੇਖੋ ਗੱਲ ਇਹ ਜੀ ਪੋਲਿਟੀਕਲਲੀ ਵਿੱਚ ਹੈਗਾ ਵੀ ਇੱਕ ਇੱਕ ਵਾਰੀ ਕਿਹਾ ਸੀਗਾ ਵੀ ਵੀ ਹੁੰਦੇ ਲੌਂਗ ਟਾਈਮ ਇਨ ਪੋਲਿਟਿਕਸ ਪਰ ਇੱਥੇ ਹੈਗਾ ਇੱਕ ਰਾਤ ਵੀ ਲੌਂਗ ਹੈ ਹਾਂਜੀ ਸੋ ਇਹ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਪਰ ਜਦੋਂ ਇਹ ਪ੍ਰਾਈਮ ਮਿਨਿਸਟਰ ਬਣਿਆ ਸੀ ਤੇ ਇਹਨੇ ਇਹਨਾਂ ਸਾਜੀ ਜੇਵਨ ਨੂੰ ਲੈ ਕੇ ਚਾਂਸਲ ਬਣਾ ਦਿੱਤਾ ਸੀਗਾ ਫਰਮ ਹோம் ਸੈਕਰੀਟਰੀ ਟੂ ਥੈਟ ਪਰ ਉਹਦੇ ਚ ਅੱਗੇ ਵੀ ਥੋੜੀ ਅਸੀਂ ਗੱਲ ਕਰ ਚੁੱਕੇ ਹੈਗੇ ਆਂ ði ਰੀਜ਼ਨਸ ਕਈ ਵਾਰੀ ਇਹ ਹੁੰਦਾ ਵੀ ਪ੍ਰਾਈਮ ਮਿਨਿਸਟਰ ਵਾਂਟ ਟੂ ਸ਼ੋ his or her authority authorities ਉਹ ਜਿਹੜੀ ਅਥਾਰਟੀ ਤੋਂ ਬਾਅਦ ਇਹ ਹੁੰਦਾ ਵੀ ਆਹ ਚੀਜ਼ ਨੂੰ ਐਦਾਂ ਕਰੋ ਐਦਾਂ ਕਰੋ ਵੀ ਜੇ ਉਹ ਮਿਨਿਸਟਰ ਨਹੀਂ ਮੰਨਦਾ ਹੈਗਾ ਤੇ then ਉਹ ਆਬਵੀਅਸਲੀ ਉਹਦੀ ਚੇਂਜਸ ਆਉਣੀ ਆਉਣੀ ਹੈਗੀ ਤੇ ਜਿੱਥੇ ਤੱਕ ਜਿਹੜੀ ਤੁਸੀਂ ਰਿਸ਼ੀ ਦੀ ਗੱਲ ਕੀਤੀ ਹੈਗੀ ਆ ਤੇ ਇਨ ਇਸ ਫੇਵਰ ਉਹ ਹੈਗਾ ਵੀ ਹੀ ਹੈਜ਼ ਬੀਨ ਇਨ ਫਾਈਨੈਂਸ ਇਸ ਆਲ ਹਿਸ ਲਾਈਫ ਹੀ ਇਜ਼ ਅ ਬੈਂਕਰ ਹਾਂਜੀ ਤੇ ਬਾਕੀ ਉਹਦਾ ਹੈਗਾ ਵੀ ਹੀ ਹੈਵ ਪ੍ਰੋਬਬਲੀ ਮੋਰ ਐਕਸਪੀਰੀਅੰਸ ਓਕੇ ਦੈਟ ਸਾਊਂਡਸ ਜਾਵੇ ਹਾਂ ਸਿੱਧਨ ਦਾ ਕੋਈ ਕੋਈ ਸਾਊਂਡਸ ਜਾਵੇ ਦੀ ਜਿਹੜੀ ਉਹ ਉਹਦੀ ਇਹ ਸਕਿੱਲ ਨਹੀਂ ਸੀ ਪਰ ਕਿਉਂਕਿ ਕਈ ਵਾਰੀ ਬਣਾ ਦਿੰਦੇ ਹੈਗੇ ਉਹ ਆਪ ਹੀ ਕਰ ਲੈ ਪਰ ਬੈਂਕਿੰਗ ਦੀ ਹੋਰੀ ਬੈਕਗ੍ਰਾਉਂਡ ਹਾਂ ਪਰ ਪਰ ਇਹ ਦਿਸ ਗਾਇ ਜਿਹੜਾ ਨਾ ਇਹ ਤੁਸੀਂ ਤੁਹਾਨੂੰ ਯਾਦ ਹੋਵੇਗਾ ਗੁਰਦੀਪ ਜੀ ਕਿ ਜਦ ਡਿਊਰਿੰਗ ਦੀ ਇਲੈਕਸ਼ਨ ਜਿੱਥੇ ਪ੍ਰਾਈਮ ਮਿਨਿਸਟਰ ਡਿਬੇਟ ਦੇ ਉੱਤੇ ਟੀਵੀ ਤੇ ਨਹੀਂ ਆਇਆ ਉੱਥੇ ਨੂੰ ਰਿਸੀ ਨੂੰ ਭੇਜਿਆ ਹੈ ਜੀ ਸੋ ਹੀ ਇਸ ਜਣੀ ਅਪਰਾਇਜ਼ਡ ਇਨ ਦੀ ਪਿਕਚਰ ਹਾਂ ਆਪਣਾ ਸਟਾਰ ਹੈਗਾ ਉਹ ਪਰ ਇਹ ਹੈਗਾ ਵੀ ਆਈ ਥਿੰਕ ਇਹ ਨਹੀਂ ਜ਼ਰੂਰੀ ਹੈਗਾ ਵੀ ਉਹ ਦਾ ਪਪਟ ਹੋਏਗਾ ਜਾਂ ਕਿਦਾਂ ਹੋਏਗਾ ਵੀ ਮੇ ਬੀ ਹੂੰ ਦਿ ਪ੍ਰਾਈਮ ਮਿਨਿਸ ਇਜ਼ ਸੋ ਸਮਥਿੰਗ ਇਨ ਹਿਮ ਹੀ ਡਿਡਨਟ ਸੀ ਸੋ ਇਨ ਜਮੀ ਚਲੋ ਹੁਣ ਆਪਾਂ ਨੂੰ ਛੇਤੀ ਅੱਗੇ ਬਣਾਉ ਕਿ ਸਵਾ ਸੱਟ ਕੋ ਬਹੁਤ ਥੋੜਾ ਰਹਿ ਜਾਣਾ ਹੈਗਾ ਕਿ ਸਾਡੇ ਦਰਸ਼ਕ ਕਈ ਵਾਰੀ ਇਤਰਾਸ ਨਹੀਂ ਕਰਦੇ ਸਾਨੂੰ ਸੁਲਾਹ ਦਿੰਦੇ ਆ ਕਿ ਕੁਝ ਸਾਨੂੰ ਖਬਰਾਂ ਪੰਜਾਬ ਦੀਆਂ ਵੀ ਦੱਸਿਆ ਕਰੋ ਪੰਜਾਬ ਦੀ ਜਿਹੜੀ ਸਿਆਸਤ ਹੈਗੀ ਆ ਉੱਥੋਂ ਦੇ ਜਿਹੜੀ ਖਬਰ ਸਾਨੂੰ ਜਿਹੜੀ ਇੱਕ ਬੜੀ ਜੋ ਉਹਨੂੰ ਤੁਸੀਂ ਉਦਾਸ ਖਬਰ ਵੀ ਕਹਿ ਸਕਦੇ ਆ ਖੁਸ਼ ਖਬਰ ਵੀ ਕਹਿ ਸਕਦੇ ਆ ਕਿ 2000 ਖੁਸ਼ ਖਬਰ ਇਸ ਗੱਲ ਦੀ ਕਿ 2016 ਦਾ ਕੇਸ ਹੁਣ ਜਾ ਕੇ 2020 ਦੇ ਵਿੱਚ ਜਿਹੜਾ ਫੈਸਲਾ ਹੋਇਆ ਉਹਦੇ ਵਿੱਚ ਇੱਕ ਸਾਬਕਾ ਡੀਆਈਜੀ ਅਤੇ ਇੱਕ ਮੌਜੂਦਾ ਡੀਐਸਪੀ ਨੂੰ ਸਜ਼ਾ ਹੋਈ ਹੈ ਇੱਕ ਅਮਰਸਰ ਦੇ ਵਿੱਚ ਕੇਸ ਵਾਕਿਆ ਹੋਇਆ ਸੀਗਾ ਕਿ ਜਿਹੜਾ ਕਿ 2004 ਦੇ ਵਿੱਚ 30 ਅਤੇ 31 ਤੂਬ ਦੀ ਰਾਤ ਨੂੰ ਇੱਕ ਪਰਿਵਾਰ ਦੇ ਜਿਹੜੇ 5 ਜੀ ਸੀਗੇ ਉਹਨਾਂ ਨੇ ਖੁਦਕਿਸ਼ੀ ਕਰ ਲਈ ਕਾਰਨ ਉਹਦੇ ਵਿੱਚ ਕੀ ਸੀਗਾ ਕਿ ਕੋਈ ਉਹਨਾਂ ਦਾ ਪਰਿਵਾਰਕ ਝਗੜਾ ਹੋਇਆ ਸੀਗਾ ਹਰਦੀਪ ਸਿੰਘ ਦਾ ਆਪਣੇ ਪਿਤਾ ਨਾਲ ਤੇ ਪਿਤਾ ਦੀ ਮੌਤ ਹੋ ਗਈ ਤੇ ਉਹਨੂੰ ਸਾਰਾ ਐਡਜਸਟ ਕਰਨ ਵਾਸਤੇ ਉਹਦੇ ਉੱਤੇ ਉਹਦੇ ਰਿਸ਼ਤੇਦਾਰਾਂ ਨੇ ਉਹਦੇ ਤੋਂ ਪੈਸੇ ਲੈਣੇ ਸ਼ੁਰੂ ਕਰਤੇ ਕਿ ਤੈਨੂੰ ਸੇ ਫਸਾ ਦੇਣਾ ਆ ਤੇ ਤੂੰ ਸਾਨੂੰ ਇੰਨੇ ਪੈਸੇ ਦੇ ਉਹ ਵਿਚਾਨੇ 7 ਲੱਖ ਦਿੱਤਾ ਪਹਿਲਾਂ ਫਿਰ ਪੁਲਿਸ ਦੇ ਕੋ ਕੇਸ ਗਿਆ ਪੁਲਿਸ ਨੇ 5 ਲੱਖ ਉਹਨਾਂ ਤੋਂ ਲਿਆ ਤੇ ਉਹ ਤੋਂ ਬਾਅਦ ਜਿਹੜੀ ਇੱਕ ਸਟੋਰੀ ਸ਼ੁਰੂ ਹੋਈ ਆ ਕਿ ਉਹ ਕੇਸ ਆ ਉਹਨੇ ਫਿਰ ਸਾਰਾ ਲਿਖ ਕੇ ਦੱਸਤਾ ਕਿ ਇਹ ਜਿਹੜੇ ਬੰਦੇ ਹੈਗੇ ਮੈਨੂੰ ਇਹਨਾਂ ਦਾ ਮਾਰਨ ਦਾ ਇਹਨਾਂ ਦਾ ਪੂਰਾ ਦੋਸ਼ ਹੈ ਇਹਨਾਂ ਦੇ ਵਿੱਚ ਇਸ ਕਰਕੇ ਉਹ ਕੇਸ ਹੁਣ ਸਾਹਮਣੇ ਆਇਆ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜਿਹੜਾ ਫੰਡਾਮੈਂਟਲ ਇਸ਼ੂ ਆ ਨਾ ਜੀ ਉਹ ਹੈਗਾ ਹੈ ਕ腐ਪਸ਼ਨ ਹੂੰ ਉਹ ਹੈਗਾ ਵੀ ਜੇ ਕੋਈ ਕੇਸ ਕਰ ਵੀ ਕਿਸੇ ਨਾਲ ਵੀ ਦਿੰਦਾ ਉਹ ਹੈਗਾ ਵੀ ਥਾਣੇਦਾਰ ਜਾਂ ਜੋ ਹੋਰ ਹੈਗਾ ਵੀ ਜਾਈ ਤੇ ਕੁਈ ਲੋਕ ਇਹ ਕਹਿਣਗੇ ਜੀ ਅਸੀਂ ਇਹ ਕਹਨੇ ਇਹ ਓਪਨ ਨਹੀਂ ਹੁੰਦਾ ਕਿ ਜੀ ਇਹਨਾਂ ਦੇ 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 ਜੇ ਕਰੋੜ ਦੇ 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 ਐਨੇ ਲੱਖ ਦੇ ਦੇ ਤੈਨੂੰ ਅਸੀਂ ਬਚਾਵਾਂਗੇ ਤੇ ਬਹੁਤੇ ਸਾਰੇ ਲੋਕ ਇਦਾਂ ਬਚਦੇ ਵੀ ਆ ਗਏ ਪਰ ਕਿਤੇ ਨਾ ਕਿਤੇ ਹੂੰ ਕਿਤੇ ਨਾ ਕਿਤੇ ਇਹੋ ਗੱਲ ਜਿਹੜੀ ਆ ਉਹ ਫਿਰ ਉਲਟ ਪੈ ਜਾਂਦੀ ਆ ਹਾਂਜੀ ਹੁਣ ਜੇ ਉਹਦੇ ਤੇ ਜਾਹ ਰਿਸ਼ਤੇਦਾਰਾਂ ਨੇ ਪੈਸੇ ਖਾਦੇ ਹੋਣਗੇ ਚਾਹੇ ਉਹ ਥਾਣੇਦਾਰਾਂ ਨੇ ਖਾਦੇ ਹੋਏ ਤੇ ਕਿਉਂਕਿ ਜੇ ਉਹਨੇ ਖੁਦਕਸ਼ੀ ਕੀਤੀ ਆ ਤੇ ਉਹਦੇ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਖੁਦਕਸ਼ੀ ਕੀਤੀ ਆ ਹੁਣ ਖੁਦਕਸ਼ੀ ਦੇ ਕਹਣਗੇ ਕੋਨੇ ਕੋਨੇ ਦੱਸਣਾ ਪਏਗਾ ਹਰਦੀਪ ਸਿੰਘ ਨੇ ਫੇਰ ਆਪਣੇ ਬੱਚਿਆਂ ਨੂੰ ਕੋਈ ਜੜ ਪੜਾਈ ਆਪਣੇ ਪਤੀ ਉਹਦੀ ਵਾਈਫ ਨੇ ਵੀ ਪੱਖੇ ਨਾਲ ਲਟਕੇ ਜਾਨ ਦੇ ਦਿੱਤੀ ਆਪ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ ਪਰ ਜੇ ਉਹਦੇ ਪਰਿਵਾਰ ਉਹਦੀ ਹੈਲਪ ਕਰਦੇ ਕਿ ਠੀਕ ਆ ਤੇਰੇ ਕੋਲ ਪਿਤਾ ਦੀ ਮੌਤ ਹੋ ਗਈ ਆ ਕੋਈ ਗੱਲ ਨਹੀਂ ਤੂੰ ਆਪਣੇ ਸਫਾਈ ਪੇਸ਼ ਕਰ ਦੇ ਸ਼ਾਇਦ ਉਹਦੀ ਜਾਨ ਬਚ ਜਾਂਦੀ 5 ਸਾਲ ਰਹਿ ਹੁੰਦਾ ਜੇਲ੍ਹ ਦੇ ਵਿੱਚ ਪੰਜਾਂ ਜੀਆਂ ਦੀ ਜਾਨ ਤਾਂ ਨਾ ਜਾਂਦੀ ਪਰ ਉਹਦੇ ਵਿੱਚ ਜਿਹੜਾ ਪੁਲਿਸ ਦਾ ਰੋਲ ਸੀਗਾ ਉਹ ਜ਼ਿਆਦਾ ਘਣਾਉਣਾ ਸੀਗਾ ਉਹਦੇ ਉਹਦੇ ਬਾਰੇ ਕੀ ਕਰ ਅਫਸੋਸ ਦੀ ਗੱਲ ਹੈ ਜੀ ਆ ਕਿ ਪੁਲਿਸ ਵਾਲੇ ਇਸ ਤਰ੍ਹਾਂ ਪੈਸੇ ਇਹ ਤਾਂ ਇੱਥੇ ਤਾਂ ਪ੍ਰੂਵ ਹੋ ਗਿਆ ਗੱਲ ਇਦਾਂ ਹੈਗੀ ਆ ਪੇ ਉਹ ਅੰਗਰੇਜ਼ੀ ਕਹਿੰਦੇ ਨਾ ਇਟ ਇਜ਼ ਅ ਟਿਪ ਆਫ ਦੀ ਆਈਸਪਾ ਜੀ ਜੀ ਹੋਰ ਕਿੰਨੇ ਕਿੰਨੇ ਹਜ਼ਾਰਾਂ ਹੈਗੇ ਆ ਹੁਣ ਅਸੀਂ ਸਾਡੇ ਅਸੀਂ ਜਿਹੜੇ ਬੈਠੀ ਰਾ ਗੱਲਬਾਤ ਕਰੀ ਦੀ ਆ ਰਿਸ਼ਤਦਾਰਾਂ ਦੋਸਤਾਂ ਨਾਲ ਬਾਹਰ ਕਿਤੇ ਉਹ ਕੱਲੇ ਕੱਲੇ ਆਪੋ ਆਪਣੀ ਗੱਲਾਂ ਦੱਸਦੇ ਪੇ ਉਥੇ ਇਦਾਂ ਹੋਈ ਪੁਲਿਸ ਨੇ ਇਦਾਂ ਹੈਗੀ ਆ ਪਰ ਇਸਾ ਕੇ ਨਾਲ ਹੀ ਲੈਣਾ ਪਰ ਜਿੰਨਾ ਚਿਰ ਹੈ ਹੋ ਜਾਈ ਐਕਟੀਵਿਟੀਜ਼ ਚ ਕ腐ਪਸ਼ਨ ਸਾਡੇ ਦੇਸ਼ ਤੋਂ ਸਾਡੇ ਪੰਜਾਬ ਦੇ ਵਿੱਚੋਂ ਨਹੀਂ ਜਾਂਦੀ ਅਸੀਂ ਕਦੀ ਤਰੱਕੀ ਨਹੀਂ ਕਰ ਸਕਦੇ ਪਹਿਲੀ ਗੱਲ ਤਾਂ ਹੈਗੀ ਆ ਕਿ ਇਮਾਨਦਾਰੀ ਲੋਕਾਂ ਨੂੰ ਚੰਗਤਰਾ ਪੇਕ ਦਵੋ ਪ੍ਰੋਪਰਲੀ ਤਾਕਿ ਦੂਜਿਆਂ ਦੇ ਬਟੂਆ ਵਾਲਾ ਨਾ ਦੇਖਣ ਤਾਂ ਕਿ ਜੇ ਕੋਈ ਬੰਦਾ ਜਾ ਵੀ ਵੀ ਦਾ ਕਾਨੂੰਨ ਚੰਗਾ ਤਖੜਾ ਹੋਣਾ ਚਾਹੀਦਾ ਪਰ ਲੇਕਿਨ ਹਾਂ ਮੈਂ ਠੀਕ ਆ ਮੈਂ ਪੜਿਆ ਇਹਦੇ ਬਾਰੇ ਮੈਨੂੰ ਬੜਾ ਦੁੱਖ ਹੋਇਆ ਕਿ ਇਦਾਂ ਪੁਲਿਸ ਨੇ ਪੈਸੇ ਲੈ ਸਾਡੇ ਇਸ ਕੱਲਾ ਸੈਮਥ ਹੋਣਗੇ ਜਦੋਂ ਇਹੋ ਜਿਹੀਆਂ ਕਪਟੀਆਂ ਵਾਪਰਦੀਆਂ ਪਰਿਵਾਰ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਮੈਨੂੰ ਲੱਗਦਾ ਕਿ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੀ ਲੋਟਰੀ ਨਿਕਲਿਆ ਹੁੰਦੀ ਆ ਕਿ ਉਹਨਾਂ ਨੂੰ ਦੋਹਾਂ ਪਰ ਪਾਸਿਆਂ ਤੋਂ ਖਾਣ ਪੀਣ ਦਾ ਚਸ ਪਿਆ ਹੁੰਦਾ ਪਹਿਲੇ ਸੋ ਖਬਰ ਬੜੀ ਵਧੀਆ ਹੈਗੀ ਆ ਕਿ ਐਟਲੀਸਟ ਜਿਹੜੇ ਪੁਲਿਸ ਅਧਿਕਾਰੀ ਹੈਗੇ ਆ ਉਹਦੇ ਵਿੱਚ ਡੀਆਈਜੀ ਤੇ ਡੀਐਸਪੀ ਜਿਹੜੇ ਮੌਜੂਦਾ ਹੈਗੇ ਆ ਹਰਦੇਵ ਸਿੰਘ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਆ ਤੇ ਇਹ ਵੀ ਮੇਰੇ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਪੁਲਿਸ ਨੂੰ ਤੁਹਾਡੇ ਕੰਨ ਹੋਣਗੇ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਜਾਂ ਆਪਣੀ ਹੱਦ ਅੰਦਰ ਰਹਿ ਕੇ ਕਰਨਾ ਚਾਹੀਦਾ ਇਸ ਤੋਂ ਬਾਅਦ ਅਸੀਂ ਥੋੜੀ ਜੀ ਗੱਲ ਕਰਾਂਗੇ ਅੱਜ ਤੁਹਾਨੂੰ ਇੱਕ ਵੀਡੀਓ ਕਲਿੱਪ ਦਿਖਾਵਾਂਗੇ ਕਿ ਜੋ ਹੁਣੇ-ਹੁਣੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਕਾਫੀ ਸਰਗਰਮੀਆਂ ਹੋ ਰਹੀਆਂ ਜਿਹੜੀਆਂ ਕਿ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਪੂਰੀ ਰਿਪੋਰਟ ਕਰਾਂਗੇ ਉਹਦੇ ਬਾਰੇ ਅਸੀਂ ਪੂਰੀ ਬਹਿਸ ਕਰਾਂਗੇ ਗੱਲਬਾਤ ਕਰਾਂਗੇ ਨਿਚ ਸਾਨੂੰ ਜਿਹੜੀ ਅਸੀਂ ਗੱਲਬਾਤ ਕੀਤੀ ਸੀ ਜੀ ਹਰਜਿੰਦਰ ਸਿੰਘ ਲਾਲ ਜਿਹੜੇ ਕਿ ਖੰਨਾ ਦੇ ਵਿੱਚ ਬੜੇ ਪੁਰਾਣੇ ਕਾਲਮਨਿਸਟ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੂੰ ਅਸੀਂ ਪੁੱਛਿਆ ਸੀ ਕਿ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਹੈਗੀ ਆ ਉਹਦੀ ਜਿਹੜੀ ਜਿੱਤ ਹੋਈ ਆ ਦਿੱਲੀ ਦੇ ਵਿੱਚ ਪੰਜਾਬ ਦੇ ਉੱਤੇ ਉਹਦਾ ਕੀ ਅਸਰ ਪਵੇਗਾ ਤੇ ਆ ਉਹ ਦੇਖਦੇ ਉਹਨਾਂ ਦੀ ਇੱਕ ਨਿੱਕੀ ਜਿਹੀ ਵੀਡੀਓ ਕਲਿੱਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਪੁੱਛਿਆ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਜਿੱਦਾ ਪੰਜਾਬ ਤੇ ਕੀ ਅਸਰ ਹੋਵੇਗਾ ਅਸਲੀਅਤ ਇਹ ਹੈ ਕਿ ਆਪ ਦੀ ਦਿੱਲੀ ਜੱਦਾ ਅਸਰ ਸਾਰੇ ਦੇਸ਼ ਵਿੱਚ ਪੈ ਰਿਹਾ ਹੈ ਪਰ ਪੰਜਾਬ ਤੇ ਇਸ ਦਾ ਅਸਰ ਸਭ ਤੋਂ ਵੱਧ ਹੈ ਉਸ ਦਾ ਕਾਰਨ ਹੈ ਕਿ ਪੰਜਾਬ ਵਿੱਚ ਹੀ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਸਭ ਤੋਂ ਵੱਧ ਮਜ਼ਬੂਤ ਹੈ ਅਤੇ ਦਿੱਲੀ ਵਿੱਚ ਵੀ ਬਹੁਤ ਸਾਰੇ ਪੰਜਾਬੀ ਤੇ ਸਿੱਖ ਰਹਿੰਦੇ ਹਨ ਜਿਨ੍ਹਾਂ ਦਾ ਪੰਜਾਬ ਨਾਲ ਸਿੱਧਾ ਸੰਬੰਧ ਹੈ ਆਪ ਦੀ ਜੱਦਾ ਸਭ ਤੋਂ ਵੱਧ ਅਸਰ ਪੰਜਾਬ ਤੇ ਪੈ ਰਿਹਾ ਹੈ ਪੰਜਾਬ ਦੀ ਕਾਂਗਰਸ ਤੇ ਪੈ ਰਿਹਾ ਹੈ ਪੰਜਾਬ ਦੀ ਕਾਂਗਰਸ ਦਿੱਲੀ ਵਿੱਚ ਚੋਈ ਦਰਗਾਹ ਤੋਂ ਖਬਰਾਈ ਹੋਈ ਹੈ ਪੰਜਾਬ ਦੇ ਵਿਧਾਇਕ ਇਹ ਸਮਝਦੇ ਹਨ ਕਿ ਹੁਣ ਕੁਝ ਕਰਕੇ ਦਿਖਾਉਣਾ ਪੈਗਾ ਇਹੀ ਕਾਰਨ ਹੈ ਕਿ ਪੰਜਾਬ ਦੇ ਵਿਧਾਇਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਇੱਕ ਦਬਾਅ ਬਣਾਇਆ ਜਾ ਰਿਹਾ ਹੈ ਕਿ ਚੋਰਾ ਵਿੱਚ ਕੀਤੇ ਵਾਦੇ ਪੂਰੇ ਕੀਤੇ ਜਾਣ ਪੰਜਾਬ ਵਿੱਚ ਸਾਰੇ ਮਾਫੀਆ ਚਾਹੇ ਰੇਤਾ ਮਾਫੀਆ ਹੈ ਚਾਹੇ ਟਰਾਂਸਪੋਰਟ ਮਾਫੀਆ ਹੈ ਚਾਹੇ ਗੈਂਗਸਟਰ ਨੇ ਸਭ ਤੇ ਕਾਰਵਾਈ ਕੀਤੀ ਜਾਵੇ ਉਹ ਇਹ ਵੀ ਚਾਹੁੰਦੇ ਹਨ ਕਿ ਬਰਗਾੜੀ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਣ ਨੂੰ ਸਿਰੇ ਲਾਇਆ ਜਾਵੇ ਇਸ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਕਹਿਣਾ ਪਿਆ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਣ ਦੀ ਜਾਂਚ ਪੰਜਾਬ ਪੁਲਿਸ ਸੈੱਟ ਕਰੇਗੀ ਸੀਬੀਆਈ ਨਹੀਂ ਦੂਜੇ ਪਾਸੇ ਆਪ ਦੀ ਜਿੱਦਾ ਅਸਰ ਆਪ ਪੰਜਾਬ ਦੀ ਆਪ ਕੋਈ ਪਿਆ ਹੈ ਪੰਜਾਬ ਦੀ ਆਪ ਪਹਿਲਾਂ ਉਹ ਬਹੁਤ ਸਰਗਰਮ ਹੋਈ ਹੈ ਪੰਜਾਬ ਦੀ ਆਪ ਦੇਸ਼ ਕਾਲ ਬੈਠੇ ਨਿੱਤਾ ਕੰਮ ਕਰਨ ਲੱਗੇ ਹਨ ਤੇ ਦੂਜੀਆਂ ਪਾਰਟੀਆਂ ਦੇ ਕੁਝ ਨਿੱਤਾ ਵੀ ਆਪ ਵਿੱਚ ਆਪਣੀ ਪੀਸ਼ਲ ਕਲੱਚ ਲੱਗ ਪਏ ਹਨ ਕਿ ਕੀ ਇਹ ਜਾ ਸਕਦੇ ਹਨ ਜਾਂ ਨਹੀਂ ਜਦੋਂ ਕਿ ਅਕਾਲੀ ਦਲ 20 ਸਰਕਰ ਨੂੰ ਲੱਗਾ ਹੈ ਉਹ ਵਿਰੋਧੀ ਧਿਰ ਤੋਂ ਆਪ ਨਾਲ ਵੱਧ ਸਰਕਰ ਨੂੰ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਭਾਜਪਾ ਵੀ ਅ ਅਕਾਲੀ ਦਲ ਨਾਲ ਆਪਣੇ ਵਿਗੜੇ ਸਬੰਧਾਂ ਨੂੰ ਠੀਕ ਕਰਨ ਲੱਗ ਪਈ ਹੈ ਭਾਵੇਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਇਹ ਕਹਿਣ ਕਿ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਬੇਟੇ ਦੀ ਸ਼ਾਦੀ ਦਾ ਕਾਰਡ ਦੇਣਾ ਐਸਮ ਪਰ ਇਸ ਦੇ ਰਾਜਨੀਤਿਕ ਅਰਥ ਜ਼ਰੂਰ ਹਨ ਜਿਨ੍ਹਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਜੇਕਰ ਸਿਰਫ ਕਾਰਡ ਦੇਣਾ ਹੁੰਦਾ ਤਾਂ ਇਸ ਦਾ ਪ੍ਰਚਾਰ ਕਰਨ ਦੀ ਲੋੜ ਨਹੀਂ ਸੀ ਅਤੇ ਰਸਤੇ ਵੀ ਥਾ-ਥਾ ਪਾਜ-ਪੰਤਾਂ ਵੱਲੋਂ ਉਹਨਾਂ ਦਾ ਸਵਾਗਤ ਕਰਨ ਦੀ ਵੀ ਲੋੜ ਨਹੀਂ ਸੀ ਇਸ ਤੋਂ ਇਲਾਵਾ ਅਕਾਲੀ ਦਲ ਦਾ ਵਿਰੋਧੀ ਧੜਾ ਜਿਸ ਦੀ ਅਗਾਈ ਸੁਖਦੇਵ ਸਿੰਘ ਢਿੱਂਡਾ ਕਰਦੇ ਹਨ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਉਹ ਇਸ ਗੱਲ ਤੇ ਵਿਚਾਰ ਕਰ ਰਹੇ ਹਨ ਇਹ ਚੋਣਾਂ ਵਿੱਚ ਉਹ ਆਪ ਨਾ ਜਾਣਗੇ ਜਾਂ ਭਾਜਪਾ ਨਾਲ ਉਹਨਾਂ ਨੇ ਆਪਣੇ ਦੋਵੇਂ ਵਿਕਲਪ ਖੁੱਲੇ ਰੱਖ ਰਿਹਾ ਹਨ ਤਾਂ વાત ਹਾਂਜੀ ਏਸੀਜੀ ਇਹਦੇ ਬਾਰੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਗੱਲ ਕਰਾਂਗੇ ਕਿ ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਦੇ ਉੱਤੇ ਪੰਜਾਬ ਦੀ ਜਿਹੜੀ ਸਥਿਤੀ ਹੈਗੀ ਆ ਜਾਂ ਪੰਜਾਬ ਦੀ ਜਿਹੜੀ ਰਾਜ ਸਿਆਸਤ ਹੈਗੀ ਆ ਉਹਦੇ ਉੱਤੇ ਕਾਫੀ ਵਧੀਆ ਪ੍ਰਭਾਵ ਪੈਣ ਦੇ ਵੀ ਇਮਕਾਨ ਹੈਗੇ ਪਰ ਦੇਖਾਂਗੇ ਜਿਹੜਾ ਬਾਕੀ ਜਿਹੜਾ ਖਿੰਡਰਿਆ ਪੁੰਡਰਿਆ ਸਬਕਾ ਹੈਗਾ ਉਹਦੇ ਵਿੱਚ ਨਵਜੋਤ ਸਿੱਧੂ ਦੀ ਵੀ ਗੱਲ ਚੱਲਦੀ ਹੈ ਕਿ ਉਹਨੂੰ ਵੀ ਸ਼ਾਮਲ ਕੀਤਾ ਜਾਊਗਾ ਪਰ ਗੜ ਸਿੰਘ ਨੂੰ ਵੀ ਲਿਆ ਜਾਊਗਾ ਦੇਖਾਂਗੇ ਜਿਹੜੀ ਟਕਸਾਲੀ ਜਿਹੜੇ ਜਥੇਦਾਰ ਹੈਗੇ ਆ ਉਹ ਇਹਦੇ ਨਾਲ ਕਿਦਾਂ ਜੁੜਦੇ ਆ ਕਿ ਪੰਜਾਬ ਦਾ ਜਿਹੜਾ ਤੀਜਾ ਬਦਲਿਆ ਕਾਂਗਰਸ ਤੇ ਕਾਲੀਆਂ ਨੂੰ ਛੱਡ ਕੇ ਤੀਜਾ ਬਦਲ ਉਹ ਫੇਰ ਜਿਹੜੀ ਆਮ ਆਦੀ ਪਾਰਟੀ ਹੈਗੀ ਆਪਣਾ ਪ੍ਰਭਾਵ ਬਣਾਉਣ ਦੇ ਯੋਗ ਹੋ ਸਕੀ ਕੀ ਨਹੀਂ ਤੇ ਆਓ ਅਸੀਂ ਥੋੜੀ ਗੱਲ ਕਰਦੇ ਹਾਂ ਇੱਕ ਘਟਨਾ ਹੈ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਨੇ ਜਾਂ ਬਹੁਤ ਸਾਰੇ ਖਾਸ ਤੌਰ ਤੇ ਜਿਹੜੇ ਅਫਰੀਕਾ ਦੇ ਲੋਕ ਸਨ ਤੁਹਾਨੂੰ ਪਤਾ ਹੈ ਕਿ ਇਹਨਾਂ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਤੋਂ ਜਿਹੜੇ ਲੋਕ ਇੱਥੇ ਆ ਕੇ ਵਸੇ ਹੋਏ ਨੇ ਔਰ ਕਿਉਂਕਿ ਗੋਰਿਆਂ ਨੇ ਜਾਂ ਅੰਗਰੇਜ਼ਾਂ ਨੇ ਬਹੁਤ ਸਾਰੇ ਮੁਲਕਾਂ ਦੇ ਉੱਤੇ ਰਾਜ ਕੀਤਾ ਸੀ ਔਰ ਉਹਨਾਂ ਲੋਕਾਂ ਨੂੰ ਇੱਥੇ ਆਉਣ ਦਾ ਹੱਕ ਹੋ ਗਿਆ ਸੀ ਔਰ 2018 ਦੇ ਵਿੱਚ ਜਿਹੜੇ ਕਿ ਅਸੀਂ 2 ਸਾਲ ਪਹਿਲਾਂ ਦੀ ਗੱਲ ਕਰਦੇ ਆ ਕਿ ਵਿੰਡਰਸ਼ ਵਿੰਡਰਸ਼ ਨਾਮ ਦਾ ਇੱਕ ਸ਼ਰਯੰਤਰ ਜਿਹੜਾ ਰਾਜਨੀਤਿਕ ਸ਼ਰਯੰਤਰ ਵੀ ਕਹਿ ਸਕਦੇ ਆ ਉਹ ਇੱਕ ਸਾਹਮਣੇ ਆਇਆ ਹੈਗਾ ਉਹਦੇ ਬਾਰੇ ਥੋੜੇ ਸਾਨੂੰ ਕੁਲਦੀਪ ਜੀ ਦੱਸਣਗੇ ਪਰ ਇਹਦੇ ਬਾਰੇ ਤੁਹਾਨੂੰ ਥੋੜੀ ਬੈਕਗ੍ਰਾਉਂਡ ਦੇ ਦਈਏ ਕਿ ਜੂਨ 22 1948 ਨੂੰ ਐਮ ਵੀ ਐਮਪਾਇਰ ਵਿੰਡਰਸ ਨਾਮ ਦਾ ਇਹ ਜਹਾਜ਼ ਸੀਗਾ ਉਹ 492 ਮੁਸਾਫਰ ਲਿਆ ਰਿਆ ਸੀ ਅਫਰੀਕਾ ਤੋਂ ਟ੍ਰਿੰਡਟ ਬੈਗੋ ਹੋ ਗਿਆ ਔਰ ਨਿੱਕੇ ਨਿੱਕੇ ਹੋਰ ਟਾਪੂ ਸੀਗੇ ਜਮੈਕਾ ਸੀਗਾ ਤੇ ਜਦੋਂ ਉਹ ਇੱਥੇ ਲੈ ਕੇ ਆਇਆ ਤੇ ਉਹ ਇੱਥੇ ਆ ਕੇ ਰਹੇ ਤੇ ਉਹਨਾਂ ਨੂੰ ਆ ਕੇ ਕਿੱਦਾਂ ਸੈਟਲਮੈਂਟ ਹੋਈ ਉਹਨਾਂ ਨੂੰ ਕੀ ਮੁਸ਼ਕਲਾ ਆਈਆਂ ਕੁਲਦੀਪ ਜੀ ਥੋੜੀ ਸਾਨੂੰ ਇਹਦੇ ਬਾਰੇ ਦੱਸੋ ਜਰਾ ਵਿੰਡਰਸ਼ ਜਰੋਂ ਇਹ ਗਏ ਬਾਹਰ ਅਸਲ ਵਿੱਚ ਇਨਕ ਪਾਵਲ ਨੇ ਕਿਹਾ ਸੀਗਾ ਕਿ ਸਾਨੂੰ ਚਾਹੀਦੇ ਕੰਮ ਹੈ ਜਾਂ ਉਹ ਇੱਕ ਜਹਾਜ਼ ਆਇਆ ਸੀਗਾ ਉਹ ਭਰ ਕੇ ਆਇਆ ਤੇ ਹੋਟੈਲਸ ਵਰੀ ਜਲੇ ਬਾਤ ਆਇਆ ਤੇ ਉਸਨੇ ਉਹ ਫੋਟੋ ਫੋਟੋਆਂ ਉਹਨਾਂ ਦਿਆ ਹੈਗੇ ਸਾਰੇ ਸਾਰੇ ਨਹੀਂ ਜਿਹੜੇ ਕਿ ਜਮੀਕਾ ਤੋਂ ਆਏ ਜਾਂ ਕਿ ਨੋ ਕੈਰੀ ਤੋਂ ਉਹ ਪਰ ਉਸ ਨੂੰ ਸਰਾ ਉਹਨਾਂ ਨੇ ਨਾਂ ਦਿੱਤਾ ਕਿ ਵਿੰਡ ਰਸ਼ ਜਨਰੇਸ਼ਨ ਹੈਗੀ ਆ 1948 ਤੋਂ ਲੈ ਕੇ 1971 ਤੱਕ ਉਹ ਪੇ ਆਉਂਦੇ ਰਹੇ ਆਉਂਦੇ ਰਹੇ ਪਰ ਪ੍ਰੋਬਲਮ ਇਹ ਹੋਈ ਉਹ ਪੇ ਜਿਹੜੇ ਕਈ ਇੱਥੇ ਆਏ ਉਦੋਂ ਜੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਉੱਥੇ ਕੈਰੀਬੀਨ ਦੇ ਵਿੱਚ ਉਹ ਤਾਂ ਇੱਕ ਘਰੋਂ ਦੂਜੇ ਘਰ ਨੂੰ ਹੀ ਜਾਂਦੇ ਸੀ ਘਰ-ਘਰ ਦੇ ਵਿੱਚ ਸੀਗੇ ਪਰ ਉਹਨਾਂ ਨੇ ਪਾਸਪੋਰਟ ਨਹੀਂ ਸੀਗੇ ਤਾਂ ਕਈ ਬੱਚੇ ਸੀਗੇ ਨਾਲ 5-10 ਸਾਲ ਦੇ ਜਾਂ ਕਿਦਾਂ ਉਹ ਇਹਨਾਂ ਨੇ ਉਹਨਾਂ ਕੋਲ ਕਾਰਡ ਹੁੰਦੇ ਸੀਗੇ ਤੇ ਉਹ ਉਹ ਬੱਚੇ ਜਿਹੜੇ ਸੀਗੇ ਉਹ ਵੱਡੇ ਹੋ ਗਏ ਨਾ ਕਰੀ ਬਿੜੀ ਚ ਪਾਸਪੋਰਟ ਨਹੀਂ ਲਾਏ ਤੇ ਮੁੜ ਕੇ ਵੀ ਨਹੀਂ ਕਰੀ ਗਏ ਹੁਣੇ ਆ ਉਹ 50 55 60 ਸਾਲ ਦੇ ਜਾਂ ਉਹ ਰਿਟਾਇਰਮੈਂਟ ਹੋ ਗਿਆ ਉਹ ਇੱਥੇ ਇਹਨਾਂ ਨੇ ਪੂਰਾ ਹਿੱਸਾ ਲਿਆ ਕਈ ਆਰਮੀ ਵਿੱਚ ਵੀ ਗਏ ਤੇ ਉਹਦਾ ਕਾਰਡ ਇਹਨਾਂ ਨੇ ਗਵਾਤਾ ਤਾਂ ਹੁਣ ਜੇ ਲੋ ਕਹਿੰਦੇ ਵੀ ਤੁਹਾਡਾ ਗਰ ਤੁਸੀਂ ਤਾਂ ਇੱਥੇ ਹੈ ਹੀ ਨਹੀਂਗੇ ਤੇ ਉਹਦੇ ਵੀ ਲੈ ਵੀ ਉਹ ਰੋੜੀ ਪੈਂਦਾ ਹੈਗਾ ਕਹਿਣ ਦਾ ਮਤਲਬ ਇਹ ਹੈਗਾ ਵੀ ਹੁਣ ਉਹਨਾਂ ਨੇ ਕਈ ਉਹਨਾਂ ਨੇ ਮੁਰਕੇ ਰਿਪੋਰਟ ਵੀ ਕੀਤੇ ਹੈਗੇ ਆ ਪਰ ਉਹ ਰਿਪੋਰਟ ਤਾਂ ਥੋੜੇ ਹੀ ਕੀਤੇ ਆ ਪਰ ਹੋਰ ਗਾਹਾਂ ਪ੍ਰੋਬਲਮ ਇੱਕ ਹੋਰ ਆ ਰਹੀ ਹੈਗੀ ਆ ਕਿ ਇਹਨਾਂ ਦਾ ਕਾਨੂੰਨ ਹੈਗਾ ਵੀ ਜੇੜ ਕੋ ਕਿਸ ਕੋ ਬ੍ਰਿਟਿਸ਼ ਸਿਟੀਜ਼ਨਸ਼ਿਪ ਹੈ ਨਹੀਂਗੀ ਉਹਨੇ ਕੋਈ ਕਾਨੂੰਨ ਤੋੜਿਆ ਹੋਵੇ ਜਿੱਦਾ ਡਰੱਗ ਵੇਚਿਆ ਹੋਵੇ ਜਾਂ ਕਿਸੇ ਨੂੰ ਕੁੱਟਿਆ ਗਿਆ ਜੇਲ ਹੋਵੇ ਉਹਨਾਂ ਨੂੰ ਆਟੋਮੈਟਿਕਲੀ ਉਹ ਵਿਡਰੋਪ ਡਿਪੋਰਟ ਕੀਤਾ ਜਾ ਸਕਦਾ ਹੈਗਾ ਆ ਉਹ ਜਿਹੜਾ ਹੈਗਾ ਆ ਕਾਨੂੰਨ ਅੱਜ ਤੋਂ 20 ਸਾਲ ਜਾਂ 15 ਸਾਲ ਪਹਿਲਾਂ ਉਹ ਥੋੜਾ ਜਿਹਾ ਸੌਫਟ ਸੀਗਾ ਕਹਿੰਦੇ ਸੀ ਕਿਤੇ ਨਹੀਂ ਕੋਈ ਨਹੀਂ ਆ ਪਈ ਦੇਖਦੇ ਆ ਆਪਣੇ ਬੰਦੇ ਮੈਨੂੰ ਪਤਾ ਦੋ ਤਿੰਨ ਕੇਸਿਸ ਉਹਨਾਂ ਨੇ ਹਿਰਾਫੇਰੀ ਕੀਤੀ ਸੀ ਤੇ ਉਹਨਾਂ ਨੇ ਇੰਡੀਅਨ ਪਾਸਪੋਰਟ ਸੀ ਉਹਨਾਂ ਨੂੰ ਜਿਹੜੇ ਜੇਲ੍ਹ ਚੋਂ ਆਏ ਉਹਨਾਂ ਨੇ ਕਹਿਤਾ ਰਿਪੋਰਟ ਕਰੋ ਉਹਨਾਂ ਨੇ ਫਿਰ ਕੇਸ ਕੀਤੇ ਯੂਰੋਪੀਅਨ ਦੇ ਵਿੱਚ ਕੋਰਟ ਵਿੱਚ ਗਏ ਜਾਂ ਹੋਰ ਕਿਤੇ ਅਖੀਰ ਵਿੱਚ ਕਹਿੰਦੇ ਚਲੰਗਾ ਕੋਈ ਨਗਾ ਤੁਹਾਡੀ ਫੈਮਿਲੀ ਇੱਥੇ ਰਹਿੰਦਾ ਮੇਰਾ ਕਹਿਣ ਦਾ ਮਤਲਬ ਆ ਕਿ ਆਪਣੇ ਬੰਦੇ ਵੀ ਜਿਹੜੇ ਹੈਗੇ ਆ ਹੁਣ ਉਹਨਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈਗਾ ਕਿ ਜੇ ਤੁਸੀਂ ਕੋਈ ਗੜਬੜ ਕੀਤੀ ਆ ਤੇ ਇਹ ਕਾਨੂੰਨ ਹੈਗਾ ਪਿਛਲੇ 5-7 ਸਾਲਾਂ ਤੋਂ 150 ਬੰਦਾ ਜਿਹੜਾ ਕੋ ਬ੍ਰਿਟਿਸ਼ ਸਿਟੀਜ਼ਨ ਸਿਕਾ ਉਹਨਾਂ ਨੇ ਮੁੜ ਕੇ ਲੈ ਲਿਆ ਉਹ ਬੇਗਮ ਜਿਹੜੀ ਸੀ ਗਈ ਇਸੜੀਆਂ ਨੂੰ ਜਿਹੜੇ ਦੋ ਬੱਚੇ ਹੋ ਗਏ ਸਰਾਉਂਦੀ ਆ ਉਹ ਬ੍ਰਿਟਿਸ਼ ਬੌਰਨ ਹੈਗੀ ਆ ਇੱਥੇ ਦੀ ਉਹ ਕਹਿੰਦੇ ਆ ਵੀ ਇਹਦੇ ਕੋਲ ਬ੍ਰਿਟਿਸ਼ ਸਿਟੀਜ਼ਨਸ਼ਿਪ ਲੈ ਲਈ ਉਹ ਕਹਿੰਦੇ ਵੀ ਇਹ ਜਿਹੜਾ ਬਾਬਾ ਜਾਂ ਜਿਹੜਾ ਬਾਪ ਬੰਗਲਾਦੇਸ਼ ਚੋਂ ਆਇਆ ਹੈਗਾ ਸ਼ੀ ਇਜ਼ ਅਨ ਟਾਈਟਲ ਟੂ ਬੰਗਲਾਦੇਸ਼ੀ ਸਿਟੀਜ਼ਨਸ਼ਿਪ ਇਸ ਕਰਕੇ ਇਹ ਮੈਂ 2 ਮਿੰਟਾਂ ਚ ਕੀਤਾ ਹੈਗਾ ਪਰ ਬੜਾ ਕੰਪਲੀਕੇਟਿਡ ਜਿਆ ਕੇਸ ਹੈ ਗਿਆ ਆਪਣੇ ਭੈਣੋਂ ਭਰਾਵੋ ਤੇ ਬੱਚਿਓ ਜਿਹੜੇ ਹੈਗੇ ਆ ਪੰਜਾਬੀ ਜੇ ਤੁਸੀਂ ਵੀ ਕੋਈ ਕੱਲ ਨੂੰ ਗੜਬੜ ਕੀਤੀ ਆ ਤਾਂ ਫੇਰ ਤੁਹਾਨੂੰ ਵੀ ਇਹ ਕਾਨੂੰਨ ਲਾਗੂ ਹੋ ਸਕਦਾ ਹੈਗਾ ਕਾਨੂੰਨ ਸਾਰਿਆਂ ਤੇ ਲਾਗੂ ਹੁੰਦਾ ਕਿਉਂਕਿ ਪਹਿਲਾਂ ਠੀਕ ਆ ਕੈਰਬੀਨ ਭਰਾ ਜਿਹੜੇ ਹੈਗੇ ਆ ਸਾਡੇ ਉਹਨਾਂ ਤੇ ਹੋਇਆ ਉਹਨਾਂ ਨੂੰ ਕਰਦੇ ਆ ਮੇਰਾ ਛੋਟੀ ਭੈਣ ਤੇ ਮੇਰਾ ਭਰਾ 10 ਸਾਲ ਦੇ ਸੀ ਜਾਂ 11 ਦੇ ਉਹ ਮਾਂ ਦੇ ਉੱਤੇ ਪਾਸਪੋਰਟ ਦੇ ਉੱਤੇ ਆਏ ਪਰ ਉਹਨਾਂ ਨੇ ਛੇਤੀ ਪਾਸਪੋਰਟ ਲੈ ਲਿਆ ਪਰ ਅਗਰ ਉਹ ਨਾ ਪਾਸਪੋਰਟ ਲੈਂਦੇ ਹੂੰ ਤਾਂ ઓਅ ਸਟੇਟਲੈਸ ਹੋਣਾ ਸੀ ਉਹਨਾਂ ਦੀ ਗਲਤ ਹੋ ਸਕਦੀ ਸੀ ਉਹਨਾਂ ਨੇ ਐਸਾ ਕਿ ਵੈਰੀ ਕੁਇਕਲੀ ਜੈ ਨੇ ਨਟ ਸ਼ੈਲ ਇਹ ਉਹ ਜਿਹੜਾ ਹੈਗਾ ਆ ਕਾਨੂੰਨ ਉਹ ਸਾਡੇ ਤੇ ਵੀ ਇੱਕ ਦਿਨ ਆ ਕੇ ਪੈਣਾ ਭਰਾਵਾਂ ਦੇ ਉੱਤੇ ਜਾਂ ਬੱਚਿਆਂ ਦੇ ਲੱਗ ਸਕਦਾ ਹੈ ਸੋ ਪਿਆਰ ਦਰਸ਼ਕੋ ਇਹ ਬੜੀ ਹੀ ਸੋਚਣ ਵਾਲੀ ਗੱਲ ਹੈਗੀ ਹੈ ਕਿ ਜਿਹੜਾ ਤੁਹਾਡਾ ਰੈਕੋਰਡ ਹੈਗਾ ਉਹ ਸਹੀ ਹੋਣਾ ਚਾਹੀਦਾ ਪਰ ਥੋੜੀ ਨਾਲ ਜਾਣ ਕੇ ਦੇ ਦਈਏ ਕਿ ਜਿਹੜਾ ਵਿੰਡਰਸ਼ ਜਿਹੜਾ ਉਹ ਸਮਾਂ ਸੀ ਉਹਦੇ ਵਿੱਚ 1971 ਤੋਂ ਪਹਿਲਾਂ 5,24,000 ਜਿਹੜੇ ਪ੍ਰਵਾਸੀ ਇੱਥੇ ਆਏ ਸੀ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਸੀ ਉਹ ਬਰਤਾਨੀਆਂ ਦੇ ਹੀ ਜਿਹੜੇ ਇੱਥੋਂ ਦੇ ਵਸਿੰਦੇ ਸੀਗੇ ਔਰ 15,000 ਜਮੈਕਾ ਤੋਂ ਆਏ ਸੀ ਉਹਦੇ ਵਿੱਚ ਤੇ 13,000 ਭਾਰਤ ਤੋਂ ਆਏ ਸੀ ਤੇ 29,000 ਜਿਹੜੇ ਲੋਕ ਸੀ ਉਹਨਾਂ ਵਿੱਚ ਕੀਨੀਆ ਤੋਂ ਜਾਂ ਪਾਕਿਸਤਾਨ ਤਾਂ ਤੋਂ ਤੇ ਜਾਂ ਫਿਰ ਜਿਹੜੇ ਅਫਰੀਕਾ ਦੱਖਣੀ ਅਫਰੀਕਾ ਤੋਂ ਆਏ ਸੀ ਸੋ ਇਹ ਜਿਹੜਾ ਉਹ ਸੀਜ਼ਨ ਸੀਗਾ ਉਹਦੇ ਵਿੱਚ ਉਹਨਾਂ ਦੀ ਗੱਲ ਕੀਤੀ ਐ ਖਲਦੀਪ ਸਿੰਘ ਨੇ ਅਖੀਰ ਦੇ ਵਿੱਚ ਮਨਵਾਹ ਜੀ ਆਪਾਂ ਸਮਾਂ ਇਹਦੇ ਬਾਰੇ ਗੱਲ ਕਰਨ ਵਾਸਤੇ ਹੈ ਨਹੀਂ ਪਰ ਜਿਹੜਾ ਅਗਲਾ ਸਾਡਾ ਵਿਸ਼ਾ ਹੈਗਾ ਆ ਉਹ ਹੈਗਾ ਕਿ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਦੇ ਵਿੱਚ ਅੱਜਕੱਲ ਜਿਹੜੀ ਔਰਤ ਆ ਸੁਰੱਖਿਤ ਨਹੀਂ ਹੈਗੀ ਪਰ ਅਸੀਂ ਐਸ ਸਮਾਲ ਕਿੱਥੀ ਵੀ ਜਦੋਂ ਗੱਲ ਕਰਦੇ ਆ ਤੁਸੀਂ ਹੈਰਾਨ ਹੋਵੋਗੇ ਪੈਰਾਦਰਸ਼ਕੋ ਸੁਣ ਕੇ ਕੇ ਜਿਹੜੇ ਬਲਾਤਕਾਰ ਦੇ ਕੇਸਸ ਨੇ ਬਰਤਾਨੀ ਦੇ ਵਿੱਚ ਉਹਨਾਂ ਦੇ ਵਿੱਚ 123% ਵਾਧਾ ਹੋਇਆ ਹੈ। ਔਰ ਇਹ ਬੜਾ ਹੀ ਦਖਦਾਈ ਵਾਧਾ ਹੈਗਾ ਆ ਤੇ ਇਹਦੇ ਵਿੱਚ ਦੇਖਿਆ ਜਾਵੇ ਜਿਹੜੀ ਲੋਕਾਂ ਨੂੰ ਸਜ਼ਾ ਹੋਈ ਹੈ ਜਾਂ ਕਨਵਿਕਸ਼ਨਸ ਹੋਈਆਂ ਨੇ ਉਹ ਸਿਰਫ 11% ਉਹਦੇ ਵਿੱਚ ਵਾਧਾ ਹੋਇਆ ਹੈ। ਔਰ ਥੋੜੀ ਜਿਹੀ ਅੰਕੜੇ ਦੇ ਦਿਸਮਾਹ ਜੀ ਪਹਿਲਾਂ ਕਿ 2011 ਤੇ 12 ਵਿੱਚ ਜਿਹੜੇ ਦਰਜ ਕੀਤੇ ਗਏ ਸੀ ਕੇਸ 10160 ਸੀਗੇ ਉਹਨਾਂ ਦੀ ਗਿਣਤੀ 2015-16 ਵਿੱਚ ਵੱਧ ਕੇ 3852 ਹੋ ਗਈ ਆ ਲਗਭਗ ਡਬਲ ਤੋਂ ਵੀ ਜ਼ਿਆਦਾ ਹੋ ਗਈ ਆ ਤੇ ਜਿਹੜੇ ਬੱਚਿਆਂ ਦੇ ਜਿਹੜੇ ਕੇਸ ਹੈਗੇ ਆ ਖਾਸ ਤੌਰ ਤੇ ਬਲਾਤਕਾਰ ਦੇ ਜਾਂ ਸਰੀਰਕ ਸੋਸ਼ਣ ਦੇ ਕੇਸ ਹੈਗੇ ਆ ਉਹ ਵੀ 5878 ਤੋਂ ਵੱਧ ਕੇ 11947 ਹੋ ਗਏ ਆ ਸੋ ਇਹ ਬੜਾ ਹੈਰਾਨੀਜਨਕ ਵਾਧਾ ਹੈ ਕਈ ਵਾਰੀ ਅਸੀਂ ਦੇਖਦੇ ਆ ਕਿ ਕੀ ਬਹੁਤ ਸਾਰੇ ਖਬਰਾਂ ਨੇ ਉਹ ਕਈ ਕਾਰਨਾ ਕਰਕੇ ਪਿੱਛੇ ਦੱਬੀਆਂ ਰਹਿ ਜਾਂਦੀਆਂ ਨੇ ਪਰ ਵਾਜ ਜੀ ਤੁਸੀਂ ਕਿੱਥੋਂ ਸ਼ੁਰੂ ਕਰਨਾ ਚਾਹੁੰਦੇ ਆ ਸ਼ੁਰੂ ਇਹ ਦੇਖੋ ਇਹ ਵੈਰੀ ਅਲਰਮਿੰਗ ਫਿਗਰਸ ਨੇ ਜੀ ਮਤਲਬ ਜਿਹੜੀ ਦਿਨ ਨੂੰ ਤੜਕਾ ਦਿੰਦੇ ਵੀ ਹੈ ਵੀ ਇਹ ਕੀ ਹੋ ਰਿਹਾ ਡਿਵੈਲਪਡ ਕੰਟਰੀ ਵਿਕਸਿਤ ਮੋਲਕੇ ਹੈਗੇ ਨੇ ਇੱਥੇ ਵੀ ਹੋ ਰਿਹਾ ਹੈਗਾ ਪਰ ਇਹ ਹੈਗਾ ਕਿਸੇ ਨਾ ਕਿਸੇ ਕਾਨੂੰਨ ਦੇ ਵਿੱਚ ਹੂੰ ਮਾਰੀ ਮੋਟੀ ਲੂਪ ਹੋਰ ਜਿਹਨਾਂ ਨੂੰ ਕਹਿੰਦੇ ਨੇ ਉਹ ਰਹਿ ਜਾਂਦਾ ਤੇ ਉਹ ਲੋਕ ਉਹਨੂੰ ਅਵੇਲ ਕਰਕੇ ਕੁਝ ਨਾ ਕੁਝ ਸ਼ੁਰੂ ਹੋ ਜਾਂਦੇ ਆ ਜਿਹੜੇ ਤੁਸੀਂ ਖਾਸ ਕਰਕੇ ਕੇਸਾਂ ਦੀ ਗੱਲ ਕੀਤੀ ਜਿਹੜਾ ਹਰਡਸ ਫੀਲਡ ਦੇ ਵਿੱਚ ਕੇਸ ਹੋਇਆ ਤੇ ਜਿਹਦੀ ਜੇ ਦੇ ਲੀਡ ਦੇ ਕਰਾਉਂ ਕੋਰਟ ਨੇ ਦਿੱਤੀ ਹੈਗੀ ਆ ਉਹ ਉਹਦੇ ਨਾਲ ਜਿਹੜੇ ਰਲਦੇ ਉਸ ਤੋਂ ਪਹਿਲਾਂ ਕਿਉਂਕਿ ਇਹ ਕੇਸਿਸ ਜਿਹੜੇ ਹੈਗੇ ਆ ਇਹ ਤਕਰੀਬਨ ਪਿਛਲੇ 15 ਸਾਲ ਤੋਂ ਜਿਨ੍ਹਾਂ ਨੂੰ ਗਰੂਮਿੰਗ ਦੇ ਵਿੱਚ ਆ ਕੇ ਇਹ ਕੀਤੇ ਹੈਗੇ ਆ ਪਰ ਉਹਦੇ 'ਚ ਦੇਖੋ ਰੋਦਰਮ ਰੋਚਡੇ ਰੋਚਡੇ ਹਾਈ ਵੇਕਮ ਸਟੈਨਫਰਡ ਤੇ ਕੋ ਬਰਮੀਗਮ ਦੇ ਵੀ ਕੇਸਿਸ ਹੈਗੇ ਮਤਲਬ 올 ਓਵਰ ਦਾ ਕੰਟਰੀ ਅੱਛਾ ਉਹ ਜਿਹੜੀ ਚੀਜ਼ਾਂ ਹੈਗੀਆਂ ਉਹੋ ਜਿਹਦੇ ਨਾਲ ਨਾਲ ਇੱਕ ਇਹਦੇ ਵਿੱਚ ਹੋਰ ਐਡੀਸ਼ਨ ਜਿਹੜੀ ਹੈਗੀ ਆ ਜਿਹੜੇ ਪੀਡੀਫ ਹਾਈਪਰ ਨੂੰ ਕਹਿੰਦੇ ਨੇ ਜਿਹੜੇ ਲੋਕ ਰਜਿਸਟਰਡ ਪੀਟਰ ਹਾਲ ਵੀ ਆ ਗਏ ਹਾਈਪਰ ਹਾਈਪ ਹਾਈ ਪ੍ਰੋਫਾਈਲ ਪੀਟਰ ਉਹ ਤਕਰੀਬਨ 4000 ਕੇਸਿਸ ਹੈ ਜਿਹਦੇ ਵਿੱਚੋਂ ਉਹ ਉਹਦੇ ਵਿੱਚੋਂ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਕਨਵਿਕਟ ਹੋ ਚੁੱਕੇ ਫੜੇ ਗਏ ਜੇਲ ਹੋ ਗਈ ਆ ਪਰ ਚੀਜ਼ ਇਹ ਹੈਗੀ ਐ ਇਹਦੇ ਵਿੱਚ ਵੀ ਇਹ ਲੋਕ ਜਿਹੜੇ ਅੰਡਰਏਜ ਗਰਲਸ ਦੇ ਨਾਲ ਮਤਲਬ ਇਹੋ ਜਿਹੇ ਬਲਾਤਕਾਰ ਜਾਂ ਇਹ ਹੁੰਦੀਆਂ ਪਰ ਗੱਲ ਤਾਂ ਜਿਹੜੀ ਹੈ ਕਿ ਦੋਹੀਂ ਪਾਸੇ ਚੱਲਦੀ ਹੈ ਕੋਈ ਉਹੋ ਜਿਹੇ ਜਿਹੜੀਆਂ ਗਰੂਮ ਗਰਲਸ ਹੈਗੀਆਂ ਦੇ ਗੈਟ ਹੁੱਕਡ ਅਪ ਪੈਸੇ ਦਿਖਾਦੇ ਜਾਂ ਕਿਸੇ ਚੀਜ਼ਾਂ ਦੇ ਡਰਗ ਦੇ ਵਿੱਚ ਫਸ ਜਾਂਦੀਆਂ ਉਹਨਾਂ ਨੂੰ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ ਪਰ ਚੀਜ਼ ਇਹ ਹੈਗੀ ਹੈ ਵੀ ਆਪਣੀ ਸੁਰੱਖਿਆਤ ਦੇ ਲਈ ਹੂੰ ਕੀ ਇਹਦੇ ਵਿੱਚ ਪੇਰੈਂਟਸ ਦਾ ਵੀ ਕੋਈ ਰੋਲ ਹੈ ਹੂੰ ਹੂੰ ਕਿਉਂਕਿ ਪੇ ਸੋਸਾਇਟੀ ਦਾ ਵੀ ਰੋਲ ਹੈ ਸੋਸਾਇਟੀ ਦਾ ਵੀ ਰੋਲ ਹੈ ਕਿਉਂਕਿ ਉਹਦੇ ਵਿੱਚ ਆਪਣੇ ਪ੍ਰੋਗਰਾਮ ਇੱਥੇ ਬਹੁਤ ਸਾਰੇ ਆਪਣੇ ਸਿੱਖ ਚੈਨਲ ਦੇ ਉੱਤੇ ਇਹੋ ਜਿਹੇ ਕੀਤੇ ਹੈਗੇ ਗਰੂਮਿੰਗ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਪਰ ਇਹ ਹੈਗਾ ਵੀ ਇਹਦੇ ਵਿੱਚ ਕੁਝ ਤੁਹਾਨੂੰ ਯਾਦ ਹੋਵੇਗਾ ਜਾਂ ਕਦੀ ਬਣਾ ਨੂੰ ਯਾਦ ਹੋਵੇਗਾ ਸਰਟਨਲੀ ਜੇ ਤੁਸੀਂ ਇਹਨੂੰ ਥੋੜੀ ਜਿਹੀ ਪਿੱਛੇ ਚਲ ਜਾਓ ਨਾ ਲੇਟ 60ਸ ਐਂਡ 70ਸ ਦੇ ਵਿੱਚ ਆਪਣੀਆਂ ਲੜਕੀਆਂ ਆਪਣੀਆਂ ਤੋਂ ਭਾਵ ਸਿੱਖ ਲੜਕੀਆਂ ਜਿਨ੍ਹਾਂ ਨੂੰ ਵੀ ਗਰੂਮ ਕੀਤਾ ਜਾਂਦਾ ਸੀਗਾ ਹੈ ਜੀ ਪਰ ਉਹ ਵੀ ਜਿਹੜੇ ਕਰਨ ਵਾਲੇ ਸੀ ਜਿਨ੍ਹਾਂ ਦਾ ਹੁਣ ਜੇ ਅਸੀਂ ਓਪਨਲੀ ਨਾਂ ਲੈ ਲਈਏ ਜਿਹੜੇ ਜਿਹੜੀ ਪ੍ਰੈਸ ਦੇ ਵਿੱਚ ਹੈਗਾ ਉਹ ਹੈਗਾ ਪੇ ਪਾਕਿਸਤਾਨੀ ਓਰੀਜਿਨ ਉਸ ਵੇਲੇ ਆਪਣੀਆਂ ਲੜਕੀਆਂ ਦਾ ਵੀ ਹੁਣ ਵੀ ਕੁਝ ਹੈਗੀਆਂ ਪਰ ਇਹ ਹੈਗਾ ਪੇ ਮਗਰੋਂ ਹਣੀ ਪਛਤਾਉਣ ਦੀ ਗੱਲ ਹੈਗੀ ਹੈ ਪਰ ਇਟ ਇਜ਼ ਅ ਵੈਰੀ ਡੇਂਜਰਸ ਵੈਰੀ ਅਲਾਰਮਿੰਗ ਤੇ ਅਲਾਰਮਿੰਗ ਜਿਹਦੇ ਵਿੱਚ ਸਾਨੂੰ ਆਪ ਪੇਰੈਂਟਸ ਨੂੰ ਕਾਸ ਕਰਕੇ ਆਪਣਾ ਜਿਹੜਾ ਇਹ ਸਿੱਖ মিডিਆ ਇਹਦੇ ਤੋਂ ਲੋਕਾਂ ਨੂੰ ਗੁਰਦੁਆਰਿਆਂ ਵਾਲਿਆਂ ਦਾ ਵੀ ਬਹੁਤ ਇਹਦੇ ਵਿੱਚ ਰੋਲ ਹੈਗਾ ਜਿਹਦੇ ਵਿੱਚ ਉਹ ਸਟੇਜਾਂ ਦੇ ਉੱਤੋਂ ਕਿਉਂਕਿ ਇਹਦੀ ਸ਼ਰਮ ਦੀ ਗੱਲ ਨਹੀਂ ਉਹ ਆਪਣੀਆਂ ਬੱਚੀਆਂ ਨੂੰ ਬਚਾਉਣ ਦੇ ਲਈ ਇਹ ਚੀਜ਼ ਨੂੰ ਸਾਨੂੰ ਜੇ ਸਟੇਜਾਂ ਤੋਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਕਿਹਾ ਵੀ ਜਾਵੇ ਮੈਂ ਤਾਂ ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਸ਼ਰਮ ਨਹੀਂ ਮਹਿਸੂਸ ਕਰਦਾ ਸਰ ਸਾਡੇ ਕੋਲ ਮੈਂ ਇੱਕ ਮਿੰਟ ਰਹਿ ਗਿਆ ਹੈ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਕੇਸਸ ਜਿਹੜੇ ਹੈਗੇ ਆ ਇਹ ਸਾਹਮਣੇ ਕਿਉਂ ਨਹੀਂ ਆਉਂਦੇ ਜਾਂ ਕਨਵਿਕਸ਼ਨਸ ਕਿਉਂ ਨਹੀਂ ਹੁੰਦੀਆਂ ਹੈਗੀਆਂ ਕਨਵਿਕਸ਼ਨ ਇਸ ਕਰਕੇ ਨਹੀਂ ਆਉਂਦੀਆਂ ਕਿ ਜਿਹੜੀਆਂ ਕੋਈ ਲੜਕੀਆਂ ਜਿਹੜੀਆਂ ਹੈਗੀਆਂ ਚ ਰੁੱਕਦੇ ਉਹਨਾਂ ਨਾਲ ਕੇਸ ਹੋਇਆ ਹੈਗਾ 14 15 ਸਾਲ ਦੀਆਂ ਸੀਗੀਆਂ ਉਹ ਹੁਣ ਬੜੀਆਂ ਹੋ ਗਈਆਂ ਦੇ ਹੈ ਮੂਵਡ ਆਨ ਉਹ ਫੇਰ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਦੇਣਾ ਪੈਂਦਾ ਹੈਗਾ ਆ ਉਹ ਐਵੀਡੈਂਸ ਉਹ ਫੇਰ ਕਰਾਸ ਐਗਜ਼ਾਮਨ ਵੀ ਕੀਤਾ ਜਾਂਦਾ ਹੈਗਾ ਉਹ ਫੇਰ ਜਿਹੜਾ ਕਰਾਸ ਐਗਜ਼ਾਮਨ ਕਰਦਾ ਬਾਕੀ ਤਾਂ ਉਹ ਫੇਰ ਬੜੇ ਅਨਕੰਪਲੀਟ ਜਿਹੜਾ ਕਿ ਅਨਦਰ ਰੇਪ ਅਨਦਰ ਬਲਾਤ ਕਰਵਾ ਸਕਦਾ ਹੈ ਸੋ ਪਿਆ ਦਰਸ਼ਕੋ ਸਾਨੂੰ ਸਮਝਾਸ ਨਹੀਂ ਦਿੰਦਾ ਤੇ ਮੈਂ ਆਪਣੇ ਵੀਰ ਕੁਲ ਬਲਦੇਵ ਸਿੰਘ ਜੀ ਕੋਲੋਂ ਤੋਂ ਵੀ ਮਾਫੀ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਪਿਛਲੇ 2 ਮਿੰਟ ਤੋਂ ਅਸੀਂ ਗੱਲ ਨਹੀਂ ਕਰ ਸਕੇ ਤੇ ਬਰਵਾਹ ਜੀ ਤੁਹਾਡਾ ਜੀ ਬਹੁਤ ਧੰਨਵਾਦ ਕੁਲਦੀਪ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਸਮਾਂ ਇੰਨਾ ਹੀ ਹੈ ਤੇ ਆਉਣ ਵਾਲੇ ਸ਼ੁੱਕਰਵਾਰ ਨੂੰ ਫਿਰ ਤੁਹਾਡੇ ਵਾਸਤੇ ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਵਾਂਗੇ ਤੇ ਜਿੱਥੇ-ਜਿੱਥੇ ਤੁਸੀਂ ਦੇਖ ਰਹੇ ਹੋ ਬਹੁਤ ਤੁਹਾਡਾ ਧੰਨਵਾਦ ਆਪਣੇ ਜਿਹੜੇ ਸੁਝਾਅ ਹੈਗੇ ਸਨ ਵਿਚਾਰ ਹੈਗੇ ਸਾਨੂੰ ਜਰੂਰ ਦਿੰਦੇ ਰਹੋ ਇਹਦੇ ਨਾਲ ਹੀ ਸਾਰੇ ਮਹਿਮਾਨਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ